ਬਹੁਤਨ ਪਰਸਨੈਲਿਟੀ ਹੁੰਦੀ ਹੈ ਟੀਵੀ ਔਰ ਐਂਕਰ ਔਰ ਨਿਊਜ਼ ਰੀਡਰ ਜਿਹੜੇ ਦੂਰਦਰਸ਼ਨ ਦਾ ਜਿਹਨੂੰ ਕਹਿੰਦੇ ਆ ਸ਼ੋਅਰੂਮ ਉਹੀ ਹੁੰਦੇ ਨੇ ਪਰ ਨਿਊਜ਼ ਦਾ ਰਿਪੋਰਟਰਸ ਪਹਿਲੀ ਵਾਰੀ ਹਾਇਰ ਕੀਤੇ ਜਿਸ ਵੇਲੇ ਤੁਸੀਂ ਨਿਊਜ਼ ਪ੍ਰੋਡਿਊਸਰ ਸੀਗੇ ਮੇਰੇ ਮਦਰ ਸ੍ਰਿੰਦਰ ਕੌਰ ਦੇ ਗਾਣੇ ਬਹੁਤ ਗਾਉਂਦੇ ਹੁੰਦੇ ਸੀ ਔਰ ਸਮਝੋ ਕਿ ਲੋਰੀਆਂ ਸਾਨੂੰ ਸ੍ਰਿੰਦਰ ਕੌਰ ਦੇ ਗਾਣਿਆਂ ਲੈਣੀਆਂ ਪਈਆਂ ਸੀ ਤੇ ਮੇਰੇ ਮਨ ਦੇ ਵਿੱਚ ਬਹੁਤ ਤਮੰਨਾ ਸੀ ਕਿਤੇ ਮੌਕਾ ਮਿਲੇ ਕੀ ਤੁਹਾਨੂੰ ਇਹਦਾ ਕੋਈ ਨਹੀਂ ਕਿ ਬਿਲੀ ਹੈ ਤੇ ਇਹਨਾਂ ਦਾ ਕੋਈ ਨਾ ਕੁਝ ਪ੍ਰੋਗਰਾਮ ਹੈ। ਕਾਈਕਾ ਹਾਂ ਅਨਿਤਾ ਲਿਆਕੇ ਹਾਂ ਉਹਨੇ ਆਪਣੀ ਇੱਕ ਫਰਸਟ ਐਲਬਮ ਰਿਲੀਜ਼ ਕੀਤੀ ਸੀਗੀ ਹੀਰ ਫਰਮ ਟੈਂਪਰ ਪਰ ਇਹ ਜਿਹੜਾ ਪ੍ਰਭਾਵ ਰਹਿੰਦਾ ਹੈ ਕਿ ਵੀ ਕਿਉਂਕਿ ਉਹ ਸਰਕਾਰੀ মিডিਆ ਹੋਣ ਕਰਕੇ ਖਬਰਾਂ ਕੰਟਰੋਲਡ ਹੋਣਗੀਆਂ ਨਹੀਂ ਨਹੀਂ ਉਹ ਉਹਦੀ ਦੇਖੋ ਗੱਲ ਹੈ ਕਿ ਜਿਹੜੀ ਅਸਲੀਅਤ ਹੈਗੀ ਆ ਉਹਦੇ ਅਸੀਂ ਦਿੰਨੇ ਆ ਨਾ ਪਹਿਲਾਂ ਵੀ ਇਹੀ ਸੀਗਾ ਹੁਣ ਵੀ ਇਹੀ ਆ ਤੇ ਅੱਗੋ ਵੀ ਇਹੀ ਰਹੇਗਾ ਸ਼ੇਰ ਪੰਜਾਬ ਏਐਮ 600 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਹ ਹੈ ਦ ਨਵਚੌਥ ਟਲੋਂਗ ਸ਼ੋ ਅੱਜ ਦੇ ਇਸ ਸ਼ੋ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਿੰਨੀ ਆ ਅੱਜ ਕਈ ਦਿਨਾਂ ਬਾਅਦ ਮੇਰੀ ਤੁਹਾਡੀ ਮੁਲਾਕਾਤ ਹੋ ਰਹੀ ਹੈ ਪਹਿਲਾਂ ਫਰਾਈਡੇ ਮੇਰੀ ਛੁੱਟੀ ਸੀ ਤੇ ਉਸ ਤੋਂ ਬਾਅਦ ਲੌਂਗ ਵੀਕਐਂਡ ਆ ਗਿਆ ਤੇ ਅੱਜ ਮੈਂ ਦੱਸਦੀਆਂ ਕਿ ਇਸ ਪ੍ਰੋਗਰਾਮ ਨੂੰ ਕਰਨ ਦੀ ਜ਼ਿਆਦਾ ਖੁਸ਼ੀ ਇਸ ਲਈ ਵੀ ਹੋ ਰਹੀ ਹੈ ਕਿ ਕਈ ਦਿਨਾਂ ਬਾਅਦ ਮੁਲਾਕਾਤ ਹੋ ਰਹੀ ਹੈ ਦੂਜੀ ਖੁਸ਼ੀ ਦਾ ਕਾਰਨ ਮੇਰਾ ਥੋੜਾ ਜਿਹਾ ਸਬਬ ਇਹ ਨਿੱਜੀ ਵੀ ਹੈ ਮੈਂ ਆਪਣੇ ਕਰੀਅਰ ਦੀ ਜਿੱਥੋਂ ਸ਼ੁਰੂਆਤ ਕੀਤੀ ਮੈਂ ਬਹੁਤ ਵਾਰ ਆਪਣੇ ਸੁਣਨ ਵਾਲਿਆਂ ਨੂੰ ਗਾਹੇ-ਵਗਾਹੇ ਦੱਸਦੀ ਰਹੀ ਨਹੀਂ ਕਿ 올 ਇੰਡੀਆ ਰੇਡੀਓ ਜਲੰਧਰ ਤੇ ਉਸ ਤੋਂ ਬਾਅਦ ਦੂਰਦਰਸ਼ਨ ਤੇ ਜਦੋਂ ਦੂਰਦਰਸ਼ਨ ਦਾ ਜ਼ਿਕਰ ਛੱਡਦਾ ਹੈ ਜਾਂ 올 ਇੰਡੀਆ ਰੇਡੀਓ ਜਲੰਧਰ ਦਾ ਜ਼ਿਕਰ ਛੱਡਦਾ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮੈਂ ਆਪਣੀਆਂ ਜੜ੍ਹਾਂ ਦੇ ਨਾਲ ਜੁੜੀ ਹੋਵਾਂ ਅੱਜ ਮੇਰੇ ਨਾਲ ਇਸ ਸਟੂਡੀਓ ਦੇ ਵਿੱਚ ਜਿਹੜੇ ਮਹਿਮਾਨ ਨੇ ਉਹ ਬਿਲਕੁਲ ਮੈਨੂੰ ਇਸੇ ਤਰ੍ਹਾਂ ਦਾ ਅਹਿਸਾਸ ਦਿਵਾ ਰਹੇ ਨੇ ਕਿ ਜਿਵੇਂ ਮੈਂ ਮੜ ਕੇ ਜਲੰਧਰ ਪਹੁੰਚ ਗਈ ਹਾਂ ਤੁਹਾਡੇ ਵਿੱਚੋਂ ਬਹੁਤ ਸਾਰੇ ਸੁਣਨ ਵਾਲੇ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਸੁਣਦਿਆਂ ਕਰਦਿਆਂ ਇਹ ਗੱਲ ਮਹਿਸੂਸ ਹੋਏਗੀ ਕਿ ਵਾਕਈ ਕੁਝ ਤੁਹਾਡੀਆਂ ਯਾਦਾਂ ਜਿਹੜੀਆਂ ਦੂਰਦਰਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ ਜਲੰਧਰ ਦੇ ਨਾਲ ਜੁੜੀਆਂ ਹੋਈਆਂ ਨੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਨੇ ਖਾਸ ਕਰਕੇ ਉਸ ਸਮੇਂ ਦੇ ਨਾਲ ਜਦੋਂ ਦੂਰਦਰਸ਼ਨ ਸਿਰਫ ਤੇ ਸਿਰਫ ਇਕੱਲਾ ਚੈਨਲ ਹੁੰਦਾ ਸੀ ਉਦੋਂ ਪ੍ਰਾਈਵੇਟ ਚੈਨਲਸ ਜਿਹੜੇ ਉਹ ਨਹੀਂ ਸਨ ਹੁੰਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕ ਸ਼ੌਕ ਦੇ ਨਾਲ ਉਸ ਵੇਲੇ ਦੂਰਦਰਸ਼ਨ ਦੇ ਪ੍ਰੋਗਰਾਮ ਸ਼ੁਰੂ ਹੋਣ ਦਾ ਇੰਤਜ਼ਾਰ ਕਰਦੇ ਹੁੰਦੇ ਸੀ ਸਾਨੂੰ ਯਾਦ ਹੈ ਕਿ ਅਸੀਂ ਉਹ ਜਿਹੜੀ ਕਲਰ ਬਾਰ ਹੁੰਦੀ ਸੀ ਉਹ ਵੀ ਅਸੀਂ ਦੇਖਦੇ ਹੁੰਦੇ ਸੀ 5 ਵਜਣ ਤੋਂ 5-7 ਮਿੰਟ ਪਹਿਲਾਂ ਹੀ ਟੀਵੀ ਔਨ ਕਰਕੇ ਰੱਖ ਲੈਣਾ ਤੇ ਇੰਨਾ ਜ਼ਿਆਦਾ ਚਾਹ ਹੁੰਦਾ ਸੀ ਕਿ ਪਤਾ ਲੱਗੇ ਕਿਹੜੇ ਪ੍ਰੋਗਰਾਮ ਆਉਣੇ ਆ ਕਿੰਨੇ ਵਜੇ ਪ੍ਰੋਗਰਾਮ ਆਉਣਾ ਅੱਜ ਕਿਹੜੇ ਪ੍ਰੋਗਰਾਮ 'ਚ ਕੀ ਹੋਣਾ ਅਖਬਾਰਾਂ ਦੇ ਵਿੱਚ ਸੂਚੀ ਹੁੰਦੀ ਸੀ ਪ੍ਰੋਗਰਾਮਸ ਦੀ ਕਿ ਅੱਜ ਦੂਰਦਰਸ਼ਨ ਤੇ ਇੰਨੇ ਵਜੇ ਇਹ ਪ੍ਰੋਗਰਾਮ ਆਏਗਾ ਜਾਂ ਅੱਜ ਇਹ ਫਿਲਮ ਦਿਖਾਈ ਜਾਣੀ ਹੈ ਉਹ ਸਮਾਂ ਬਹੁਤ ਵੱਖਰਾ ਸਮਾਂ ਹੁੰਦਾ ਸੀ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਉਹ ਸਦੀਆਂ ਪੀਤ ਗਈਆਂ ਉਸ ਸਮੇਂ ਨੂੰ ਪਰ ਅੱਜ ਅਸਮੇਂ ਦੀਆਂ ਕੁਝ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਕਰਨੀਆਂ ਨੇ ਮੈਨੂੰ ਖੁਸ਼ੀ ਇਸ ਕਰਕੇ ਵੀ ਜ਼ਿਆਦਾ ਹੋ ਰਹੀ ਹੈ ਕਿ ਦੂਰਦਰਸ਼ਨ ਤੇ ਜਿਨ੍ਹਾਂ ਦੇ ਨਾਲ ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਉਹ ਜਿਹੜੇ ਉਸ ਵੇਲੇ ਪ੍ਰੋਗਰਾਮ ਐਗਜ਼ੈਕਟਿਵ ਸੰ ਪ੍ਰੋਗਰਾਮ ਦੇ ਪ੍ਰੋਡਿਊਸਰ ਸਨ ਉਹ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਪਹਿਲਾਂ ਛੋਟੇ ਹੁੰਦੇ ਅਸੀਂ ਸਿਰਫ ਉਹਨਾਂ ਦਾ ਨਾਮ ਪੜ੍ਹਿਆ ਕਰਦੇ ਹੁੰਦੇ ਸੀ ਜਦੋਂ ਕੋਈ ਪ੍ਰੋਗਰਾਮ ਖਤਮ ਹੁੰਦਾ ਸੀ ਖਾਸ ਕਰਕੇ ਖੇਡ ਤੇ ਖਿਡਾਰੀ ਪ੍ਰੋਗਰਾਮ ਜਦੋਂ ਖਤਮ ਹੋਣਾ ਉਸ ਤੋਂ ਬਾਅਦ ਉਹਨਾਂ ਦਾ ਨਾਮ ਆਉਣਾ ਤੇ ਖਬਰਾਂ ਖਤਮ ਹੋਣੀਆਂ ਉਸ ਤੋਂ ਬਾਅਦ ਉਹਨਾਂ ਦਾ ਨਾਮ ਆਉਣਾ ਕਿ ਪ੍ਰੋਗਰਾਮ ਐਗਜ਼ੈਕਟਿਵ ਆ ਗਿਆ ਪਾਲ ਰੰਦਾਵਾ ਤੇ ਅਸੀਂ ਹੱਸਦੇ ਹੁੰਦੇ ਸੀ ਕਿ ਇਹ ਆ ਤੇ ਗਿਆ ਇੰਨੀ ਸਮਝ ਲੱਗਦੀ ਸੀ ਆ ਗਿਆ ਪਾਲ ਰੰਦਾਵਾ ਸੀ ਕਹਿੰਦੇ ਹੁੰਦੇ ਸੀ ਪਰ ਬਾਅਦ ਚ ਪਤਾ ਲੱਗਾ ਕਿ ਆ ਗਿਆ ਪਾਲ ਰੰਦਾਵਾ ਇੱਕ ਕੋਈ ਇੱਕ ਇਹੋ ਜਿਹਾ ਪ੍ਰੋਡਿਊਸਰ ਹੈ ਜਿਹਨੇ ਬਹੁਤ ਵੱਖਰੀ ਤਰ੍ਹਾਂ ਦੇ ਪ੍ਰੋਗਰਾਮ ਪ੍ਰੋਡਿਊਸ ਕੀਤੇ ਆ ਤੇ ਖੁਸ਼ੀ ਉਸ ਤੋਂ ਵਿਵਾਦ ਹੋਈ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਹੀ ਨਹੀਂ ਸਗੋਂ ਕੰਮ ਕਰਨ ਦਾ ਮੌਕਾ ਮਿਲਿਆ ਆਗਿਆਪਲ ਰੰਦਾਵਾ ਇੱਕ ਇਹੋ ਜਿਹਾ ਨਾਮ ਹੈ ਜਿਹਦੇ ਤੋਂ ਸਾਡੇ ਸੁਣਨ ਵਾਲੇ ਖਾਸ ਕਰਕੇ ਜਿਹੜੇ ਦੂਰਦਰਸ਼ਨ ਨੂੰ ਦੇਖਦੇ ਰਹੇ ਨੇ ਉਹ ਵਾਕਿਫ ਹੋਣਗੇ ਉਹਨਾਂ ਨੇ 2 ਦਰਜਨ ਤੋਂ ਵੱਧ ਡਾਕੂਮੈਂਟਰੀਜ਼ ਤਿਆਰ ਕੀਤੀਆਂ ਤੇ ਦੂਰਦਰਸ਼ਨ ਦੇ ਜਿਹੜੇ ਨੈਸ਼ਨਲ ਅਵਾਰਡਸ ਨੇ ਉਹ ਇੱਕ ਇਹਨਾਂ ਦੀ ਖਾਸ ਡਾਕੂਮੈਂਟਰੀ ਸੀ ਸੁਰਿੰਦਰ ਕੌਰ ਹੋਣਾ ਤੇ ਬਣਾਈ ਗਈ ਉਸ ਕਰਕੇ ਦੂਰਦਰਸ਼ਨ ਦੀ ਝੋਲੀ ਉਹ ਇਨਾਮ ਪਿਆ ਨੈਸ਼ਨਲ ਅਵਾਰਡ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਇਨਾਮ ਜਿਨ੍ਹਾਂ ਦੇ ਲਈ ਨਾਮਿਨੇਟ ਕੀਤੇ ਗਏ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਚਾਹੀ ਏਸ਼ੀਅਨ ਖੇਡਾਂ ਦੀ ਗੱਲ ਹੈ ਕਾਮਨਵੈਲਥ ਗੇਮਸ ਦੀ ਗੱਲ ਹੈ ਇਹਨਾਂ ਨੂੰ ਉਹ ਖੇਡਾਂ ਕਵਰ ਕਰਨ ਦਾ ਮੌਕਾ ਮਿਲਿਆ ਇਸੇ ਤਰ੍ਹਾਂ ਨਿਊਜ਼ ਪ੍ਰੋਡਿਊਸਰ ਦੇ ਤੌਰ ਤੇ ਵੀ ਇਹ ਕੰਮ ਕਰਦੇ ਰਹੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਸ਼ਾਮਿਲ ਨੇ ਆ ਗਿਆ ਪਰੰਦਾਵਾ ਜੀ ਜੀ ਆਏ ਬਹੁਤ ਬਹੁਤ ਧੰਨਵਾਦ ਨਵਜੋਤ ਅੱਜ ਇਹ ਲੱਗ ਰਿਹਾ ਕਿ ਜਿਵੇਂ ਮੈਂ ਵੈਂਕੂਵਰ ਨਹੀਂ ਜਲੰਧਰ ਵੀ ਆਪਣੇ ਘਰ ਹੀ ਬੈਠਾ ਹਾਂ ਔਰ ਬਹੁਤ ਖੁਸ਼ੀ ਹੋਈ ਜਿਨਾ ਤੁਸੀਂ ਕਿਹਾ ਸ਼ਾਇਦ ਮੈਂ ਉਹਨਾਂ ਕਾਬਿਲ ਨਹੀਂ ਹਾਂ ਪਰ ਤੁਹਾਡਾ ਪਿਆਰ ਤੇ ਤੁਹਾਡਾ ਮੋਹ ਉਹ ਇੰਨਾ ਵਧੀਆ ਲੱਗਦਾ ਕਿ ਮੈਨੂੰ ਤੁਹਾਨੂੰ ਮਿਲ ਕੇ ਕਿਉਂਕਿ ਜਦੋਂ ਕਹਿੰਦੇ ਨਾ ਕਿ ਮਾਲੀ ਜਦੋਂ ਕੋਈ ਫੁੱਲ ਲਗਾਉਂਦਾ ਹੈ ਤੇ ਉਹ ਖਿਲਦਾ ਤੇ ਜੋ ਉਹਨੂੰ ਖੁਸ਼ੀ ਹੁੰਦੀ ਹੈ ਮੈਨੂੰ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੁਹਾਨੂੰ ਇੱਥੇ ਦੇਖ ਕੇ ਸ਼ੇਰ-ਏ-ਪੰਜਾਬ ਦੇ ਵਿੱਚ ਔਰ ਇਸ ਸੀਟ ਤੇ ਬੈਠਿਆ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਔਰ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਅੱਛਾ ਮੈਂ ਕਾਫੀ ਕੁਝ ਕਹਿ ਗਈ ਪਰ ਜਿਹੜੀ ਮੈਂ ਖਾਸ ਗੱਲ ਤੁਹਾਡੇ ਕੋਲੋਂ ਪੁੱਛਣੀ ਚਾਹੁੰਦੀ ਸੀ ਬਿਲਕੁਲ ਸ਼ੁਰੂ ਦੇ ਵਿੱਚ ਕਿ ਉਹ ਪਰਸਨ ਜਿਹਨੂੰ ਤੁਸੀਂ ਟ੍ਰੇਨ ਕੀਤਾ ਹੋਵੇ ਕਿ ਇਸ ਤਰ੍ਹਾਂ ਕੈਮਰਾ ਫੇਸ ਕਰਨਾ ਇਸ ਤਰ੍ਹਾਂ ਮਾਈਕ ਫੇਸ ਕਰਨਾ ਇਸ ਤਰ੍ਹਾਂ ਇੰਟਰਵਿਊ ਕੀਤੇ ਜਾਂਦੇ ਆ ਤੇ ਤੁਸੀਂ ਉਸ ਤੋਂ ਵੀ ਪਹਿਲਾਂ ਇੰਟਰਵਿਊ ਲਿਆ ਸਾਡਾ ਜਿਨ੍ਹਾਂ ਦੇ ਵਿੱਚ ਮੈਂ ਵੀ ਸ਼ਾਮਿਲ ਸੀ ਇੰਟਰਵਿਊ ਲੈਣ ਵਾਲਿਆਂ ਦੇ ਵਿੱਚ ਤੁਸੀਂ ਸ਼ਾਮਿਲ ਸੀ ਅੱਜ ਮੈਂ ਤੁਹਾਡਾ ਇੰਟਰਵਿਊ ਲੈ ਰਹੀ ਆ ਉਦੋਂ ਉਦੋਂ ਗੱਲ ਹੋਰ ਸੀ ਉਦੋਂ ਅਸੀਂ ਕੰਮ ਲੈਣਾ ਹੁੰਦਾ ਸੀ ਅਸੀਂ ਨੌਕਰੀ ਦੇ ਲਈ ਇੰਟਰਵਿਊ ਸੀ ਅੱਜ ਜਿਹੜਾ ਇੰਟਰਵਿਊ ਹੈ ਇਹ ਵੱਖਰੀ ਤਰ੍ਹਾਂ ਦਾ ਇੰਟਰਵਿਊ ਹੈ ਉਸ ਪਰਸਨ ਨੇ ਜਿਹਨੇ ਮੇਰਾ ਇੰਟਰਵਿਊ ਲਿਆ ਸੀ ਤੇ ਅੱਜ ਮੈਂ ਉਹਨੂੰ ਇੰਟਰਵਿਊ ਕਰ ਰਹੀ ਆ ਤੁਹਾਨੂੰ ਕਿਵੇਂ ਲੱਗ ਰਿਹਾ ਬਹੁਤ ਵਧੀਆ ਰ ਬੜੀ ਮਨ ਨੂੰ ਜੋ ਖੁਸ਼ੀ ਹੋ ਰਹੀ ਹੈ ਮੈਂ ਜ਼ਾਹਰ ਨਹੀਂ ਕਰ ਸਕਦਾ ਜੀ ਕਿਉਂਕਿ ਜਦੋਂ ਤੁਸੀਂ ਦੇਖਦੇ ਹੋ ਨਾ ਕਿ ਦੋ ਚੀਜ਼ਾਂ ਮੈਨੂੰ ਇਹਦੇ ਵਿੱਚ ਕੁਸ਼ੀ ਮੈਸੂਸ ਹੋ ਰਹੀ ਹੈ ਇੱਕ ਇਹ ਚੀਜ਼ ਕਿ ਜਿਹੜੀ ਉਦੋਂ ਸਿਲੈਕਸ਼ਨ ਦੂਰਦਰਸ਼ਨ ਤੇ ਹੋਈ ਜਿਹਦੇ ਵਿੱਚ ਉਹ ਬੱਚੇ ਸਿਲੈਕਟ ਕੀਤੇ ਗਏ ਜਿਹੜੇ ਰੀਅਲ ਡਿਜ਼ਰਵ ਕਰਦੇ ਸੀ ਜੀ ਔਰ ਇਹਦਾ ਮਤਲਬ ਸਾਡੀ ਸਿਲੈਕਸ਼ਨ ਬਿਲਕੁਲ ਫੇਅਰ ਸੀ ਤਾਂ ਕਿ ਸਾਡੇ ਉਹ ਜਿਹੜੇ ਬੱਚੇ ਨੇ ਔਰ ਅੱਜਕੱਲ بڑے بڑے ਬਣੇ ਹੋਰ ਤੁਸੀਂ ਜਿਹੜਾ ਇੱਥੇ ਪਹੁੰਚੇ ਹੋ ਔਰ ਵੀ ਕਹੀ ਤਵਾਂ ਤੇ ਉਹ ਆਪਣਾ ਪਰਫਾਰਮ ਕਰ ਰਿਹਾ ਤਾਂ ਉਹਨਾਂ ਨੂੰ ਜਦ ਦੇਖੀਦਾ ਜਾਂ ਕਿਦੇ ਪਤਾ ਲੱਗਦਾ ਤੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਔਰ ਅੱਜ ਦੇ ਜਿਆਦਾ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲ ਰਿਹਾ। ਜੀ। ਔਰ ਇਹ ਨਫਸ ਜਿਹੜੇ ਮੇਰੇ ਕੋਲ ਹੈ ਨਹੀਂ ਮੈਂ ਬਿਆਨ ਨਹੀਂ ਕਰ ਸਕਦਾ ਜਿੰਨੀ ਖੁਸ਼ੀ ਮੈਂ ਮਹਿਸੂਸ ਕਰ ਰਹੀ ਹਾਂ। ਰੰਧਾਵਾ ਸਾਹਿਬ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਵਿੱਚ ਕਰਦੀਆਂ। ਅੱਜ ਸਾਡੀ ਸੁਣਨ ਵਾਲਿਆਂ ਦੇ ਨਾਲ ਥੋੜੇ ਦੂਰਦਰਸ਼ਨ ਦੇ ਸਮੇਂ ਦੀਆਂ ਅਸੀਂ ਗੱਲਾਂ ਬਾਤਾਂ ਕਰਾਂਗੇ। ਅ ਪਹਿਲਾਂ ਤਾਂ ਮੈਂ ਤੁਹਾਡੇ ਕੋਲੇ ਪੁੱਛਣਾ ਚਾਹਣੀ ਆ ਕਿ ਅ ਮੈਂ ਇੱਕ ਦੋ ਤੁਹਾਡੇ ਇੰਟਰਵਿਊ ਸੁਨੇ ਕਦੇ-ਕਦੇ ਇੱਕ ਦਾਈ ਗੱਲਬਾਤ ਕਰਨ ਦਾ ਪਹਿਲਾਂ ਵੀ ਮੌਕਾ ਮਿਲਿਆ। ਮੈਨੂੰ ਪਤਾ ਲੱਗਾ ਕਿ ਤੁਹਾਡੇ ਮਨ ਦੇ ਵਿੱਚ ਖਾਹਸ਼ ਹੁੰਦੀ ਸੀ ਕਿ ਤੁਸੀਂ ਨਿਊਜ਼ ਰੀਡਰ ਬਣ ਸਕੋ ਪਰ ਨਿਊਜ਼ ਰੀਡਰ ਬਣਨੇ ਦੀ ਥਾਂ ਤੇ ਤੁਸੀਂ ਪ੍ਰੋਗਰਾਮ ਐਗਜ਼ੀਕਟਿਵ ਬਣ ਗਏ ਥੋੜਾ ਜਿਹਾ ਆਪਣੀ ਜਰਨੀ ਬਾਰੇ ਦੱਸੋ ਕਿ ਕਿਵੇਂ ਸ਼ੁਰੂਆਤ ਹੋਈ ਇਸ ਪਾਸੇ ਕਿਵੇਂ ਆ ਗਏ ਨਵਜੋਦ ਇਸ ਤਰ੍ਹਾਂ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਆਪਣਾ ਕੈਰੀਅਰ ਰੇਡੀਓ ਦੂਰਦਰਸ਼ਨ ਤੋਂ ਸ਼ੁਰੂ ਕੀਤਾ ਹਾਂਜੀ ਬੇਸਿਕਲੀ ਮੈਂ ਜਦੋਂ ਪੜਦਾ ਹੁੰਦਾ ਸੀਗਾ ਸਕੂਲ 'ਚ ਪੜਦਾ ਹੁੰਦਾ ਸੀ ਉਹਦੋਂ ਅਸੀਂ ਰੇਡੀਓ ਸੰਦੇ ਹੁੰਦੇ ਹੁੰਦੇ ਸੀ ਅੱਛਾ ਔਰ ਰੇਡੀਓ ਤੇ ਜਦੋਂ ਨਿਊਜ਼ ਸੁਣੀਏ ਜਾਂਦੀਆਂ ਸੀਗੇ ਸਾਨੂੰ ਉਹ ਨਿਊਜ਼ ਰੀਡਰ ਦੇ ਨਾਮ ਹੀ ਯਾਦ ਆ ਜਤਿੰਦਰ ਗੌਰ ਹੁੰਦੀ ਸੀ ਉਹ ਹੋਰ ਵੀ ਕਾਫੀ ਅੱچھے ਨਿਊਜ਼ ਰੀਡਰ ਸੀਗੇ ਜੀ ਤੇ ਉਹਦੇ ਮਨ 'ਚ ਇੱਕ ਤਮੰਨਾ ਹੁੰਦੀ ਸੀ ਕਿ ਇਹ ਜਿਹੜੇ ਨਿਊਜ਼ ਰੀਡਰ ਰੇਡ ਖਬਰਾਂ ਪੜ੍ਹਦੇ ਆ ਕਿਤੇ ਆਪਾਂ ਇਹਨਾਂ ਨੂੰ ਦੇਖ ਵੀ ਸਕਾਂਗੇ ਹੂੰ ਹੂੰ ਅੱਛਾ ਔਰ ਇਸ ਕਰਕੇ ਆਪਣੇ ਮਨ ਦੇ ਵਿੱਚ ਇੱਕ ਇਹ ਵੀ ਟਾਰਗੇਟ ਸੀਗਾ ਕਿ ਕਿਤੇ ਆਪਾਂ ਵੀ ਉਸ ਜਗ੍ਹਾ ਤੇ ਪਹੁੰਚੀਏ ਨਿਊਜ਼ ਰੀਡਰ ਆਪਾਂ ਵੀ ਨਿਊਜ਼ ਪੜ੍ਹੀਏ ਔਰ ਲੋਕੀ ਸੁਣਨ ਤੇ ਪਤਾ ਲੱਗੇ ਤੇ ਉਹ ਇੱਕ ਮਨ ਦੇ ਵਿੱਚ ਖਵਾਪ ਜਿਹਾ ਸੀਗਾ ਕਿ ਸਾਡੀ ਆਵਾਜ਼ ਦੇ ਵਿੱਚ ਉਹ ਭਰੋਸੇਯੋਗਤਾ ਹੋਵੇ ਜੇ ਤੇ ਲੋਕ ਭਰੋਸਾ ਕਰ ਸਕਣ ਹਾਂ ਹਾਂ ਔਰ ਫਿਰ ਜਦੋਂ ਅਸੀਂ ਵੱਡੇ ਹੋਏ ਕਾਲਜ ਗਏ ਉਹ ਤੋਂ ਬਾਅਦ ਫਿਰ ਦੂਰਦਰਸ਼ਨ ਆ ਗਿਆ ਫਿਰ ਸਾਡਾ ਜਿਹੜਾ ਡ੍ਰੀਮ ਹੈ ਉਹ ਰੇਡੀਓ ਦੇ ਨਾਲ ਨਾਲ ਦੂਰਦਰਸ਼ਨ ਵੱਲ ਜ਼ਿਆਦਾ ਹੋ ਗਿਆ ਹੂੰ ਹੂੰ ਤੇ ਫਿਰ ਅਸੀਂ ਕਿਹਾ ਚਲੋ ਨਿਊਜ਼ ਰੀਡਰ ਲਈ ਅਪਲਾਈ ਕਰਤਾ اچھا ਮੈਂ ਅਪਲਾਈ ਕੀਤਾ ਔਰ ਮੈਨੂੰ ਖੁਸ਼ੀ ਦੀ ਗੱਲ ਇਹ ਮੈਨੂੰ ਮਹਿਸੂਸ ਹੋਇਆ ਤੁਹਾਨੂੰ ਮਿਲ ਕੇ ਕਿ ਮੇਰੇ ਨਾਲ ਜਿਹੜੇ ਮੇਰੇ ਹੋਰ ਕੰਪੀਟੀਟਰ ਸੀਗੇ ਤੁਹਾਡੇ ਪਾਪਾ ਹੀ ਸੀਗੇ ਬਖਸ਼ਿੰਦਰ ਜੀ ਔਰ ਅਸੀਂ ਇਕੱਠਿਆਂ ਨੇ ਨਿਊਜ਼ ਰੀਡਰ ਦੀ ਜਿਹੜੀ ਐ ਆਡੀਸ਼ਨ ਦਿੱਤੀ ਸੀ ਹਮਮ ਚਲੋ ਅਸੀਂ ਨਿਊਜ਼ ਰੀਡਰ ਤੇ ਉਦੋਂ ਨਹੀਂ ਬਣੇ ਲੇਕਿਨ ਸਾਨੂੰ ਉਹਨਾਂ ਨੇ ਕਮੈਂਟਰੀ ਵਾਸਤੇ ਸਿਲੈਕਟ ਕਰ ਲਿਆ ਸੋ ਵੀ ਯੂਸ ਟੂ ਡੂ ਦਾ ਕਮੈਂਟਰੀ ਉਦੋਂ ਅਮਰਸਰ ਦੂਰਦਰਸ਼ਨ ਹੁੰਦਾ ਸੀ ਹਮ ਔਰ ਅਮਰਸਰ ਸਟੇਸ਼ਨ ਤੇ ਅਸੀਂ ਜਾਣਾ ਸਾਨੂੰ ਗੱਡੀ ਲੈ ਕੇ ਕੋ ਬੱਸਰ ਕੇ ਦਾਵਰ ਤੇ ਜਾ ਕੇ ਅਸੀਂ ਕਮੈਂਟਰੀ ਕਰਦੇ ਹੁੰਦੇ ਸੀਗੇ ਅੱਛਾ ਟੀਵੀ ਐਨ ਐਫ ਦੀ ਡਾਕੂਮੈਂਟਰੀਜ਼ ਹੁੰਦੀਆਂ ਸੀ ਉਹਨਾਂ ਦੇ ਵੌਇਸਓਵਰ ਕਰੀਦਾ ਸੀਗਾ ਬਾਅਦ ਫਿਰ ਜਦੋਂ ਜਲੰਧਰ ਸ਼ਿਫਟ ਹੋ ਗਏ ਤੇ ਫਿਰ ਅਸੀਂ ਜਲੰਧਰ ਕੈਮਰਾ ਰਿਪੋਰਟ ਅੱਜਕੱਲ੍ਹ ਜਿਹੜਾ ਨਾ ਸਰਗਰਮੀ ਆ ਪ੍ਰੋਗਰਾਮ ਹਮ ਉਦੋਂ ਦਾ ਨਾ ਕੈਮਰਾ ਰਿਪੋਰਟ ਹੁੰਦਾ ਸੀ ਅੱਛਾ ਅਸੀਂ ਉਹ ਕੈਮਰਾ ਰਿਪੋਰਟ ਤੇ ਕਮੈਂਟਰੀ ਕਰਦੇ ਰਹੇ ਮੈਂ ਬ੍ਰਿਖਸ਼ਿੰਦਰ ਜੀ ਤਿਰਸਿੰਘ ਢਿੱਲੋਂ ਜੀ ਹਮ ਤੇ ਸਿੰਧੂ ਪਾਰਟੀ ਆ ਚਾਹ ਅਸੀਂ ਕਮੈਂਟੇਟਰ ਹੁੰਦੇ ਸੀਗੇ ਅੱਛਾ ਅਸੀਂ ਉਹ ਕਮੈਂਟਰੀ ਕਰਦੇ ਹੁੰਦੇ ਸੀ ਹਮ ਉਹਦਾ ਇਹ ਦੂਰਦਰਸ਼ਨ ਸ਼ਿਫਟ ਹੋਇਆ ਸੀਗਾ ਤੇ ਉਦੋਂ ਉਹਨਾਂ ਨੂੰ ਤੇ ਜ਼ਰੂਰਤ ਸੀ ਕੋਈ ਪ੍ਰੋਡਕਸ਼ਨ ਦੇ ਪ੍ਰੋਡਿਊਸਰਸ অর ਪ੍ਰੋਡਕਸ਼ਨ ਅਸਿਸਟੈਂਟਰੀ ਤੇ ਪ੍ਰੋਡਕਸ਼ਨ ਸਿਸਤਮ ਦੇ ਪਹਿਲਾਂ ਪੋਸਟਨਿਕਲੀ ਅਸੀਂ ਅਪਲਾਈ ਕਰਤਾ ਤੇ ਸਾਡਾ ਐਕਸਪੀਰੀਅੰਸ ਸੀਗਾ ਤੇ ਸਾਨੂੰ ਸਿਲੈਕਟ ਕਰ ਲਿਆ ਤੇ ਫਿਰ ਅਸੀਂ ਦੂਰਦਰਸ਼ਨ ਚ ਐਂਟਰੀ ਲਈ 1980 ਵਿੱਚ ਰੈਗੂਲਰ ਪ੍ਰੋਗਰਾਮ ਪ੍ਰੋਡਕਸ਼ਨ ਅਸਿਸਟੈਂਟ ਦੇ ਤੌਰ ਤੇ ਜੁਆਇਨ ਕੀਤਾ ਤੁਹਾਡਾ ਜਿਹੜਾ ਆਪਣਾ ਸੁਪਨਾ ਸੀ ਉਹ ਸੀ ਨਿਊਜ਼ ਰੀਡਰ ਬਣਨਾ ਪਰ ਬਾਅਦ ਵਿੱਚ ਤੁਹਾਨੂੰ ਮੌਕਾ ਮਿਲਿਆ ਜਦੋਂ ਤੁਸੀਂ ਪ੍ਰੋਗਰਾਮ ਐਗਜ਼ੈਕਟਿਵ ਬਣ ਗਏ ਤੁਸੀਂ ਬਹੁਤ ਸਾਰੇ ਐਂਕਰਸ ਤਿਆਰ ਕੀਤੇ ਬਹੁਤ ਸਾਰੇ ਤੁਸੀਂ ਇੰਟਰਵਿਊਅਰ ਤਿਆਰ ਕੀਤੇ ਬਹੁਤ ਸਾਰੇ ਨਿਊਜ਼ ਰੀਡਰਸ ਤਿਆਰ ਕੀਤੇ ਉਹ ਉਹ ਰੋਲ ਜਿਹੜਾ ਆਪ ਨਹੀਂ ਪਲੇ ਕਰ ਸਕੇ ਪਰ ਉਸ ਰੋਲ ਲਈ ਦੂਸਰਿਆਂ ਨੂੰ ਤਿਆਰ ਕਰਨਾ ਕਿ ਕਿਹੋ ਜਿਹਾ ਐਕਸਪੀਰੀਅੰਸ ਸੀ ਦੇਖੋ ਉਹਦੇ ਵਿੱਚ ਇਹ ਸੀਗਾ ਕਿ ਮੈਨੂੰ ਇਹ ਪਤਾ ਲੱਗਿਆ ਸੀ ਕਿ ਨਿਊਜ਼ ਡਿਜਰ ਜਿਹੜੇ ਆ ਨਾ ਬੜੀ ਇੰਪੋਰਟੈਂਟ ਪਰਸਨੈਲਿਟੀ ਹੁੰਦੀ ਹੈ ਟੀਵੀ ਆਰ ਐਂਕਰ ਆਰ ਨਿਊਜ਼ ਡਿਜਰ ਜਿਹੜੇ ਦੂਰਦਰਸ਼ਨ ਦਾ ਜਿਹਨੂੰ ਕਹਿੰਦੇ ਆ ਸ਼ੋਰੂਮ ਉਹੀ ਹੁੰਦੇ ਨੇ ਉਹਨਾਂ ਤੋਂ ਹੀ ਇੱਕ ਕਿਸੇ ਚੈਨਲ ਦੀ ਆਈਡੈਂਟੀਟੀ ਜਿਹੜੀ ਹੈ ਉਹ ਬਣਦੀ ਆ ਜੀ ਤੇ ਉਹ ਬੜੇ ਕਾਬਿਲ ਬੜੇ ਉਹਨਾਂ ਦਾ ਪਰਸਨੈਲਿਟੀ ਵੀ ਵਧੀਆ ਹੋਣੀ ਚਾਹੀਦੀ ਆ ਪਲੱਸ ਉਹਨਾਂ 'ਚ ਕੌਨਫੀਡੈਂਸ ਵੀ ਹੋਣਾ ਚਾਹੀਦਾ ਤੇ ਉਹਨਾਂ ਨੂੰ ਨੋਲਿਜ ਵੀ ਹੋਣੀ ਚਾਹੀਦੀ ਆ ਜੀ ਤੇ ਐਸਰ ਕੇ ਅਸੀਂ ਜਦੋਂ ਮੈਂ ਪਹਿਲਾਂ ਮਤਨ ਦੱਸਣ ਪਹਿਲੀ ਜਿਹੜੀ ਗੱਲ ਦੱਸਣ ਲੱਗਿਆ ਸੀ ਉਹ ਤੋਂ ਮੈਂ ਸ਼ੁਰੂ ਕਰਦੇ ਫਿਰ ਮੈਂ ਨਿਊਜ਼ ਵਾਂ ਲਾਵਾਂਗਾ ਅੱਛਾ ਕਿ ਮੈਂ ਜਦੋਂ ਜੁਆਇਨ ਕੀਤਾ ਤਾਂ ਮੈਨੂੰ ਸਪੋਰਟਸ ਪ੍ਰੋਗਰਾਮ ਮਿਲ ਗਿਆ ਹਮ ਹਮ ਐਸ ਅ ਪ੍ਰੋਡਕਸ਼ਨ ਸਿਸਟੈਂਟ ਠੀਕ ਹੈ ਔਰ ਮੈਂ ਸਪੋਰਟਸ ਪ੍ਰੋਗਰਾਮ ਕੀਤਾ ਉਹ ਬਾਈਚਾਂ ਉਸ ਤੋਂ ਏਸ਼ੀਅਨ ਗੇਮਸ ਹੋਣੀਆਂ ਸੀਗੀਆਂ ਹਮ ਹਮ ਤੇ ਇੱਕ ਨੈਸ਼ਨਲ ਟੀਮ ਜਿਹੜੀ ਹੈ ਸੈਂਟਰਲ ਟੀਮ ਬਣਾਉਣੀ ਸੀ ਦੂਰਦਰਸ਼ਨ ਨੇ ਤੇ ਉਹਨਾਂ ਦੇਖਿਆ ਕਿਹੜੇ-ਕਿਹੜੇ ਬੰਦੇ ਜਿਹੜੇ ਨੇ ਉਹ ਸਪੋਰਟਸ ਪ੍ਰੋਗਰਾਮ ਨਾਲ ਢੀਲ ਕਰਦੇ ਆ ਸਪੋਰਟਸ ਪ੍ਰੋਗਰਾਮ ਪ੍ਰੋਡਿਊਸ ਕਰਦੇ ਇਹ ਜਿਹੜੇ ਹੈਲਪ ਕਰ ਰਹੇ ਆ ਉਹਨਾਂ ਦੀ ਉਹਨਾਂ ਨੇ ਇੱਕ ਸੈਂਟਰਲ ਟੀਮ ਬਣਾਈ ਮੈਨੂੰ ਇਹ ਫਾਇਦਾ ਇਹ ਹੋਇਆ ਕਿ ਉਸ ਟੀਮ ਦੇ ਜਾਣ ਨਾਲ ਸਾਨੂੰ ਬਕਾਇਦਾ ਐਨਈਐਸ ਬਟਿਆਲਾ ਤੋਂ ਟ੍ਰੇਨਿੰਗ ਦਿੱਤੀ ਗਈ ਕਿ ਹਾਊ ਟੂ ਕਵਰ ਦਾ ਡਿਫਰੈਂਟ ਗੇਮਸ ਕਿਸ ਐਂਗਲ ਤੇ ਔਰ ਕਿਹੜਾ ਪੁਆਇੰਟ ਜ਼ਿਆਦਾ ਇੰਪੋਰਟੈਂਟ ਆ ਔਰ ਕਿਹੜੇ ਪਲੇਅਰ ਕਿਸ ਐਂਗਲ ਤੋਂ ਕਵਰ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਬਕਾਇਦਾ ਟ੍ਰੇਨਿੰਗ ਦਿੱਤੀ ਗਈ ਪਹਿਲਾਂ ਆਹਾਂ ਔਰ ਉਸ ਤੋਂ ਬਾਅਦ ਅਸੀਂ ਏਸ਼ੀਅਨ ਗੇਮਸ ਕਵਰ ਕੀਤੀਆਂ ਮੇਰੀ ਡਿਊਟੀ ਵਾਲੀਬਾਲ ਜਮਨਾਸਟਿਕ ਤੇ ਬੈਡਮਿੰਟਨ ਤੇ ਲੱਗੀ ਔਰ ਇੱਕ ਬੜਾ ਪ੍ਰੈਸਟੀਜੀਅਸ ਸੀਗਾ ਕਿ ਏਸ਼ੀਅਨ ਗੇਮਸ 82 ਦੇ ਜਦੋਂ ਹੋਈਆਂ दैट वाज ए वेरी प्रेस्टीजियस इवन फॉर इंडिया ਤੇ ਉਹਦਾ ਸਾਨੂੰ ਕਵਰ ਕਰਨ ਦਾ ਮੌਕਾ ਮਿਲਿਆ ਕਿਉਂਕਿ ਉਦੋਂ 컬러 ਟੀਵੀ ਵੀ ਉਸੇ ਹੀ ਸਾਲ ਇੰਟਰੋਡਿਊਸ ਹੋਇਆ ਸੀ ਬਿਲਕੁਲ ਬਿਲਕੁਲ ਹਾਂਜੀ ਤੇ ਉਸ ਤੋਂ ਬਾਅਦ ਫਿਰ ਜਦੋਂ ਆਈ ਅਪਲਾਈਡ ਫॉर ਯੂਪੀਐਸਸੀ ਵਾਲਾ ਪੋਸਟ ਅਨ ਲਈਆਂ ਪ੍ਰੋਗਰਾਮ ਐਗਜ਼ੈਕਟਿਵ ਦੀਆਂ ਸਪੋਰਟਸ ਦੀਆਂ ਆਈ ਅਪਲਾਈਡ ਫॉर दैट ਐਂਡ ਆ ਵਾਸ ਸਲੈਕਟਡ अच्छा उस तो बाद जब मैं प्रोग्राम एग्जीक्यूटिव स्पोर्ट्स सिलेक्ट हो गया फिर बाद जब मैं दूरदर्शन जॉइन ਕੀਤਾ ਤੇ گورنمنٹ ਦੇ ਵਿੱਚ ਤੁਹਾਨੂੰ ਕੋਈ ਵੀ ਕੰਮ ਦਿੱਤਾ ਜਾ ਸਕਦਾ ਯੂ ਕੈਨ ਬੀ ਅਸਾਈਨ ਐਨੀ ਟਾਈਮ ਐਨੀ ਜੌਬ اچھا ਤਾਂ ਮੈਨੂੰ ਨਾਲ ਨਿਊ ਸੈਕਸ਼ਨ ਦੇਤਾ ਯੂਜ਼ ਐਂਡ ਕਰੰਟ ਅਫੇਅਰ ਤੋਂ ਉਹਦਾ ਮੈਂ ਫਿਰ ਜ਼ਿਆਦਾ ਨਿਊਜ਼ ਰੀਡਰ ਕਿਉਂਕਿ ਮੇਰਾ ਵੀ ਪਤਾ ਸੀਗਾ ਕਿ ਇੱਕ ਨਿਊਜ਼ ਰੀਡਰ ਬਣਨ ਵਾਸਤੇ ਕਿੰਨੀ ਕੋਸ਼ਿਸ਼ ਕਰਨੀ ਪੈਂਦੀ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਤੇ ਮੈਂ ਚਾਹੁੰਦਾ ਸੀ ਵੀ ਜੇਣੀ ਸਿਲੈਕਸ਼ਨ ਹੋਵੇ ਉਫੇ ਰਹੂਵੇ ਜਿਹੜਾ ਰਿਜ਼ਰਵ ਕਰਦਾ ਉਹਨੂੰ ਜ਼ਰੂਰ ਮੌਕਾ ਮਿਲਣਾ ਚਾਹੀਦਾ ਤੇ ਇਸ ਕਰਕੇ ਅਸੀਂ ਉਦੋਂ ਜਦੋਂ ਨਿਊਜ਼ ਪ੍ਰੋਡਿਊਸ ਕਰਦਾ ਸੀ ਤੇ ਉਦੋਂ ਅਸੀਂ ਨਵਾਂ ਇੱਕ ਕਨਸੈਪਟ ਸ਼ੁਰੂ ਕੀਤਾ ਕਿ ਉਦੋਂ ਕੱਲਾ ਦੂਰਦਰਸ਼ਨ ਚੈਨਲ ਸੀ ਕਿ ਅਸੀਂ ਨਿਊਜ਼ ਰਿਪੋਰਟਰ ਡਲੇ ਰੱਖਦਾ ਇੱਕ ਆਈਡੀਆ ਡਵੈਲਪ ਕੀਤਾ ਕਿ ਅਲੱਗ-ਅਲੱਗ ਸਿਟੀਜ਼ ਤੋਂ ਅਗਲੇ ਅਲੱਗ-ਅਲੱਗ ਨਿਊਜ਼ ਰਿਪੋਰਟਰ ਅਗਰ ਰਿਪੋਰਟਿੰਗ ਕਰਨਗੇ ਤੇ ਉਹਦੇ ਨਾਲ ਸਾਡਾ ਜਿਹੜਾ ਨਿਊਜ਼ ਬੁਲੇਟਿਨ ਆ ਹੋਰ ਰਿਚ ਬਣ ਜਾਏਗਾ ਪਹਿਲਾਂ ਨਿਊਜ਼ ਰਿਪੋਰਟਰ ਨਹੀਂ ਹੋਇਆ ਕਰਦੀ ਸੀ ਮੈਨੂੰ ਯਾਦ ਆ ਕਿ ਪਹਿਲਾਂ ਨਿਊਜ਼ ਸਟ੍ਰਿੰਗਰਸ ਹੁੰਦੇ ਸੀ ਸਟ੍ਰਿੰਗਰ ਸਿਰਫ ਉਹੀ ਹੁੰਦੇ ਸੀ ਜਿਨ੍ਹਾਂ ਦੇ ਕੋਲ ਕੈਮਰਾ ਅਵੇਲੇਬਲ ਹੈ ਤੇ ਉਹਨਾਂ ਨੂੰ ਕੋਈ ਨਾ ਕੋਈ ਕਵਰੇਜ ਕਰਨ ਭੇਜ ਦਿੱਤਾ ਜਾਂਦਾ ਸੀ ਪਰ ਨਿਊਜ਼ ਰਿਪੋਰਟਰਸ ਪਹਿਲੀ ਵਾਰੀ ਹਾਇਰ ਕੀਤੇ ਜਿਸ ਵੇਲੇ ਤੁਸੀਂ ਨਿਊਜ਼ ਪ੍ਰੋਡਿਊਸਰ ਸੀਗੇ ਉਹ ਸਾਨੂੰ ਬੜੇ ਵੈਰਾਈਟੀ ਮ ਲਈ ਬਹੁਤ ਐਪਰੀਸ਼ੀਏਟ ਵੀ ਕੀਤਾ ਗਿਆ ਫਿਰ ਸਾਡਾ ਜਦੋਂ ਢੀਡੀ ਪੰਜਾਬੀ ਸ਼ੁਰੂ ਹੋਇਆ ਫਿਰ ਮਾਰਨਿੰਗ ਸ਼ੋਅ ਦੇ ਵਿੱਚ ਨਿਊਜ਼ ਤੇ ਕਰੰਟ ਅਫੇਅਰ ਦੇ ਪ੍ਰੋਗਰਾਮ ਖਾਸ ਕਰਕੇ ਇੱਕ ਨਜ਼ਰ ਦੇ ਵਿੱਚ ਉਹ ਵੀ ਅਸੀਂ ਐਕਸਪਰਟ ਵੀ ਵਧੀਆ ਲੱਗਣੇ ਔਰ ਪਲੱਸ ਜਿਹੜੇ ਐਂਕਰ ਵੀ ਉਹ ਵੀ ਉਸ ਕੈਲੀਬਰ ਦੇ ਜਿਨ੍ਹਾਂ ਦਾ ਜਰਨਲਿਜ਼ਮ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਅਸੀਂ ਉਸ ਪ੍ਰੋਗਰਾਮ 'ਚ ਲੈਣ ਦੀ ਕੋਸ਼ਿਸ਼ ਕੀਤੀ ਆਪਣੇ ਸੁਣ ਵਾਲਿਆਂ ਨੂੰ ਬੜੀ ਖੁਸ਼ੀ ਹੈ ਕਿ ਜੈਸ ਨਿਊਜ਼ ਰਿਪੋਰਟਰ ਨੂੰ ਅਸੀਂ ਸਿਲੈਕਟ ਕੀਤਾ ਸੀ ਔਰ ਜਿਹੜੇ ਸਾਡੇ ਖਾਸ ਕਰਕੇ ਬਣਦੀ ਐਂਕਰਿੰਗ ਕਰਦੀ ਹੈ ਅੱਜ ਉਹ ਮੇਰੀ ਇੰਟਰਵਿਊ ਤੇ ਲੈ ਲਿਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਛਾ ਇੱਥੇ ਮੈਂ ਸੱਚੀ ਦੱਸਾਂ ਕਿ ਮੈਂ ਵੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਸੁਣਨ ਵਾਲਿਆਂ ਨੂੰ ਦੱਸਾਂ ਕਿ ਮੈਨੂੰ ਜਿਵੇਂ ਮੈਂ ਦੂਰਦਰਸ਼ਨ ਦੇ ਵਿੱਚ ਇਸ ਵੇਲੇ ਪਹੁੰਚ ਗਈ ਹਾਂ ਰਦਾਵਤ ਸਭ ਜੀ ਤੁਸੀਂ ਜ਼ਿਕਰ ਕੀਤਾ ਕਿ ਉਹ ਜਿਹੜੇ ਨਿਊਜ਼ ਰਿਪੋਰਟਰਸ ਚੁਣੇ ਗਏ ਸੀ ਮੇਰੇ ਖਾਲ 4-5 ਰਿਪੋਰਟਰਸ ਸੀਗੇ ਉਹਨਾਂ ਦੇ ਵਿੱਚੋਂ ਜਿਹੜੀ ਸਾਨੂੰ ਵੀ ਮੇਜਰ ਅਸਾਈਨਮੈਂਟ ਦਿੱਤੀ ਗਈ ਸੀ ਉਹ ਇਲੈਕਸ਼ਨ ਡੇ ਤੇ ਕਵਰੇਜ ਕਰਨ ਉਸ ਵੇਲੇ ਮੇਰੇ ਖਾਲ ਕਾਊਂਟਿੰਗ ਵਾਲੇ ਦਿਨ ਤੁਸੀਂ ਭੇਜਿਆ ਸੀ ਸਾਨੂੰ ਮਲੇਰਕੋਟਲਾ ਮੈਨੂੰ ਭੇਜਿਆ ਸੀਗਾ ਐਂਡ ਥੈਟ ਵਾਸ ਸੋ ਐਕਸਾਈਟਿੰਗ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਪਰ ਇਹ ਸੀ ਕਿ ਪੂਰੇ ਕੌਨਫੀਡੈਂਸ ਨਾਲ ਗਏ ਸੀ ਤੇ ਬੜੇ ਕੌਨਫੀਡੈਂਸ ਦੇ ਨਾਲ ਉਹ ਵਾਪਸ ਜਿਹੜੀ ਰਿਪੋਰਟ ਤਿਆਰ ਕਰਕੇ ਆਏ ਸੀ ਅ ਮੈਂ ਇਹ ਕਹਿਣ ਦੇ ਵਿੱਚ ਇਹਦੇ ਵਿੱਚ ਮੈਨੂੰ ਕੋਈ ਹਰਜ਼ ਨਹੀਂ ਹੈ ਕੋਈ ਮੈਗੋਰੇਜ਼ ਨਹੀਂ ਕਰੂੰਗੀ ਕਿ ਤੁਸੀਂ ਕੁਝ ਟ੍ਰੇਨ ਹੀ ਸਾਨੂੰ ਇਸ ਢੰਗ ਨਾਲ ਕਰਕੇ ਭੇਜਿਆ ਸੀ ਨਹੀਂ ਉਹ ਮੈਨੂੰ ਵੀ ਬੜੀ ਖੁਸ਼ੀ ਹੈ ਕਿ ਜਦੋਂ ਹੋਰ ਰਿਪੋਰਟਰ ਸਾਰੇ ਜਿਹਨਾਂ ਰਿਪੋਰਟਿੰਗ ਇਲੈਕਸ਼ਨ ਦੇ ਵਿੱਚ ਹੋਈ ਤਾਂ ਲੋਕਾਂ ਨੇ ਸਾਡੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਜਿਵੇਂ ਉਹ ਸਮਥਿੰਗ ਉਹ ਪਹਿਲੀ ਵਾਰੀ ਸੀ ਨਾ ਉਹ ਪਹਿਲੀ ਵਾਰੀ ਹੋਇਆ ਸੀ ਕੁਝ ਉਹੀ ਜੇ ਅਸੀਂ ਉਹਨਾਂ ਦੀ ਜੋ ਦਰਸ਼ਕਾਂ ਦੀ ਖਾਹਿਸ਼ ਹੈਗੀ ਜਾਂ ਜੋ ਉਹਨਾਂ ਦੀ ਡਿਮਾਂਡ ਹੈਗੀ ਹੈ ਤੇ ਉਹਨਾਂ ਦੀ ਮੁਤਾਬਕ ਅਸੀਂ ਚੱਲਾਂਗੇ ਤੇ ਉਹਨਾਂ ਦਾ ਰਿਸਪਾਸ ਵਧੀਆ ਆਇਆਗਾ ਤੇ ਜੋ ਸਾਨੂੰ ਖੁਸ਼ੀ ਉਹ ਹੁੰਦੀ ਆ ਸਭ ਤੋਂ ਵੱਡੀ ਉਹੀ ਖੁਸ਼ੀ ਹੁੰਦੀ ਹੈ ਦੋਸਤੋ ਉੱਪਰ ਹੋਰ ਕੁਝ ਨਹੀਂ ਹੁੰਦਾ ਔਰ ਸਾਨੂੰ ਇਹ ਵੀ ਲੱਗਿਆ ਕਿ ਅਸੀਂ ਅੱਛੇ ਐਂਕਰਸ ਜਿਹੜੇ ਆ ਉਹਨਾਂ ਰੱਖਿਆ ਔਰ ਰਿਪੋਰਟਰ ਅੱਛੇ ਰੱਖਿਆ ਸਾਡਾ ਬੁਲੇਟਿਨ ਜਿਹੜਾ ਹੋਰ ਇੱਚ ਹੋ ਗਿਆ ਉਦੋਂ ਖਬਰਾਂ ਦੂਰਦਰਸ਼ਨ ਦੀ ਬਹੁਤ ਜ਼ਿਆਦਾ ਸੁਣਿਆ ਜਾਂਦੇ ਸੀ ਔਰ ਹਜੇ ਵੀ ਦੂਰਦਰਸ਼ਨ ਦੀਆਂ ਖਬਰਾਂ ਤੇ ਲੋਹੀ ਲੋਕਾਂ ਨੂੰ ਪੁਰਾਣਾ ਅੱਛਾ ਇਹ ਵੀ ਹੁੰਦਾ ਕਿ ਜਦੋਂ ਤੁਸੀਂ ਕਿ ਕਿਸੇ ਕੰਮ ਨੂੰ ਸ਼ੁਰੂ ਕਰ ਦਿੱਤਾ ਉਹ ਤਾਂ ਵੱਖਰੀ ਚੀਜ਼ ਹੈ ਲੀ ਤੇ ਚੱਲਦੇ ਜਾਣਾ ਜਿਹੜੀ ਲੀ ਬਣੀ ਹੋਈ ਹੈ ਪਰ ਕੁਝ ਜਿਹੜੇ ਇਨੀਸ਼ੀਏਟਿਵ ਲੈਣੇ ਉਹ ਵੀ ਇੱਕ ਹਰ ਇੱਕ ਵਿਅਕਤੀ ਦੇ ਉਹ ਵਸ ਦੀ ਗੱਲ ਨਹੀਂ ਹੁੰਦੀ ਇਨੀਸ਼ੀਏਟਿਵ ਲੈਣੇ ਤੇ ਉਸ ਚੈਲੰਜ ਨੂੰ ਲੈ ਕੇ ਦੇਖਣਾ ਕਿ ਦੇਖੀਏ ਐਕਸਪੈਰੀਮੈਂਟ ਕਰਕੇ ਦੇਖਦੇ ਹਾਂ ਮੈਨੂੰ ਲੱਗਦਾ ਕਿ ਰਿਪੋਰਟਰਸ ਵਾਲਾ ਵੀ ਤੁਹਾਡਾ ਹੀ ਇਨੀਸ਼ੀਏਟਿਵ ਸੀ ਤੇ ਸੈਕੰਡਲੀ ਜਿਹੜਾ ਖਾਸ ਖਬਰ ਇੱਕ ਨਜ਼ਰ ਤੇ ਉਹਦੇ ਵਿੱਚ ਮੈਨੂੰ ਯਾਦ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੈਂ ਤੁਹਾਨੂੰ ਦੱਸਾਂ ਕਿਉਂਕਿ ਕਈ ਐਂਕਰਸ ਦੇਖ ਕੇ ਉਹਨਾਂ ਦਾ ਕੈਲੀਬਰ ਦੇਖ ਕੇ ਤੁਹਾਡਾ ਦਿਲ ਕਰਦਾ ਹੈ ਕਿ ਇਹੋ ਜਿਹਾ ਪ੍ਰੋਗਰਾਮ ਬਣਾਈਏ ਹਾਂ ਹਾਂ ਫਿਰ ਅਸੀਂ ਖਾਸ ਕਰਕੇ ਨਜ਼ਰ ਕਰਦੇ ਸੀਗੇ ਜੀ ਡੇਲੀ ਕਰੰਟਲੀ ਇਵੈਂਟਸ ਉਹ ਡਿਸਕਸ ਕਰਦੇ ਸੀ ਅਸੀਂ ਇੱਕ ਨਵਾਂ ਕਨਸਰਟ ਸੈਟਰਡੇ ਅਸੀਂ ਇੱਕ ਸਪੈਸ਼ਲ ਸ਼ੋਅ ਕਵਰਜ ਰੱਖਦੇ ਸੀ ਵਿੱਚ ਅਸੀਂ ਰਾਉਂਡ ਅਪ ਆਫ ਐਕਟੀਵਿਟੀਜ਼ ਪੂਰੇ ਹਫਤੇ ਦੀਆਂ ਜੜੀਆਂ ਨਿਊਜ਼ ਐਕਟੀਵਿਟੀਜ਼ ਆਈਆਂ ਉਹਨਾਂ ਦਾ ਰਾਉਂਡ ਅਪ ਕਰਦੇ ਸੀ ਜੀ ਔਰ ਤੁਹਾਡ ਨੂੰ ਉਸ ਪ੍ਰੋਗਰਾਮ ਕਰਾਨੀ ਅਸੀਂ ਬੁਲਾਦੇ ਸੀ ਔਰ ਤੁਸੀਂ ਉਹ ਪ੍ਰੋਗਰਾਮ ਬਹੁਤ ਵਧੀਆ ਕਰਦੇ ਸੀ ਬਿਲਕੁਲ ਉਸ ਪ੍ਰੋਗਰਾਮ ਦਾ ਨਾਮ ਅਸੀਂ ਰੱਖਿਆ ਸੀ ਖਬਰਾਂ ਚੋਂ ਖਬਰਾਂ ਤਾਂ ਮੈਨੂੰ ਪਤਾ ਕਿ ਜਦੋਂ ਉਸ ਪ੍ਰੋਗਰਾਮ ਦੀ ਮੈਂ ਸਕ੍ਰਿਪਟ ਲਿਖਿਆ ਕਰਦੀ ਸੀ ਜਿਹੜੀ ਸ਼ੁੱਕਰਵਾਰ ਦੀ ਪੂਰੀ ਰਾਤ ਸੀ ਪੂਰੇ ਹਫਤੇ ਪਰ ਦੇ ਅਖਬਾਰ ਲੈ ਕੇ ਉਹਦੇ ਵਿੱਚੋਂ ਖਬਰਾਂ ਚੁਣ ਕੇ ਫਿਰ ਸਕ੍ਰਿਪਟ ਲਿਖਣੀ ਫਿਰ ਤੁਹਾਡਾ ਡਿਸਕਸ ਕਰਨਾ ਫਿਰ ਸ਼ਾਮ ਨੂੰ ਆ ਕੇ ਉਹਦੇ ਨਾਲ ਵਿਜ਼ੂਅਲਸ ਜਿਹੜੇ ਆ ਉਹਨੂੰ ਮੈਚ ਕਰਕੇ ਸਕ੍ਰਿਪਟ ਦੇ ਨਾਲ ਪੂਰਾ ਡਿਸਾਈਡ ਕਰਕੇ ਤੇ ਸਵੇਰੇ ਅਸੀਂ 7:30 ਵਜੇ ਉਹ ਪ੍ਰੋਗਰਾਮ ਮੇਰੇ ਖਲ 7:30 ਵਜੇ ਦਾ ਸਮਾਂ ਹੁੰਦਾ ਸੀ ਲਾਈਵ ਉਹ ਪ੍ਰੋਗਰਾਮ ਹੁੰਦਾ ਸੀ ਸੋ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲੈਣਾ ਮੈਂ ਪਹਿਲਾਂ ਵੀ ਕਹਿ ਕੇ ਹਟੀਆਂ ਹਰ ਕਿਸੇ ਦੇ ਵਾਸਤੇ ਗੱਲ ਨਹੀਂ ਹੁੰਦੀ ਮੇਰਾ ਖੁਦ ਦਾ ਆਪਣਾ ਬਹੁਤ ਸ਼ਾਨਦਾਰ ਐਕਸਪੀਰੀਅੰਸ ਤੁਹਾਡੇ ਨਾਲ ਇਹ ਕੰਮ ਕਰਕੇ ਰਿਹਾ ਸਰਨਵਾਲੇ ਦੱਸਦਾ ਕਿ ਅਗਲੇ ਹਿੱਸੇ ਦੇ ਵਿੱਚ ਇਹਨਾਂ ਦੇ ਨਾਲ ਕੁਝ ਹੋਰ ਗੱਲਾਂ ਕਰਨੀਆਂ ਨੇ ਕੁਝ ਖਾਸ ਇਹਨਾਂ ਦੀਆਂ ਮੇਜਰ ਅਸਾਈਜ਼ ਮੈਂ ਤੁਹਾਨੂੰ ਹੋਰ ਦੱਸਣੀ ਚਾਹਾਂਗਾ ਕਿਉਂਕਿ ਅਸੀਂ ਵੀ ਜਦੋਂ ਪ੍ਰੋਗਰਾਮ ਕਰਨਾ ਤੇ ਪੂਰੇ ਹਫ਼ਤੇ ਭਰ ਖਬਰਾਂ ਵਿੱਚ ਨੋਟ ਕਰਦੇ ਸੀ ਕਿਹੜੀ ਖਬਰ ਜ਼ਿਆਦਾ ਇੰਪੋਰਟੈਂਟ ਹੈ ਜਿਹੜੀ ਕਿ ਰਾਊਂਡ ਅਪ ਦੇ ਵਿੱਚ ਲਈ ਜਾ ਸਕਦੀ ਹੈ ਉਹ ਫੇਰ ਖਬਰਾਂ ਪੂਰਾ ਹਫ਼ਤਾ ਇਕੱਠੇ ਕਰਦੇ ਰਿਹਾ ਫਿਰ ਫਰਾਈਡੇ ਆਪਾਂ ਬੈਠਦੇ ਸੀ ਤੇ ਆਪਾਂ ਉਹ ਫਾਈਨਲ ਕਰਦੇ ਸੀ ਉਹਦੇ ਹਿਸਾਬ ਨਾਲ ਫਿਰ ਤਾਂ ਸਕ੍ਰਿਪਟ ਜੀ ਬਣਾਈ ਜਾਂਦੀ ਹੈ ਹਾਂਜੀ ਸਕ੍ਰਿਪਟ ਲਿਖਦੇ ਸਾਰਾ ਬੜਾ ਵਧੀਆ ਪ੍ਰੋਗਰਾਮ ਲੋਕਾਂ ਨੇ ਬਹੁਤ ਪਸੰਦ ਕਰਦੇ ਸੀ ਉਹ ਪ੍ਰੋਗਰਾਮ ਪਰ ਇਹ ਸੀ ਕਿ ਦੇਖੋ 5-10 ਮਿੰਟ ਦੇ ਵਿੱਚ ਹੀ ਉਹ ਪ੍ਰੋਗਰਾਮ ਨਿਕਲ ਜਾਂਦਾ ਸੀ ਮਿਹਨਤ ਉਹਦੇ ਪਿੱਛੇ ਕਿੰਨੀ ਇਨਵੋਲਵ ਹੁੰਦੀ ਸੀ ਇਹ ਸ਼ਾਇਦ ਕੋਈ ਇਮੇਜਿਨ ਨਹੀਂ ਕਰ ਸਕਦਾ ਕਿ ਇੱਕ 10 ਮਿੰਟ ਦੇ ਪ੍ਰੋਗਰਾਮ ਦੇ ਲਈ ਕਿੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ ਉਹ ਵੀ ਜਿਹੜਾ ਕਰੰਟ ਅਫੇਅਰਸ ਦਾ ਪ੍ਰੋਗਰਾਮ ਹੋਵੇ ਅਗਲੇ ਹਿੱਸੇ ਦੇ ਵਿੱਚ ਖਬਰਾਂ ਤੋਂ ਬਾਅਦ ਕੁਝ ਗੱਲਾਂ ਕਰਨੀਆਂ ਨੇ ਇਹਨਾਂ ਦੇ ਨਾਲ ਹੋਰ ਇਹਨਾਂ ਨੇ 2 ਦਰਜਨ ਤੋਂ ਵੱਧ ਡਾਕੂਮੈਂਟਰੀਜ਼ ਵੀ ਬਣਾਈਆਂ ਨੇ ओके okay, हो जीया डॉक्यूमेंट्रीज सी किस तरह ਉਹਨਾਂ ਦੇ ਵਿਸ਼ੇ ਚੁਣੇ ਇਹ ਵੀ ਇੰਟਰਸਟਿੰਗ ਗੱਲਬਾਤ ਹੋਏਗੀ ਸੋ ਸੁਣਦੇ ਰਹੋ ਸ਼ੇਰੀ ਪੰਜਾਬ ਏ ਐਮ 600 ਐਸਸੀ ਅੱਗੇ ਪਰੰਦਾਵਾ ਜੀ ਮੈਂ ਖਾਸ ਕਰਕੇ ਫੋਕਸ ਕਰਨਾ ਚਾਹੁੰਦੀ ਆ ਜਿਹੜੀਆਂ ਤੁਸੀਂ ਡਾਕੂਮੈਂਟਰੀਜ਼ ਬਣਾਈਆਂ ਯੂ ਡਾਕੂਮੈਂਟਰੀ ਬਣਾਉਣਾ ਇਹ ਬਿਲਕੁਲ ਇੱਕ ਵੱਖਰੀ ਤਰ੍ਹਾਂ ਦਾ ਜਨਰ ਹੈ ਹਰ ਕਿਸੇ ਦੇ ਵਾਸਤੇ ਗੱਲ ਨਹੀਂ ਹੈ ਤੁਸੀਂ ਡਾਕੂਮੈਂਟਸ ਵੀ ਇਕੱਠੇ ਕਰ ਰਹੇ ਹੋ ਤੁਸੀਂ ਉਹਨੂੰ ਇੰਟਰਸਟਿੰਗ ਵੀ ਬਣਾ ਰਹੇ ਹੋ ਤੁਹਾਡਾ ਕੋ ਇਨਫਾਰਮੇਸ਼ਨ ਔਰ ਆਥੈਂਟਿਕ ਵੀ ਹੈਗੀ ਆ ਇਹਨੂੰ ਇੱਕ ਫੀਚਰ ਵਾਂਗੂ ਨਹੀਂ ਆਪਾਂ ਲੈ ਸਕਦੇ ਅ ਖਾਸ ਕਰਕੇ ਮੈਂ ਜਿਹੜੀਆਂ ਤੁਹਾਡੀਆਂ ਡਾਕੂਮੈਂਟਰੀਜ਼ ਚ ਦੇਖ ਰਹੀ ਸੀ ਇੱਕ ਤੁਸੀਂ ਸੁਰਿੰਦਰ ਕੌਰ ਹੁਣਾ ਦੇ ਉੱਤੇ ਬਣਾਈ ਡਾਕੂਮੈਂਟਰੀ ਫਿਰ ਗਲੋਬਲ ਵਾਰਮਿੰਗ ਵਰਗਾ ਇਸ਼ੂ ਹੈ ਉਹ ਬਿਲਕੁਲ ਵੱਖਰੀ ਤਰ੍ਹਾਂ ਦਾ ਹੈ ਸਪੋਰਟਸ ਤੇ ਤੁਸੀਂ ਕਾਫੀ ਕੰਮ ਕੀਤਾ ਹੋਇਆ ਇਹ ਇੰਨੀ ਜਿਹੜੀ ਭਿੰਨਤਾ ਹੈ ਇੰਨੀ ਵੈਰਾਈਟੀ ਹੈ ਇਹ ਇਸ ਤਰ੍ਹਾਂ ਦਾ ਜਿਹੜਾ ਕੰਮ ਕਰਨਾ ਕਿਵੇਂ ਪੋਸੀਬਲ ਹੋ ਸਕਿਆ ਨਵਜੋਦੀ ਕਈ ਚੀਜ਼ਾਂ ਹੁੰਦੀਆਂ ਨੇ ਕਿ ਤੁਹਾਨੂੰ ਕਰਨੀਆਂ ਪੈਂਦੀਆਂ ਨੇ। ਕਈ ਚੀਜ਼ਾਂ ਹੁੰਦੀਆਂ ਤੁਹਾਡੇ ਮਨ ਵਿੱਚ ਹੁੰਦੀਆਂ ਕਿ ਮੈਂ ਕਿਤੇ ਮੌਕਾ ਮਿਲੇ ਤੇ ਮੈਂ ਇਹੋ ਜਿਹਾ ਕੰਮ ਕਰਕੇ ਦਿਖਾਵਾਂ। ਮੈਂ ਬਹੁਤ ਆਪਣੇ ਆਪਣੇ ਖੁਸ਼ਕਿਸਮਤ ਸਮਝਦਾ ਕਿ ਮੈਂ ਦੂਰਦਰਸ਼ਨ 'ਚ ਕੰਮ ਕਰਦੇ ਹੋਇਆ ਜੋ ਸਰਕਾਰ ਨੇ ਕਿਹਾ, ਜੋ ਡਿਪਾਰਟਮੈਂਟ ਨੇ ਕਿਹਾ ਉਹ ਵੀ ਆਪਾਂ ਪ੍ਰੋਗਰਾਮ ਬਣਾਏ। ਲੇਕਿਨ ਜੋ ਸਾਡੇ ਅੰਦਰ ਕੋਈ ਆਈਡੀਆ ਸੀਗੇ ਉਹ ਵੀ ਜਦੋਂ ਅਸੀਂ ਦੱਸੇ ਤੇ ਸਾਨੂੰ ਪੂਰਾ ਅੱਛਾ ਰਿਸਪਾਂਸ ਮਿਲਿਆ ਔਰ ਅਸੀਂ ਉਹਨਾਂ ਨੂੰ ਆ ਰਾਬਤ ਕਰਨ ਦੇ ਵਿੱਚ ਬਹੁਤ ਵਧੀਆ ਨਾਮ ਜਿਹੜਾ ਉਹ ਦੂਰਦਰਸ਼ਨ ਦਾ ਹੋਇਆ। ਸੋ ਜਿਹੜੇ ਕ੍ਰੀਏਟਿਵ ਆਈਡੀਆਜ਼ ਆਏ ਇਨੀਸ਼ੀਏਟਿਵ ਤੁਸੀਂ ਲੈਣ ਦਾ ਜਿਹੜਾ ਖਿਆਲ ਆਇਆ ਉਹ ਤੁਸੀਂ ਸ਼ੇਅਰ ਜ਼ਰੂਰ ਕੀਤਾ। ਗੁੱਡ ਰਿਸਪੌਂਸ ਚੰਗਾ ਮਿਲਿਆ ਤੁਹਾਨੂੰ। ਹਾਂ ਚੰਗਾ ਮਿਲਿਆ। ਨੇਚਰਲੀ ਡਿਪਾਰਟਮੈਂਟ ਤੁਹਾਨੂੰ ਸਪੋਰਟ ਕੀਤਾ ਕਿ ਗੁੱਡ ਆਈਡੀਆ ਹੈ ਇਹਨੂੰ ਡਿਵੈਲਪ ਕਰੋ। ਹੁਣ ਮੈਂ ਫਾਰ ਇਗਜ਼ਾਮਪਲ ਸੁਰਿੰਦਰ ਕੌਰ ਜੀ ਦੀ ਮੇਰੇ ਮਦਰ ਸੁਰਿੰਦਰ ਕੌਰ ਦੇ ਗਾਣੇ ਬਹੁਤ ਗਾਂਦੇ ਹੁੰਦੇ ਸੀ। ਆਲ ਸਮਝੋ ਕਿ ਲੋਰੀਆਂ ਸਾਨੂੰ ਸ੍ਰਿੰਦਰ ਕੌਰ ਦੇ ਗਾਣਿਆਂ ਵਾਲਾ ਨਹੀਂ ਮਿਲਿਆ ਸੀ ਤੇ ਮੇਰੇ ਮਨ ਦੇ ਵਿੱਚ ਬਹੁਤ ਤਮੰਨਾ ਸੀ ਕਿਤੇ ਮੌਕਾ ਮਿਲੇ ਕਿ ਸ੍ਰਿੰਦਰ ਕੌਰ ਜੀ ਨੂੰ ਕਦੇ ਮਿਲੀ ਹੈ ਤੇ ਇਹਨਾਂ ਦਾ ਕੋਈ ਨਾ ਕੋਈ ਪ੍ਰੋਗਰਾਮ ਬਣਾਇਆ ਜਾਏ ਅੱਛਾ ਔਰ ਮੈਨੂੰ ਇਹ ਮੌਕਾ ਮਿਲਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇੱਕ ਉਹਨਾਂ ਨੇ ਮੈਡਮ ਸ੍ਰਿੰਦਰ ਕੌਰ ਜੀ ਨੂੰ ਆਨਰਰੀ ਡਿਗਰੀ ਦਿੱਤੀ ਤੇ ਉਦੋਂ ਵਾਈਸ ਚਾਂਸਲਰ ਸੀਗੇ ਡਾਕਟਰ ਐਸ. ਪੀ. ਸਿੰਘ ਜੀ ਉਹਨਾਂ ਨੇ ਮੈਨੂੰ ਬੁਲਾਇਆ ਕਿ ਕਵਰ ਕਰਨਾ ਸੀ ਗਏ ਤੇ ਉੱਥੇ ਮੈਨੂੰ ਸ੍ਰਿੰਦਰ ਕੌਰ ਜੀ ਦੇ ਨਾਲ ਮੈਨੂੰ ਦਾ ਬਨੂ ਮੌਕਾ ਮਿਲਿਆ ਹੂੰ ਔਰ ਮੈਂ ਇਹ ਸਮਝਦਾ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਦੂਰਦਰਸ਼ਨ 'ਚ ਰਹਿ ਕੇ ਸਾਨੂੰ ਇੰਨੀਆਂ ਵੱਡੀਆਂ-ਵੱਡੀਆਂ ਪਰਸਨੈਲਿਟੀਜ਼ ਨਾਲ ਮਿਲਣ ਦਾ ਸਾਨੂੰ ਮੌਕਾ ਮਿਲਿਆ ਹੂੰ ਹੂੰ ਔਰ ਮੈਂ ਜਦੋਂ ਉਹਨਾਂ ਨੂੰ ਕਿਹਾ ਕਿ ਮੈਂ ਦਾ ਤੁਹਾਡੇ ਡਾਕੂਮੈਂਟਰੀ ਬਣਾਉਣਾ ਚਾਹਉਂ ਬਹੁਤ ਖੁਸ਼ ਹੋਏ ਔਰ ਔਰ ਉਹਨਾਂ ਨੇ ਮੈਨੂੰ ਪੂਰੀ ਸਪੋਰਟ ਵੀ ਕੀਤੀ ਹੂੰ ਉਸ ਡਾਕੂਮੈਂਟਰੀ ਦੇ ਵਿੱਚ ਸਭ ਤੋਂ ਵੱਡੀ ਚੈਲੰਜ ਮੇਰੇ ਵਾਸਤੇ ਇਹ ਸੀ ਕਿਉਂਕਿ ਜਦੋਂ ਸੁਨੀਲ ਕੌਰ ਜੀ ਗਾਉਂਦੇ ਸੀਗੇ ਉਹਨਾਂ ਦੇ ਸਿਰਫ ਰਿਕਾਰਡ ਹੀ ਮਿਲਦੇ ਸੀਗੇ ਅੱਛਾ ਆਡੀਓ ਸੀ ਸਿਰਫ ਹਮਮ ਉਸ ਸਮਾਂ ਨੇ ਜਿਹੜੇ ਵੀਡੀਓ ਵਾਲਾ ਦੌਰ ਨਹੀਂ ਸੀ ਸ਼ੁਰੂ ਹੋਇਆ ਉਹਨਾਂ ਦਾ ਕੋਈ ਵੀ ਸੁਰਿੰਦਰ ਕੌਰ ਜੀ ਦਾ ਵੀਡੀਓ Song ਨਹੀਂ ਹੈਗਾ ਅੱਛਾ ਕਿਉਂਕਿ ਸਾਡਾ ਅਸੀਂ ਦੂਰਦਰਸ਼ਨ ਤੇ ਡਾਕੂਮੈਂਟਰੀ ਬਣਾਉਣੀ ਹੈ ਤੇ ਉਹਨਾਂ ਦੇ ਜਿਹੜੇ ਗਾਣੇ ਜੋ ਉਹਨਾਂ ਦੇ ਅ ਇਮੇਜਿਨੇਸ਼ਨਸ ਆਪਾਂ ਲਿਆਉਣੇ ਆਪਣੇ ਆਪਣੇ ਇਮੇਜਿਨੇਸ਼ਨਸ ਤੇ ਮੇਰੇ ਵਾਸਤੇ ਇਹ ਸੀ ਕਿ ਉਹ ਜੋ ਇਮੇਜਿਨ ਅਸੀਂ ਕਰਦੇ ਹਾਂ ਉਹ ਚੀਜ਼ਾਂ ਅਸੀਂ ਦਿਖਾ ਸਕੀਏ ਅੱਛਾ ਤਾਂ ਮੈਂ ਫਿਰ ਉਹਨਾਂ ਦੇ ਕੁਝ Song ਸਿਲੈਕਟ ਕੀਤੇ ਹਮਮ ਔਰ ਉਹਨਾਂ ਦੀ ਵੀਡੀਓ ਗ੍ਰਾਫਿਕ ਕੀਤੀ ਪੂਰੇ ਪੂਰੇ Song ਮੈਨੇ ਕੀਤੇ ਜਿਹੜਾ ਪੋਰਸ਼ਨ ਬੰਦਾ ਯੂਸ ਕਰ ਰਿਹਾ ਸੀ ਯੂਸ ਕਰ ਰਹੀ ਸੀ ਉਹਨਾਂ ਹੀ ਪੋਰਸ਼ਨ ਦੀ ਵੀਡੀਓਸ ਅਸੀਂ ਬਣਾਈਆਂ اچھا ਔਰ ਉਹਦੇ ਕਰਕੇ ਉਹ ਜਿਹੜਾ ਪ੍ਰੋਗਰਾਮ ਸੀ ਵਿਜ਼ੂअली ਰਿਚ ਹੋਇਆ ਮੇਨ ਚੀਜ਼ ਇਹ ਚੀਜ਼ ਹੈ ਕਿ ਜੋ ਸ੍ਰਿੰਦਰ ਕੌਰ ਜੀ ਨੇ ਆਪਣੇ ਗੱਲਾਂ ਬਾਤਾਂ ਦੇ ਜ਼ਰੀਏ ਜੋ ਕੁਝ ਦੱਸਿਆ ਉਹ ਕਿਤੇ ਵੀ ਅਵੇਲੇਬਲ ਨਹੀਂ ਹੈਗਾ ਜਿਹੜਾ ਉਹਨਾਂ ਦੇ ਮੂੰਹੋਂ ਉਹਨਾਂ ਨੇ ਆਪਣੇ ਗੱਲਾਂ ਸ਼ੇਅਰ ਕੀਤੀਆਂ ਸਾਡੇ ਨਾਲ ਉਹ ਇੱਕ ਬਹੁਤ ਆਰਕਾਈਵ ਵਾਲੀ ਚੀਜ਼ ਹੈਗੀ ਹੈ ਪਲੱਸ कि ਉਹਨਾਂ ਦੇ ਜਿਹੜੇ ਵੀ ਰੇਡੀਏਸ਼ਨ ਸੀਗੇ ਉਹਨਾਂ ਦੀ ਬੇਟੀ ਡੌਲੀ ਗਲੇਰੀਆ ਨੇ ਬਹੁਤ ਸਪੋਰਟ ਕੀਤੀ ਮੈਨੂੰ ਔਰ ਜੋ ਮਟੀਰੀਅਲ ਉਹਨਾਂ ਨੇ ਮੈਨੂੰ ਦਿੱਤਾ ਉਸ ਨਾਲ ਇਹ ਡਾਕੂਮੈਂਟਰੀ ਜਿਹੜੀ ਹੈ ਬਹੁਤ ਵਧੀਆ ਬਣੀ ਅੱਛਾ ਫਿਰ ਉਹਨਾਂ ਨੇ ਕੁਝ ਲੋਕਾਂ ਦੇ ਬਾਰੇ ਦੱਸਿਆ ਸੀਗਾ ਕਿ ਇਹ ਲੋਕ ਮੇਰੇ ਨਾਲ ਐਸੋਸੀਏਟਡ ਨੇ ਮੈਂ ਵੇਦਕਾਰਦਾਰ ਅੰਦਰ ਸੀ ਕਦੋਂ ਉਹ ਆਣਗੇ ਕੋਈ ਬਾਹਰ ਰਹਿੰਦੇ ਸੀ ਕੋਈ ਕੈਨੇਡਾ ਰਹਿੰਦਾ ਸੀ ਕੋਈ ਅਮਰੀਕਾ ਰਹਿੰਦਾ ਸੀ ਉਹ ਫਿਰ ਜਦੋਂ ਜਦੋਂ ਆਉਂਦੇ ਰਹੇ ਉਦੋਂ ਸੀ ਉਹਨਾਂ ਦੀ ਸਟੇਟਮੈਂਟ रिकॉर्ड ਕਰਦੇ ਰਹੇ ਠੀਕ ਹੈ اور ਸਭ ਤੋਂ ਵੱਡੀ ਗੱਲ ਇਹ ਹੈ ਕਿ ਉਦੋਂ ਦੇ ਜਿਹੜੇ ਚੀਫ ਮਿਨਿਸਟਰ ਸੀਗੇ ਉਹਨਾਂ ਨੇ ਵੀ ਸ਼ੋ ਕੀਤਾ ਸੀਗਾ ਉਹਨਾਂ ਨੇ ਵੀ ਸਾਨੂੰ ਮੌਕਾ ਮਿਲਿਆ ਉਹਨਾਂ ਨੇ ਵੀ ਸੁਰਿੰਦਰ ਕੌਰ ਜੀ ਬਰਦਰਸਿਆ ਹਮਮ ਗੁਜਰਾਲ ਸਾਹਿਬ ਨੇ ਬਹੁਤ ਉਹਨਾਂ ਦਾ ਬੜਾ ਅੱਛਾ ਸੰਬੰਧ ਸੀਗੇ ਔਰ ਉਦੋਂ ਪ੍ਰਾਈਮ ਮਿਨਿਸਟਰ ਸੀਗੇ ਜੀ ਔਰ ਉਹ ਵੀ ਮਿਲੇ ਉਹਨਾਂ ਨੂੰ ਵੀ ਇਸ ਡਾਕੂਮੈਂਟਰੀ ਦੇ ਵਿੱਚ ਆਪਣੇ ਵਿਊਜ਼ ਜਿਹੜੇ ਉਹਨਾਂ ਬਾਰੇ ਦਿੱਤੇ ਉਹਦੇ ਨਾਲ ਡਾਕੂਮੈਂਟਰੀ ਬਹੁਤ ਰਿਚ ਹੋ ਗਈ ਹਮਮ ਔਰ ਪਲੱਸ ਅਸੀਂ ਕੁਝ ਹੋਰ ਉਹ ਉਹਨਾਂ ਦੇ ਨਾਲ ਰਿਲੇਟਡ ਇਹ ਚੀਜ਼ਾਂ ਸੀਗੀਆਂ ਉਡਾਲੀ ਗੁਲੇਰੀਆਂ ਸਾਨੂੰ ਦਿੱਤੀਆਂ ਉਹ ਸੀ ਜੋ ਡਾਕੂਮੈਂਟਰੀ ਯੂਜ਼ ਕੀਤੀਆਂ ਤੇ ਉਹਨਾਂ ਸਾਡੀ ਡਾਕੂਮੈਂਟਰੀ ਬਹੁਤ ਰਿਚ ਹੋ ਗਈ ਔਰ ਐਸੇ ਕਰਕੇ ਹੀ ਉਹ ਔਰ ਸਾਡੀ ਡਾਕੂਮੈਂਟਰੀ ਬਣਾਉਂਦੇ ਆ ਬਣਾਉਂਦੇ ਹੀ ਉਹਨਾਂ ਨੂੰ ਪਦਮ ਸ਼੍ਰੀ ਵੀ ਮਿਲਿਆ ਸੀ ਹੂੰ ਤੇ ਉਹ ਸਾਡੇ ਕਰਕੇ ਫਿਰ ਉਹ ਡਾਕੂਮੈਂਟਰੀ ਜਿਹੜੀ ਹੈ ਨੈਸ਼ਨਲ ਅਵਾਰਡ ਨੂੰ ਦੋਸਰ ਚੀਜ਼ ਮਿਲਿਆ ਮੈਨੂੰ ਬਹੁਤ ਖੁਸ਼ੀ ਹੋਈ ਲੇਕਿਨ ਇੱਕ ਚੀਜ਼ ਮੈਨੂੰ ਜਿਹੜੀ ਚੀਜ਼ ਦਾ ਮਨ ਕੋਈ ਸੋ ਇਹ ਵੀ ਇਨੀਸ਼ੀਏਟਿਵ ਤੁਹਾਡਾ ਆਪਣਾ ਹੀ ਸੀ ਇੱਕ ਮੇਰੀ ਚੀਜ਼ ਹੈ ਮਨ ਚ ਦੁੱਖ ਮੈਨੂੰ ਵੈ ਕਿ ਜਦੋਂ ਉਸ ਡਾਕੂਮੈਂਟਰੀ ਅਵਾਰਡ ਮਿਲੇ ਉਹਦੋਂ ਸ੍ਰੀਂਦਰ ਕੌਰ ਜੀ ਇਸ ਜਨੀਆ ਚ ਨਾਈਸ ਹੂੰ 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 ਉਸ ਤੋਂ ਇਲਾਵਾ ਫੇਰ ਮੈਂ ਤੁਹਾਨੂੰ ਇੱਕ ਰਿਲੇਸ਼ਨ ਦੀ ਗੱਲ ਕਰਾਂ ਉਸ ਡਾਕੂਮੈਂਟਰੀ ਜਿਹੜਾ ਬਣਾਈ ਉਹਨਾਂ ਦਿਨਾਂ 'ਚ ਮੇਰੇ ਕੋਲ ਨਿਸ਼ਕਾਰਾ ਪ੍ਰੋਗਰਾਮ ਸੀਗਾ ਸਿੰਗਰਸ ਆਉਂਦੇ ਰਹਿੰਦੇ ਸੀਗੇ ਤੇ ਇੱਕ ਡੈਨਮਾਰਕ ਦੀ ਲੜਕੀ ਸੀ ਅਨਿਤਾ ਲਿਆਕੇ ਉਹਨੇ ਆਪਣੀ ਇੱਕ ਫਰਸਟ ਐਲਬਮ ਰਿਲੀਜ਼ ਕੀਤੀ ਸੀ ਹੀਰ ਫਰਮ ਡੈਨਮਾਰਕ ਹੂੰ ਹੂੰ ਤੇ ਉਹ ਰਿਲੀਜ਼ ਕਰਨ ਤੋਂ ਬਾਅਦ ਉਹ ਬੇਸਿਕਲੀ ਉਹ ਸੁਰਿੰਦਰ ਕੌਰ ਦੇ ਗਾਣਿਆਂ ਤੋਂ ਇਨਸਪਾਇਰ ਹੋ ਕੇ ਹੀ ਉਹਨੇ ਆਪਣਾ ਪੰਜਾਬੀ ਗੀਤ ਸੰਗੀਤ ਵਾਲਾ ਰੁਝਾਨ ਬਣਿਆ ਸੀਗਾ ਅੱਛਾ ਤੇ ਜਦੋਂ ਮੈਨੂੰ ਅਵਾਰਡ ਮਿਲਿਆ ਉਦੋਂ ਫਿਰ ਉਹਦੇ ਨਾਲ ਸਾਨੂੰ ਮਿਲਣ ਦਾ ਮੌਕਾ ਮਿਲਿਆ ਹਾਂ ਹਾਂ ਉਹਦੇ ਵੀ ਉਹਦਾ ਐਲਬਮ ਰਿਲੀਜ਼ ਹੋ ਰਿਹਾ ਸੀ ਮੈਨੂੰ ਵੀ ਅਵਾਰਡ ਮਿਲਿਆ ਸੀ ਤੇ ਇੱਕ ਇੱਕੋ ਪੇਪਰ ਤੇ ਸਾਡੇ ਦੋਨਾਂ ਦਾ ਆਰਟੀਕਲ ਆਇਆ ਸੀਗਾ ਅੱਛਾ ਤੇ ਫਿਰ ਮੇਰੇ ਵੀ ਦਮਿੰਸ ਤਮੰਨਾ ਸੀ ਕਿ ਉਹਨੂੰ ਕਿਤੇ ਮਿਲੀਏ ਉਹਨੂੰ ਵੀ ਸੁਰਿੰਦਰ ਕੌਰ ਤੋਂ ਇੰਪ੍ਰੈਸਡ ਸੀ ਕਿ ਤੇ ਫਿਰ ਸਾਰੇ ਕਾਮਨ ਫ੍ਰੈਂਡਸ ਦੀ ਅੰਰਾਖਸੂਦ ਉਹ ਮੇਰੇ ਕੋਲ ਉਹਨੂੰ ਲੈ ਕੇ ਆਇਆ ਤੇ ਜਦੋਂ ਉਹਦੇ ਕੋਲੋਂ ਮੈਂ ਗੀਤ ਸੁਣੀ ਤੇ ਮੈਨੂੰ ਲੱਗਿਆ ਵੀ ਇਹ ਦੀ ਕੰਟ੍ਰਿਬਿਊਸ਼ਨ ਬਹੁਤ ਜ਼ਿਆਦਾ ਹੈ ਸੁਰਿੰਦਰ ਕੌਰ ਜੀ ਦਾ ਕੋਈ ਮੁਕਾਬਲਾ ਨਹੀਂ ਪੰਜਾਬੀ ਗੀਤ ਸੰਗੀਤ ਦੇ ਵਿੱਚ ਲੇਕਿਨ ਇਹ ਯੂਰਪ ਤੋਂ ਕੁੜੀ ਆ ਕੇ ਪੰਜਾਬੀ ਸਿੱਖ ਰਹੀ ਹੈ ਪੰਜਾਬੀ ਗੀਤ गा ਰਹੀ ਹੈ ਜੀ ਤੇ ਇਹ ਦੀ ਕੰਟ੍ਰਿਬਿਊਸ਼ਨ ਕਿਤੇ ਜ਼ਿਆਦਾ ਫਿਰ ਮੈਂ ਉਹਦੇ ਤੇ ਇੱਕ ਡਾਕੂਮੈਂਟਰੀ ਬਣਾਈ ਕਸ਼ਿਸ਼ ਪੰਜਾਬ ਦੀ ਅੱਛਾ ਔਰ ਔਰ ਦੇਖੋ ਕਿ ਉਹ 16 ਲੈਂਗੁਏਜ ਕੋਂਦੀ ਆ ਹਮਮ ਔਰ ਉਹਨੇ ਪਹਿਲੇ ਗੀਤ ਗਾ ਪੰਜਾਬੀ ਗੀਤ ਗਾਏ ਫਿਰ ਉਹਨੇ ਭਜਨ ਵੀ ਗਾਏ ਹੁਣ ਉਹਦੀ ਐਲਬਮ ਜਿਹੜੀ ਸਿਮਰਨ ਦੀ ਰਿਲੀਜ਼ ਹੋਈ ਆ ਹਾਂ ਹਾਂ ਸ਼ਬਦਾਂ ਦੀ ਔਰ ਉਸ ਜਿਹੜੀ ਸਿਮਰਨ ਦੀ ਜਿਹੜੀ ਉਹਦੀ ਆਡੀਓ ਵੀਡੀਓ ਰਿਲੀਜ਼ ਹੋਈ ਹੈ ਉਹਨੂੰ ਹੁਣ ਰੀਸੈਂਟਲੀ ਗਲੋਬਲ 뮤직 ਅਵਾਰਡ ਵੀ ਮਿਲਿਆ ਥੋੜੇ ਦਿਨ ਹੀ ਹੋਏ ਆ ਹਮਮ ਠੀਕ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਐਸੇ ਤਰੀਕੇ ਨਾਲ ਹੀ ਮੈਨੂੰ ਇੱਕ ਵਾਰੀ ਜਸੋਪਰਾਜ਼ੀ ਨਾਲ ਮਿਲਣ ਦਾ ਮੌਕਾ ਮਿਲਿਆ ਹਮਮਮ ਔਰ ਮੈਨੂੰ ਪਤਾ ਲੱਗੇ ਉਹਨਾਂ ਨੂੰ ਵੀ ਗੋਨਾਲੀ ਯੂਨੀਵਰਸਿਟੀ ਆਨਰ ਕਰ ਰਹੀ ਹੈ ਤੇ ਮੈਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਖੈਰ ਉਹ ਲੰਬੀ ਸਟੋਰੀ ਹੈਗੀ ਹੈ ਪਰ ਮੈਂ ਉਹਨਾਂ ਨਾਲ ਕੰਟੈਕਟ ਕਰਨ ਸਫਲ ਹੋ ਗਿਆ ਤੇ ਉਹਨਾਂ ਨੇ ਮੈਨੂੰ 10 ਮਿੰਟ ਦਿੱਤੇ ਅੱਛਾ ਇਹ 10 ਮਿੰਟ ਤੁਸੀਂ ਅੰਮ੍ਰਿਤਸਰ ਆ ਜਾਓ ਉੱਥੇ ਮਿਲ ਲਓ ਹਮਮ ਉਹ ਮੈਂ 10 ਮਿੰਟ ਉਹਨਾਂ ਕੋਲ ਲੈ ਸੀ ਕਿ ਲੇਕਿਨ ਉਹਨਾਂ ਨਾਲ ਜਿੱਦਾਂ ਤੁਹਾਡੇ ਨਾਲ ਦੀ ਐਂਕਰ ਸੀ ਔਰ ਉਹਨੂੰ ਮੈਂ ਕਾਫੀ ਪ੍ਰੋਗਰਾਮ ਸਟਾਰ ਕਲਾਕਾਰ ਕਰਦੀ ਸੀ ਅਸੀਂ ਰਸਤੇ 'ਚ ਬੈੰਦੇ ਕੁਐਸਚਨ ਡਿਸਕਸ ਕੀਤੇ ਵੀ ਇਹ ਕੁਐਸਚਨਸ ਹੋਣਗੇ ਐਦਾਂ ਕੀਤਾ ਔਰ ਜਦੋਂ ਅਸੀਂ ਇੰਟਰਵਿਊ ਕੀਤੀ ਤੇ ਯਸ਼ੋਪਰਾ ਜੀ ਐਨੇ ਇਨਵੋਲ ਹੋ ਗਏ ਕਿ ਉਹ ਭੁੱਲੀ ਗਏ ਕਿ ਮੈਂ 10 ਮਿੰਟਾਂ ਦੇ ਸੀ 10 ਮਿੰਟ ਦਿੱਤੇ ਸੀ ਔਰ 15 16 ਮਿੰਟ ਦੀ ਰਹੀਏ ਅਸੀਂ ਇੰਟਰਵਿਊ ਉਹਨਾਂ ਦੀ ਕੀਤੀ ਉਸ ਤੋਂ ਬਾਅਦ ਉਹਨਾਂ ਦੀ ਡਾਕੂਮੈਂਟਰੀ ਅੱਧੇ ਘੰਟੇ ਦੀ ਡਾਕੂਮੈਂਟਰੀ ਬਣਾਈ ਉਹਨਾਂ ਦੀਆਂ ਫਿਲਮਾਂ ਦੀ ਉਹਨਾਂ ਦੀ ਹੋਰ ਸਾਰੇ ਜਿਹੜੇ ਕਲਿੱਪਿੰਗ ਹੈ ਉਹ ਕੱਠੀਆਂ ਕੀਤੀਆਂ ਔਰ ਅਗਲੇ ਦਿਨ ਉਹਨਾਂ ਦਾ ਭਤੀਜਾ ਉੱਥੇ ਜਰੰਦਰ ਰਹਿੰਦਾ ਸੀ ਉਹ ਸਾਡੇ ਦੂਰ ਸੁਣਾਇਆ ਕਹਿੰਦਾ ਮੈਂ ਤਾਂ ਹੈਰਾਨ ਹੋ ਗਿਆ ਕਿ ਉਹਨਾਂ ਤੁਹਾਨੂੰ 10 ਮਿੰਟ ਦਿੱਤੇ ਸੀ ਕਿ ਤੁਸੀਂ ਅੱਧੇ ਘੰਟੇ ਦੀ ਡਾਕੂਮੈਂਟਰੀ ਉਹਨਾਂ ਦਾ ਔਰ ਡਾਕੂਮੈਂਟਰੀ ਫੇਰ ਜਦੋਂ ਜਸਟੋਬੜਾ ਜ ਹੈ ਉਹ ਵੀ ਖੁਦ ਮਿਲ ਕੇ ਗਏ ਹਮਮ ਔਰ ਬਹੁਤ ਖੁਸ਼ ਹੈ ਕਹਿੰਦਾ ਕਿ ਮੈਂ ਬਹੁਤ ਖੁਸ਼ ਹੈ ਮੈਨੂੰ ਤੁਸੀਂ ਇੰਨਾ ਇਨਵੋਲਵ ਕਰ ਲਿਆ ਸੀ ਕਿ ਮੈਂ ਭੁੱਲ ਗਿਆ ਮੈਨੂੰ ਲੱਗਾ ਕਿ ਮੈਂ ਆਪਣੇ ਘਰ ਹੀ ਬੈਠਣਾ ਚਾਹਦਾ ਹਾਂ ਤੁਹਾਡੇ ਕੋਲ ਮੈਂ ਬੈਠਾ ਐਦਾਂ ਉਹਨਾਂ ਨੂੰ ਵੀ ਲੱਗਿਆ ਕਿ ਮੈਂ ਜਰੰਦਰ ਆਪਣੇ ਘਰ ਹੀ ਬੈਠਾ ਉਹਨਾਂ ਨੇ ਉਸ ਚੀਜ਼ਾਂ ਸਾਡੇ ਨਾਲ ਸ਼ੇਅਰ ਕੀਤੀਆਂ ਉਹ ਵੀ ਪ੍ਰੋਗਰਾਮ ਇੱਕ ਬਹੁਤ ਵਧੀਆ ਪ੍ਰੋਗਰਾਮ ਬਣਿਆ ਸੀ ਅੱਛਾ ਇਹ ਹੋ ਗਈ ਤੁਸੀਂ ਜਿਹੜਾ ਜ਼ਿਕਰ ਕੀਤਾ ਆਰਟ ਦੇ ਖੇਤਰ ਦਾ ਚਾਹੀ ਤੁਸੀਂ ਸੁਰਿੰਦਰ ਕੌਰ ਦੀ ਗੱਲ ਕੀਤੀ ਆ ਜਾਂ ਡੈਨਮਾਰਕ ਦੀ ਗਾਇਕਾ ਅਨੀਤਾ ਲਾਈਕ ਲਾਈਕ ਦੀ ਗੱਲ ਕੀਤੀ ਆ ਉਸ ਬਾਅਦ ਯਸ਼ চোপੜਾ ਉਹਨਾਂ ਦਾ ਜ਼ਿਕਰ ਕੀਤਾ ਲਸ਼ਕਾਰਾ ਪ੍ਰੋਗਰਾਮ ਤੁਸੀਂ ਕਰਦੇ ਰਹੇ ਜਿਹਦੇ ਵਿੱਚ ਜ਼ਿਆਦਾਤਰ ਜਿਹੜੇ ਗਾਇਕ ਹੀ ਆਉਂਦੇ ਹੁੰਦੇ ਸੀ ਮੈਂ ਇਹ ਦੇਖ ਰਹੀ ਹਾਂ ਕਿ ਇਹ ਬੈਲੈਂਸ ਕਿੱਦਾਂ ਬਣਾਇਆ ਜਾਂਦਾ ਇੱਕ ਪਾਸੇ ਤੁਸੀਂ ਪਿਓਰਲੀ ਕਲਚਰ ਦੀ ਗੱਲ ਕਰ ਰਹੇ ਹੋ ਤੁਸੀਂ ਕਲਾ ਦੀ ਗੱਲ ਕਰ ਰਹੇ ਹੋ ਦੂਸਰੇ ਪਾਸੇ ਤੁਸੀਂ ਨਿਊਜ਼ ਵਰਗੇ ਜਿਹੜੇ ਪ੍ਰੋਗਰਾਮ ਕਰ ਰਹੇ ਹੋ ਜਿਹਦੇ ਵਿੱਚ ਤੁਸੀਂ ਇੱਧਰ ਉੱਧਰ ਹੋ ਹੀ ਨਹੀਂ ਸਕਦੇ ਜਿਹਦੇ ਵਿੱਚ ਟੋਟਲੀ ਫੈਕਟਸ ਨੇ ਟੋਟਲੀ ਫੈਕਟਸ ਨੇ ਸੋ ਇਹ ਜਿਹੜੀ ਸਵਿਚਿੰਗ ਆ ਇਹ ਕਿਦਾਂ ਪੋਸੀਬਲ ਹੁੰਦੀ ਸੀ ਦੇਖੋ ਦੂਰਦਰਸ਼ਨ ਦੇ ਵਿੱਚ ਗਵਰਨਮੈਂਟ ਮੀਡੀਆ ਜਿਹੜਾ ਜੋ ਵੀ ਤੁਹਾਨੂੰ ਗਵਰਨਮੈਂਟ ਕਹਿੰਦੀ ਹੈ ਡਿਪਾਰਟਮੈਂਟ ਕਹਿੰਦਾ ਤੁਹਾਨੂੰ ਕਰਨਾ ਪੈਂਦਾ ਲੇਕਿਨ ਇਹ ਤੁਹਾਡੀ ਅਗੋ ਸੋਚ ਹੈ ਕਿ ਤੁਸੀਂ ਉਸ ਨੂੰ ਕਿਦਾਂ ਲੈਣੇ ਹੋ ਹੂੰ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਇਹ ਸੋਚਿਆ ਕਿ ਜੋ ਵੀ ਕੰਮ ਮਿਲਿਆ ਮੈਨੂੰ ਕੋਈ ਵੀ ਦਿੱਤਾ ਮੈਂ ਕਦੀ ਕਿਸੇ ਨੂੰ ਕਿਹਾ ਨਹੀਂ ਕਿ ਮੈਨੂੰ ਇਹ ਪ੍ਰੋਗਰਾਮ ਦਿਓ ਅੱਛਾ ਪਰ ਜਿਹੜਾ ਮੈਨੂੰ ਦਿੱਤਾ ਗਿਆ ਉਹਨੂੰ ਮੈਂ ਇਹ ਪੂਰੀ ਆਪਣੀ ਤਨਦੇਹੀ ਨਾਲ ਸਮਝ ਕੇ ਮਿਹਨਤ ਕਰਕੇ ਔਰ ਜ ਨਵੀਂ ਨਵੀਂ ਚੀਜ਼ ਕਰਨ ਤਾਂ ਕਿ ਪਤਾ ਲੱਗੇ ਕਿ ਕੋਈ ਪ੍ਰੋਡਿਊਸਰ ਆਇਆ ਕੋਈ ਪ੍ਰੋਗਰਾਮ ਬਣਾ ਰਿਹਾ ਤਾਂ ਕਿ ਸਾਡੇ ਦਰਸ਼ਕ ਜਿਹੜੇ ਆ ਉਹ ਉਸ ਪ੍ਰੋਗਰਾਮ ਨੂੰ ਦੇਖ ਕੇ ਹੁਣ ਵੀ ਹਜੇ ਵੀ ਲੋਕੀ ਯਾਦ ਕਰਦੇ ਉਹ ਪ੍ਰੋਗਰਾਮ ਜਿਹੜੇ ਬਣਾਏ ਹੋਏ ਨੇ ਔਰ ਸਾਨੂੰ ਦੇਖ ਕੇ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਉਹ ਜਿਹੜੇ ਐਂਕਰ ਜਿਹਨਾਂ ਨੂੰ ਅਸੀਂ ਇੰਟਰੋਡਿਊਸ ਕੀਤਾ ਸੀ ਅੱਜ ਇਸ ਇਹੋ ਜਿਹੇ ਚੈਨਲ ਤੇ ਕੰਮ ਕਰ ਰਹੇ ਆਂ ਔਰ ਸਾਨੂੰ ਦੇਖ ਕੇ ਤੁਹਾਡੀ ਪਰਫਾਰਮੈਂਸ ਦੇਖ ਕੇ ਕਿ ਆਪਣਾ ਜਿਹੜੇ ਹੱਥਾਂ ਨਾਲ ਬੋਲਟਾ ਲਾਇਆ ਹੋਇਆ ਉਹ ਇਹਨਾਂ ਗਰੋ ਕਰ ਰਿਹਾ ਬਹੁਤ ਖੁਸ਼ੀ ਹੁੰਦੀ ਹੈ ਥੈਂਕ ਯੂ ਔਰ ਉਹ ਚੇਂਜ ਕਰਨਾ ਇੱਕ ਸੁਭਾਵਿਕ ਜੀ ਗੱਲ ਹੈਗੀ ਹਮ ਮੈਂ ਦਾ ਜ਼ਰੂਰ ਕਰਨਾ ਇੱਕਦਮ ਤੁਹਾਨੂੰ ਸ਼ੌਕ ਜ਼ਰੂਰ ਲੱਗਦਾ ਕਿ ਮੈਂ ਹੁਣ ਇਹ ਪ੍ਰੋਗਰਾਮ ਕਰਨਾ ਸਪੋਰਟਸ ਕਰਨਾ ਸੀਗਾ ਸਪੋਰਟਸ ਵਰ ਨਿਊਜ਼ ਆ ਗਿਆ ਨਿਊਜ਼ ਬਾਰ ਨਿਸ਼ਕਾਰ ਆ ਗਿਆ ਲੇਕਿਨ ਜ਼ਿੰਦਗੀ ਜਿਹੜੀ ਉਹ ਚੁਣੌਤੀਆਂ ਭਰਪੂਰ ਹੀ ਹੁੰਦੀਆਂ ਤੇ ਜੇ ਚੁਣੌਤੀਆਂ ਤੁਸੀਂ ਅੱਛੇ ਤਰੀਕੇ ਨਾਲ ਸਬਕਾਰ ਕਰੋਗੇ ਤੇ ਕੋਈ ਦੁਨੀਆ ਦੀ ਤਾਕਤ ਨਹੀਂ ਹੈਗੀ ਤੁਸੀਂ ਉਸ ਕੰਮ ਨੂੰ ਵਧੀਆ ਨਾ ਕਰ ਸਕੋ ਸਭ ਤੋਂ ਜ਼ਿਆਦਾ ਇੰਜੋਏ ਕਿਹੜੀ ਚੀਜ਼ ਤੁਸੀਂ ਕੀਤੀ ਕਿ ਕਿਹੋ ਜਿਹਾ ਪ੍ਰੋਗਰਾਮ ਸਭ ਤੋਂ ਜ਼ਿਆਦਾ ਫਿਰ ਵੀ ਕਈ ਵਾਰ ਇਹ ਹੁੰਦਾ ਕਿ ਇਹਦੇ ਵਿੱਚ ਜਿਵੇਂ ਤੁਸੀਂ ਸਟਾਰਟਿੰਗ ਕੀਤੀ სპੋਰਟਸ ਦੇ ਨਾਲ ਪਰ ਉਸ ਤੋਂ ਪਹਿਲਾਂ ਇੱਛਾਤ ਹੋਣੀ ਸੀ ਕਿ ਨਿਊਜ਼ ਦੇ ਨਾਲ ਜੁੜਨ ਦੀ ਤੁਹਾਨੂੰ ਨਿਊਜ਼ ਦੇ ਪ੍ਰੋਗਰਾਮ ਵੀ ਮਿਲ ਗਏ ਤੁਸੀਂ ਸਪੋਰਟਸ ਦੇ ਪ੍ਰੋਗਰਾਮ ਵੀ ਕਰਦੇ ਰਹੇ ਫਿਰ ਤੁਸੀਂ ਕਲਚਰਲ ਵੀ ਕਰ ਲਏ ਕਈ ਵਾਰ ਇਹ ਹੁੰਦਾ ਕਿ ਵੀ ਉਹ ਜਿਹੜੇ ਦਿਨੇ ਤੁਹਾਨੂੰ ਯਾਦ ਆਉਂਦੇ ਆ ਤੁਸੀਂ 30 ਸਾਲ ਤੋਂ ਵੱਧ ਦਾ ਸਮਾਂ ਦੂਰਦਰਸ਼ਨ ਦੇ ਨਾਲ ਸਪੈਂਡ ਕੀਤਾ ਇਹ ਆਪਣੇ ਸਾਰੇ ਕੈਰੀਅਰ ਦੇ ਦੌਰਾਨ ਜੇ ਤੁਸੀਂ ਆਪਣੇ ਪੋਟਿਆਂ ਤੇ ਗੱਲਨੇ ਹੋਣ ਕਿ ਵੀ ਤੋਂ ਤਿੰਨ ਚਾਰ ਤਰ੍ਹਾਂ ਦੇ ਆਹ ਪ੍ਰੋਗਰਾਮ ਸੀ ਜਿਨ੍ਹਾਂ ਨੂੰ ਕਰਕੇ ਤੁਹਾਨੂੰ ਸਭ ਤੋਂ ਵੱਧ ਤਸੱਲੀ ਹੋਈ ਉਹ ਸਭ ਤੋਂ ਵਧੀਆ ਜੇ ਵੈਸੇ ਤਾਂ ਸਾਰੇ ਪ੍ਰੋਗਰਾਮ ਵਧੀਆ ਸੀਗੇ ਕੋਸ਼ਿਸ਼ ਕੀਤੀ ਹੈ ਸਾਰੇ ਹੀ ਆਪਣੇ ਤਨ ਦੇ ਹੀ ਨਾਲ ਕੀਤੇ ਆ ਲੇਕਿਨ ਜਦੋਂ ਕੁਝ ਚੀਜ਼ ਤੁਹਾਨੂੰ ਯਾਦ ਕਰਨ ਵਾਲੀ ਜਦੋਂ ਗੱਲ ਕੀਤੀ ਹੈ ਤੇ ਉਹਦੇ ਚ ਦੋ ਤਿੰਨ ਈਵੈਂਟ ਮੈਂ ਤੁਹਾਨੂੰ ਮੈਂਸ਼ਨ ਕਰਨਾ ਚਾਹੁੰਦਾ ਜਰੂਰ ਇੱਕ ਤੇ ਜਦੋਂ ਡੀਡੀ ਪੰਜਾਬੀ ਦੀ ਇਨੋਗਰੇਸ਼ਨ ਸ਼ੋਅ ਹੋਣਾ ਸੀਗਾ ਹੂੰ ਔਰ ਉਦੋਂ ਪਹਿਲਾਂ ਕੱਲਾ ਦੂਰਦਰਸ਼ਨ ਸੀਗਾ ਫਿਰ ਹੋਰ ਕਈ ਸੈਟੇਲਾਈਟ ਚੈਨਲ ਆ ਗਏ ਸੀਗੇ ਤੇ ਉਹਨਾਂ ਨੂੰ ਕੰਪੀਟ ਕਰਨ ਵਾਸਤੇ ਜੀ ਜੀ ਪੰਜਾਬੀ ਲਾਂਚ ਕੀਤਾ ਗਿਆ ਸੀ ਹਾਂਜੀ ਹਾਂਜੀ ਔਰ ਉਹਦਾ ਜਿਹੜਾ ਉਦਘਾਟਨ ਸਮਾਰੋਹ ਪੀਏਪ ਗਰਾਊਂਡ ਚ ਹੋਇਆ ਸੀਗਾ ਉਹ ਇੱਕ ਯਾਦਗਾਰੀ ਇਵੈਂਟ ਸੀਗਾ ਦੂਰਦਰਸ਼ਨ ਵਾਸਤੇ ਵੀ ਔਰ ਇੰਡੀਆ ਵਾਸਤੇ ਵੀ ਔਰ ਪੰਜਾਬੀ ਦਰਸ਼ਕਾਂ ਵਾਸਤੇ ਵੀ ਤੇ ਮੇਰੇ ਲਈ ਤਾਂ ਖਾਈ ਸੀ ਅੱਛਾ ਕਿਉਂਕਿ ਉਦੋਂ ਬਹੁਤ ਵੱਡਾ ਇੱਕ ਸ਼ੋਅ ਸੀਗਾ ਔਰ ਖੁਸ਼ੀ ਦੀ ਗੱਲ ਹੈ ਕਿ ਉਹ ਸ਼ੋਅ ਦੇ ਵਿੱਚ ਜਿਨ੍ਹਾਂ ਨੂੰ ਵੀ ਅਸੀਂ ਕੰਟੈਕਟ ਕੀਤਾ ਪੂਰੀ ਟੀਮ ਹੁੰਦੀ ਹੈ ਮੇਰੇ ਨਾਲ ਕੰਟਰੀਬਿਊਸ਼ਨ ਹੈ ਲੇਕਿਨ ਦੂਰਦਰਸ਼ਨ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਕਰਦੇ ਹਾਂ ਤਾਂ ਪੂਰੀ ਟੀਮ ਇਨਵੋਲਵ ਹੁੰਦੀ ਹੈ ਪੂਰਾ ਸਟਾਫ ਇਨਵੋਲਵ ਹੁੰਦਾ ਹਰ ਇੱਕ ਨੇ ਬੜੇ ਹੀ ਤੰਦਹੀ ਨਾਲ ਉਸ ਸ਼ੋਅ ਨੂੰ ਕਾਮਯਾਬ ਕਰਾਉਣ ਵਾਸਤੇ ਆਪਣੀ ਮਿਹਨਤ ਕੀਤੀ ਔਰ ਸਭ ਤੋਂ ਵੱਡੀ ਚੀਜ਼ ਇਹ ਰਹੀ ਕਿ ਸਾਰੇ ਆਰਟਿਸਟ ਜਿਹੜੇ ਹਨ ਉਹਨਾਂ ਨੇ ਵੀ ਸਾਨੂੰ ਸਪੋਰਟ ਕੀਤਾ ਜੀ ਔਰ ਰਾਉਂਡ ਕੀ ਰਾਮ ਜੀ ਬਲਵਿੰਦਰ ਬਿੱਕੀ ਜੀ ਨੇ ਸਾਰੇ ਆਰਟਿਸਟ ਨੂੰ ਕੰਟੈਕਟ ਕੀਤਾ ਸੀ ਹਮ ਔਰ ਉਹਨਾਂ ਨੇ ਆ ਪਰਫਾਰਮ ਵੀ ਕੀਤਾ ਸੀ ਔਰ ਗੁਰਪ੍ਰੀਤ ਖੁੱਗੀ ਉਹ ਆਰ ਰੌਣਕੀ ਰਾਮ ਜੀ ਨੇ ਐਂਕਰਿੰਗ ਕੀਤੀ ਸੀ ਔਰ ਜਿਨੇ ਵੀ ਆਰਟਿਸਟ ਯੂ ਨੇਮ ਐਨੀ ਫੇਮਸ ਸਿੰਗਰ ਹੋ ਪੰਜਾਬੀ ਵਾਸ देयर ਇਨ दैट ਸ਼ੋ ਔਰ ਬੜੀ ਖੁਸ਼ੀ ਨਾਲ ਆਇਆ ਚਾਇਓ ਪੂਰਨ ਚੰਦ ਪਿਆਰੇ ਲਾਲ ਸੀਗੇ ਗੁਰੂ ਕੀ ਵਡਾਲੀ ਸੀ ਚਾਹੇ ਵਰਕਰ ਸੇ ਤੁਸੀਂ ਚਾਹੇ ਸਰਜੀਤ ਗੁਰਦਾਸ ਮਾਨ ਜੀ ਸੀ ਅਰਪਾਈਰ ਮਾਂ ਸੀ ਅਨਸਾ ਜਾਂਸੀ ਸਰਦੂਲ ਕੰਦਰ ਜੀ ਸਿੰਘ ਵੀ ਆਈਸੀ ਇੱਕ ਪ੍ਰੋਗਰਾਮ ਦੇ ਵਿੱਚ ਉਹ ਪ੍ਰੋਗਰਾਮ ਕਿਹੜਾ ਸੀ ਉਹ ਇੱਕ ਸਾਲ ਪੂਰਾ ਨਿਊਯਾਰਕ ਦਾ ਪ੍ਰੋਗਰਾਮ ਸੀ ਇੱਕ ਸਾਲ ਮੁਕੰਮਲ ਹੋਇਆ ਸੀ ਮੇਰੇ ਖਾਲੀ ਡੀਡੀ ਪੰਜਾਬੀ ਦਾ ਉਦੋਂ ਆਈਸੀ ਹਾਂਜੀ ਬਾਕੀ ਮੋੜ ਤੋਂ ਸੀ ਪ੍ਰੋਗਰਾਮ ਇਹ ਖਾ ਉਹਦੇ ਸੀ ਹੋਰ ਵੀ ਇੱਕ ਜਸ਼ਨ ਦੀ ਰਾਤ ਦੇ ਵਿੱਚ ਵੀ ਆਇਸੀਓ ਉਹ ਪ੍ਰੋਗਰਾਮ ਅਲੱਗ ਸੀਗਾ ਲੇਕਿਨ ਇਹ ਪ੍ਰੋਗਰਾਮ ਜਿਹੜਾ ਸੀਗਾ ਇਹਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਾਲੇ ਫੇਮਸ ਸਿੰਗਰ ਸੀਗੇ ਉਹ ਉਹਨਾਂ ਨੇ ਪਰਫਾਰਮ ਕੀਤਾ ਚਾਹੇ ਡੌਲੀ ਗਲੇਰੀਆ ਸੁਰਿੰਦਰ ਕੌਰ ਮੈडम ਉਹ ਦੂਹਾਂ ਨਹੀਂ ਸਕੇ ਉਹ ਅਮਰੀਕਾ ਸੀਗੇ ਹਮ ਡੌਲੀ ਗਲੇਰੀਆ ਜਿਹਾ ਜਸਪਿੰਦਰ ਨਰਗੂਲਾ ਜੀ ਆਏ ਔਰ ਸੁਰਜੀਤ ਬਿੰਦਰਖੀਆ ਉਹ ਤੇ ਸੀ ਔਰ ਪੰਮੀ ਭਾਈ ਉਹ ਤੇ ਸੀ ਸਤਵਿੰਦਰ ਪਿੱਟੀ ਸੀ ਰੰਜਨਾ ਸੀ ਯੂ ਨੇਮ ਐਨੀ ਸਾਰੇ ਉਹ ਸਿੰਗਰ ਲੜਿਆ ਉਹ ਲੱਗਦਾ ਕਿ ਉਹਨਾਂ ਦਾ ਇੱਕ ਯਾਦਗਾਰੀ ਇੱਕ ਇਵੈਂਟ ਸੀਗਾ ਕਿ ਐਨੇ ਆਰਟਿਸਟ ਇੱਕੋ ਦਨ ਇੱਕੋ ਪਲੇਟਫਾਰਮ ਤੇ ਔਰ 6 ਘੰਟੇ ਤੋਂ ਵੱਧ ਅਲਾਈਵ ਨੈਸ਼ਨਲ ਤੇ ਗਿਆ ਸੀਗਾ ਹਮਮ ਰੰਨਾਵਾ ਇਸ ਇਲਾਵਾ ਇਸ ਦਾ ਅਗਲਾ ਇੱਕ ਹੋਰ ਇਵੈਂਟ ਹੈਗਾ ਵੀ ਬਸ ਜਰਨੀ ਟੂ ਲਾਹੌਰ ਅੱਛਾ ਉਹ ਜਦੋਂ ਝਾੜੇ ਪਰ ਲਾਲ ਮੰਤਰੀ ਅਥਰ ਵੈਰੀਵਾਚ ਬਈ ਸੀਗੇ ਉਦੋਂ ਉਹਨਾਂ ਨੇ ਲਾਹੌਰ ਬਸ ਦੇ ਵਿੱਚ ਜਾਣਾ ਸੀਗਾ ਹਮਮ ਔਰ ਉਹ ਇਵੈਂਟ ਬੜਾ ਹੀ ਇੰਪੋਰਟੈਂਟ ਸੀਗਾ ਉਹਦੇ ਚ ਸਾੜਾ ਟੈਕਨੀਕਲ ਕਵਰੇਜ ਕਰਨਾ ਬਹੁਤ ਮੁਸ਼ਕਲ ਸੀ ਲੇਕਿਨ ਹੀ ਸਾਬ ਸਾਡੇ ਸੁਪਰਡੈਂਟਿੰਗ ਇੰਜੀਨੀਅਰ ਸੀਗੇ ਜੀ ਜੀ ਉਹਨਾਂ ਦੀ ਮਿਹਨਤ ਦੇ ਨਾਲ ਔਰ ਬਾਕੀ ਸਾਰੇ ਸਟਾਫ ਦੇ ਨਾਲ ਉਹ ਜਿਹੜਾ ਈਵੈਂਟ ਸੀ ਉਹ ਇੱਕ ਬਹੁਤ ਹੀ ਯਾਦਗਾਰੀ ਈਵੈਂਟ ਸੀ ਅਲੋ ਵੀ ਪ੍ਰੋਡਿਊਸ ਕਰਨ ਦਾ ਮੈਨੂੰ ਮੌਕਾ ਮਿਲਿਆ ਹਮਮ ਔਰ ਉਹਦੇ ਵਿੱਚ ਦੋ ਹੈਲੀਕਾਪਟਰ ਸੀਗੇ ਅੱਛਾ ਦੋ ਹੈਲੀਕਾਪਟਰ ਨਾਲ ਨਾਲ ਫਾਲੋ ਕਰ ਰਹੇ ਸੀਗੇ ਉਹ ਕੈਸ਼ਲ ਰਿਕਾਰਡ ਕਰਕੇ ਸਾਨੂੰ ਭੇਜਦੇ ਸੀ ਔਰ ਨਾਲ ਨਾਲ ਇਸੇ ਦਿਖਾ ਰਹੇ ਸੀਗੇ ਔਰ ਨੈਸ਼ਨਲ ਤੇ ਉਹ ਜਾ ਰਿਹਾ ਸੀ ਉਹ ਬੜਾ ਪ੍ਰੈਸਟੀਜੀਅਸ ਔਰ ਚੈਲੈਂਜਿੰਗ ਇਵੈਂਟ ਸੀਗਾ ਹੂੰ ਹੂੰ ਦੋਨੋ ਲਾਈਵ ਸੀਗਾ ਅੱਛਾ ਹਾਂ 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 ਯਾ ਇਸ ਤੋਂ ਇਲਾਵਾ ਇੱਕ تین ਦੇਮ ਦੀ ਡੈਡੀਕੇਸ਼ਨ ਸੀਗੀ ਆ ਨੇਸ਼ਨ ਨੂੰ ਉਹ ਵੀ ਪ੍ਰਧਾਨ ਮੰਤਰੀ ਜੀ ਅਟਰਬੇਰਿ ਵਾਜਪਈ ਜੀ ਜੀ ਉਦੋਂ ਔਰ ਉਹ ਵੀ ਇਵੈਂਟ ਬੜਾ ਇੰਪੋਰਟੈਂਟ ਸੀਗਾ ਇਹ ਤੋਂ ਇਲਾਵਾ ਜਿਨੇ ਵੀ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਆਂਦੇ ਉਹਨਾਂ ਦੀ ਟੀਵੀ ਰਿਪੋਰਟ ਤਿਆਰ ਕਰਨ ਦਾ ਮੈਨੂੰ ਮੌਕਾ ਮਿਲਦਾ ਰਿਹਾ ਉਹ ਵੀ ਮੇਰੇ ਵਾਸਤੇ ਬੜੀ ਇੱਕ ਪ੍ਰੈਸਟੀਜੀਅਸ ਇਵੈਂਟ ਸੀਗਾ ਬਹੁਤ ਕੋ ਬਹੁਤ ਵਧੀਆ ਲੱਗ ਰਿਹਾ ਇਹ ਗੱਲਾਂ ਤੁਹਾਡੀਆਂ ਸੁਣ ਕੇ ਪਰ ਹੁਣ ਰੰਦਾਬਾ ਸਾਹਿਬ ਜਿਹੜਾ ਸਮਾਂ ਹੈ ਉਹ ਬਹੁਤ ਬਦਲ ਚੁੱਕਾ ਹੈ ਦੂਰਦਰਸ਼ਨ ਜਿਹੜਾ ਸੀ ਉਹ ਪਹਿਲਾ ਚੈਨਲ ਸੀ ਇੰਡੀਆ ਦੇ ਵਿੱਚ ਜਦੋਂ ਲੋਕਾਂ ਨੂੰ ਟੀਵੀ ਦੇਖਣ ਦਾ ਮੌਕਾ ਮਿਲਿਆ ਜਦੋਂ ਤਸਵੀਰਾਂ ਨੇ ਬੋਲਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਉਹ ਤਸਵੀਰਾਂ ਰੰਗਦਾਰ ਹੋ ਗਈਆਂ ਜਦੋਂ 1982 ਦੀ ਤੁਸੀਂ ਗੱਲ ਕਰ ਰਹੇ ਹੋ ਖੇਡਾਂ ਦਾ ਤੁਸੀਂ ਵੱਡਾ ਜਿਹੜਾ ਪਾਰਟ ਉਹ ਪਲੇ ਕੀਤਾ ਮੈਂ ਦੇਖਿਆ ਦੂਰਦਰਸ਼ਨ ਦੇ ਕਵਰੇਜ ਦੇ ਲਈ ਜੇ ਕਾਮਨਵੈਲਥ ਗੇਮਸ ਹੈਗੀਆਂ ਆ ਬਾਹਰ ਕਈ ਥਾਈਂ ਚੰਨ ਜਾਣ ਦਾ ਮੌਕਾ ਮਿਲਿਆ ਉਸ ਕਵਰੇਜ ਦੇ ਲਈ ਉਹ ਇੱਕ ਵੱਖਰਾ ਸਮਾਂ ਸੀ ਜਦੋਂ ਦੂਰਦਰਸ਼ਨ ਇਕੱਲਾ ਹੁੰਦਾ ਸੀ ਪਰ ਤੁਹਾਡੇ ਹੀ ਉਸ ਟੈਨਿਓਰ ਦੇ ਦੌਰਾਨ ਤੁਹਾਡੀ ਹੀ ਸਰਵਿਸ ਦੇ ਦੌਰਾਨ ਜਿਹੜੇ ਦੂਸਰੇ ਪ੍ਰਾਈਵੇਟ ਚੈਨਲਸ ਆ ਗਏ ਸੀ ਪਰ ਇੰਨਾ ਸੀ ਕਿ ਜਿਹੜਾ ਸਟਰਕਚਰ ਆ ਜਿਹੜਾ ਇਨਫਰਾਸਟਰਕਚਰ ਸਭ ਤੋਂ ਜ਼ਿਆਦਾ ਉਹ ਦੂਰਦਰਸ਼ਨ ਦਾ ਹੀ ਸਮਝਿਆ ਜਾਂਦਾ ਸੀ ਸ਼ਾਇਦ ਹੁਣ ਤੱਕ ਵੀ ਹੋਵੇ ਇਵਨ ਐਸ ਕੰਪੇਅਰਡ ਟੂ ਪ੍ਰਾਈਵੇਟ ਚੈਨਲ ਜਦੋਂ ਨਵੇਂ ਨਵੇਂ ਪ੍ਰਾਈਵੇਟ ਚੈਨਲਸ ਆਏ ਉਦੋਂ ਦੂਰਦਰਸ਼ਨ ਦੇ ਪ੍ਰੋਡਿਊਸਰ ਦੇ ਹੋਣ ਦੇ ਨਾਤੇ ਤੁਸੀਂ ਕੋਈ ਕਿਸੇ ਤਰ੍ਹਾਂ ਦੇ ਆਪਣੇ ਆਪ ਤੇ ਦਬਾਅ ਮਹਿਸੂਸ ਕੀਤਾ ਕਿ ਵੀ ਉਹ ਕਿੱਧਰ ਨੂੰ ਜਾ ਰਹੇ ਐ ਤਾਂ ਅਸੀਂ ਕਿੱਧਰ ਨੂੰ ਜਾਣਾ ਕਿਉਂਕਿ ਤੁਹਾਡੀਆਂ ਗਾਈਡਲਾਈਨਸ ਜਿਹੜੀਆਂ ਸੀ ਉਹ ਬਹੁਤ ਸਪੈਸੀਫਿਕ ਹੁੰਦੀਆਂ ਸੀ ਤੁਹਾਡੇ ਲਈ ਜਿਹੜੀਆਂ ਗਾਈਡਲਾਈਨਸ ਹੁੰਦੀਆਂ ਸੀ ਤੁਹਾਡੇ ਕੋਲ ਸ਼ਾਇਦ ਇਧਰ ਉਧਰ ਹੋਣ ਦਾ ਸਕੋਪ ਘੱਟ ਹੁੰਦਾ ਸੀ ਕਿਦਾਂ ਇੰਪੈਕਟ ਹੋਇਆ ਉਹਨਾਂ ਦਿਨਾਂ ਦੇ ਵਿੱਚ ਤੇ ਲੇਟੈਸਟ ਦੀ ਗੱਲ ਆਪਾਂ ਬਾਅਦ 'ਚ ਕਰਾਂਗੇ ਉਹ ਉਦੋਂ ਜਦੋਂ ਤਾਜ਼ੇ ਤਾਜ਼ੇ ਪ੍ਰਾਈਵੇਟ ਚੈਨਲ ਆਏ ਦੇਖੋ ਸਾਡੇ ਦੂਰਦਰਸ਼ਨ ਤੇ ਬਹੁਤਾ ਫਰਕ ਨਹੀਂ ਪਿਆ ਹਮਮ ਠੀਕ ਹੈ ਕਿਉਂਕਿ ਸਾਡੇ ਈ ਵੀਅਰ ਜਿਹੜੇ ਸਾਡੇ ਨਾਲ ਜੁੜੇ ਹਜੇ ਤੱਕ ਜੁੜੇ ਹੋਏ ਆ ਕਿਉਂਕਿ ਸਾਡੀਆਂ ਖਬਰਾਂ ਲੜੀਆਂ ਹਜੇ ਵੀ ਲੋਕੀ ਦੂਰਦਰਸ਼ਨ ਦੀਆਂ ਖਬਰਾਂ ਤੇ ਹੀ ਪ੍ਰਭਸਾ ਕਰਦੇ ਆ। ਰੀਜ਼ਨ ਰੀਜ਼ਨ ਇਹ ਹੈ ਕਿ ਬਾਕੀ ਮਿਸਾਲੇ ਜ਼ਿਆਦਾ ਹੁੰਦੇ ਅਸੀਂ ਖਬਰਾਂ ਦਿੰਦੇ ਆ। ਅਸੀਂ ਖਬਰਾਂ ਦਿੰਦੇ ਆ ਖਬਰਾਂ ਦੀ ਉਹ ਤੇ ਪਰਚੋਲ ਘਟ ਕਰਦੇ ਆ ਔਰ ਤੇ ਮਸਾਲੇ ਘਟ ਲਾਉਂਦੇ ਆ। ਅਸੀਂ ਐਕਚੁਅਲ ਜਿਹੜੀ ਫੈਕਚੁਅਲ ਨਿਊਜ਼ ਆ ਉਹ ਅਸੀਂ ਦਿੰਦੇ ਆ। ਐਸਾ ਕਿ ਸਾਡੇ ਖਬਰਾਂ ਦਾ ਹਜੇ ਵੀ ਲੋਕ ਸਾਡੇ ਦੂਰਦਰਸ਼ਨ ਦੀਆਂ ਖਬਰਾਂ ਤੇ ਹੀ ਆ ਯਕੀਨ ਕਰਦੇ ਆ ਪਰ ਇਹ ਜਿਹੜਾ ਪ੍ਰਭਾਵ ਰਹਿੰਦਾ ਹੈ ਕਿ ਵੀ ਕਿਉਂਕਿ ਉਹ ਸਰਕਾਰੀ মিডিਆ ਹੋਣ ਕਰਕੇ ਖਬਰਾਂ ਕੰਟਰੋਲਡ ਹੋਣਗੀਆਂ ਨਹੀਂ ਨਹੀਂ ਉਹ ਉਹਦੀ ਦੇਖੋ ਗੱਲ ਇਹ ਹੈ ਕਿ ਜਿਹੜੀ ਅਸਲੀਅਤ ਹੈਗੀ ਆ ਉਹ ਤੇ ਅਸੀਂ ਦੇਨੇ ਆ ਨਾ ਅਸੀਂ ਕਹਿੰਦੇ ਨਹੀਂ ਕਿ ਸਾਡੇ ਵਾਸਤੇ ਟੀਆਰਪੀ ਦਾ ਇੰਨਾ ਇੰਪੋਰਟੈਂਟ ਨਹੀਂ ਹੈਗਾ ਸਾਡੇ ਲਈ ਹੈ ਕਿ ਖਬਰਾਂ ਸਹੀ ਪਹੁੰਚਣੇ ਚਾਹੀਦੀਆਂ ਇਹ ਦੂਰਦਰਸ਼ਨ ਦਾ ਰੋਲ ਪਹਿਲਾਂ ਵੀ ਇਹੀ ਸੀਗਾ ਹੁਣ ਵੀ ਇਹੀ ਹੈ ਤੇ ਅੱਗੋਂ ਵੀ ਇਹੀ ਰਹੇਗਾ ਔਰ ਸਾਡਾ ਪਰਪਸ ਦੂਰਦਰਸ਼ਨ ਦਾ ਜਦੋਂ ਸ਼ੁਰੂ ਕੀਤਾ ਗਿਆ ਤੈਨੀਆਂ ਉਹਦੇ ਪਰਪਸ ਸੀਗੇ ਹੂੰ ਹੂੰ ਇਨਫੋਰਮੇਸ਼ਨ এডੂਕੇਸ਼ਨ ਐਂਡ ਐਂਟਰਟੇਨਮੈਂਟ ਬਿਲਕੁਲ ਅਸੀਂ ਐਜੂਕੇਟ ਕਰਨਾ ਲੋਕਾਂ ਨੂੰ ਉਹਨਾਂ ਨੂੰ ਇਨਫੋਰਮ ਕਰਨਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਐਂਟਰਟੇਨ ਕਰਨਾ ਜੀ ਬਾਕੀ ਜਿਹੜੇ ਚੈਨਲ ਨੇ ਉਹ ਐਂਟਰਟੇਨਮੈਂਟ ਰ ਹਰ ਚੀਜ਼ ਨੂੰ ਐਂਟਰਟੇਨਮੈਂਟ ਦੇ ਅਜ਼ਰੀਏ ਖਬਰਾਂ ਵੀ ਅੱਜਕੱਲ ਐਂਟਰਟੇਨਮੈਂਟ ਦੇ ਸਟਾਈਲ ਚ ਪੇਸ਼ ਕੀਤੀਆਂ ਜਾਂਦੀਆਂ ਨੇ ਹੈਨਾ ਸਾਡਾ ਇਹ ਫਰਕ ਹੈ ਅੱਛਾ ਅਗਲੇ ਹਿੱਸੇ ਦੇ ਵਿੱਚ ਕੁਝ ਗੱਲ ਹੋਰ ਕਰਨੀ ਆ ਕਿਉਂਕਿ ਇਹਨਾਂ ਨੇ 30 ਸਾਲ ਤੋਂ ਪਲੱਸ ਜਿਹੜਾ ਸਮਾਂ ਹੈ ਉਹ ਆਪਣਾ ਮੀਡੀਆ ਦੇ ਵਿੱਚ ਗੁਜ਼ਾਰਿਆ ਹੈ। ਭਾਵੇਂ 30 ਸਾਲ ਦੀ ਸਰਵਿਸ ਤੋਂ ਬਾਅਦ ਵੀ ਇਹਨਾਂ ਨੂੰ ਬਾਅਦ ਜਿਹੜੀ ਐਕਸਟੈਂਸ਼ਨ ਦਿੱਤੀ ਗਈ ਉਸ ਦੌਰਾਨ ਵੀ ਇਹ 35 ਸਾਲ ਦੀ ਰੈਗੂਲਰ ਸਰਵਿਸ ਸੀ ਉਸ ਤੋਂ ਬਾਅਦ 34-35 ਸਾਲ ਹੋਰ ਮਿਲ ਗਏ ਸੀ। ਵਾਓ। ਮਾਫੀ ਚਾਹਨੀ ਹਾਂ ਮੈਂ। ਸੋ 35 ਸਾਲ ਪਲੱਸ ਜਿਹੜਾ ਇਹਨਾਂ ਨੇ ਐਕਸਟੈਂਸ਼ਨ ਦੇ ਵਿੱਚ ਵੀ ਕੰਮ ਕੀਤਾ। ਪਰ ਇਸ ਦੌਰਾਨ ਬਹੁਤ ਸਾਰੇ ਉਤਾਰ ਚੜਾਵ ਇਹਨਾਂ ਨੇ ਮੀਡੀਆ ਦੇ ਵਿੱਚ ਦੇਖੇ ਨੇ ਤੇ ਹੁਣ ਥੋੜੀ ਜੀ ਮੈਂ ਗੱਲ ਅਗਾ ਤੋੜਨਾ ਚਾਹੁੰਨੀ ਆ ਕਿ ਮੀਡੀਆ ਦੇ ਵਿੱਚ ਇੰਨੇ ਸਾਲ ਦਾ ਐਕਸਪੀਰੀਅੰਸ ਇਹਨਾਂ ਦਾ ਹੈ ਪਰ ਇੰਨੇ ਸਾਲਾਂ ਦੇ ਦੌਰਾਨ ਜਿਹੜੀਆਂ ਕੁਝ ਇਹਨਾਂ ਨੇ ਤਬਦੀਲੀਆਂ ਆਬਜ਼ਰਵ ਕੀਤੀਆਂ ਤੇ ਉਹਨਾਂ ਤਬਦੀਲੀਆਂ ਦਾ ਆਪ ਵੀ ਹਿੱਸਾ ਬਣੇ ਜੇ ਉਹਨਾਂ ਦਾ ਜ਼ਿਕਰ ਕਰ ਸਕੋ ਰਤਾਵਾ ਸਾਹਿਬ ਦੇਖੋ ਨੌਜੋਤੀ ਜਦੋਂ ਅਸੀਂ ਦੂਰਦਰਸ਼ਨ ਜੁਆਇਨ ਕੀਤਾ ਸੀਗਾ ਹਾਂ ਹਾਂ ਉਦੋਂ ਦਾ ਤੇ ਹੁਣ ਦਾ ਬਹੁਤ ਫਰਕ ਆ ਉਦੋਂ ਅਸੀਂ ਮੈਂ ਤੁਹਾਨੂੰ ਸਪੋਰਟਸ ਪ੍ਰੋਗਰਾਮ ਮੇਰੇ ਕੋਲ ਹੁੰਦਾ ਸੀ ਸਪੋਰਟਸ ਕਵਰੇਜ ਤੇ ਜਾਂਦੇ ਹੁੰਦੇ ਸੀਗੇ ਜੀ ਜੀ ਔਰ ਸਾਡੇ ਕੋਲ ਫਿਲਮ ਕੈਮਰਾ ਹੁੰਦਾ ਸੀ ਬਲੈਕ ਐਂਡ ਵਾਈਟ ਹੁੰਦਾ ਸੀ ਉਹ ਤੇ ਫਿਲਮ ਤੇ ਅਸੀਂ ਰਿਕਾਰਡਿੰਗ ਕਰਨੀ ਜਿਹੜੀ ਸਾਊਂਡ ਆ ਉਹਦਾ ਟਰੈਕ ਅਲੱਗ ਹੁੰਦਾ ਸੀ ਸੈਵ ਬੈਕ ਉਹਨੂੰ ਕਹਿੰਦੇ ਉਹ ਤੇ ਆਪਾਂ ਰਿਕਾਰਡ ਕਰਦੇ ਸੀਗੇ ਸੋ ਟੈਕਨੀਕਲ ਟੈਕਨੀਕਲੀ ਉਹ ਤਾਂ ਬੜਾ ਮੁਸ਼ਕਲ ਸੀਗਾ ਫਿਰ ਅਸੀਂ ਐਡੀਟਿੰਗ ਟੇਬਲ ਤੇ ਉਹ ਉਹ ਪਲੇ ਕਰਨਾ ਸਿੰਕ ਮਿਲਾਣਾ ਮੈਚ ਕਰਨੇ ਮੈਚ ਕਰ ਲੈਣ ਫਿਰ ਦੋ ਰੋਲ ਬੰਦੇ ਹੁੰਦੇ ਸੀ ਕਿ 사운ਡ ਦਾ ਅਲੱਗ ਰੋਲ ਬੰਦਾ ਹੁੰਦਾ ਸੀ ਫਿਲਮ ਦਾ ਅਲੱਗ ਹੁੰਦਾ ਸੀ ਜੀ ਔਰ ਉਹਨਾਂ ਨੂੰ ਮੈਚ ਕਰਕੇ ਚਲਾਉਣਾ ਦੈਟ ਵਾਸ ਅ ਵੈਰੀ ਟੀਰੀਅਸ ਜੌਬ ਹਮ ਇੱਕ ਵਾਰੀ ਅਸੀਂ ਕਵਰੇਜ ਕਰਕੇ ਆਏ ਇਸ ਹਰ ਗੁੱਟ ਟਾਈਮ ਥੋੜਾ ਸੀਗਾ ਤੇ ਅਸੀਂ ਉਹਨੂੰ ਸਾਨੂੰ ਬੜੀ ਮੁਸ਼ਕਲ ਨਾਲ ਉਹ ਅਸੀਂ ਪੂਰਾ ਕੰਪਲੀਟ ਕਰਕੇ ਫਿਰ ਅਸੀਂ ਪਾਰਟਸ ਦੇ ਵਿੱਚ ਅੱਧਾ ਪੋਰਸ਼ਨ ਐਡਿਟ ਕਰ ਲਿਆ ਔਰ ਚਲਾ ਦਿੱਤਾ ਅੱਧਾ ਬਾਅਦ ਨਾਲ ਦੇ ਨਾਲ ਦੂਜਾ ਐਡਿਟ ਹੁੰਦਾ ਰਿਹਾ ਫਿਰ ਨਾਲ ਦੇ ਨਾਲ ਉਹ ਚਲਾ ਦਿੱਤਾ ਉਹ ਸਮਾਂ ਬੜਾ ਔਖਾ ਬੜਾ ਟੇਰੀਅਸ ਤੇ ਬੜਾ ਮੁਸ਼ਕਲ ਵਾਲਾ ਸੀਗਾ ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਰਹੇ ਕਿ ਅਸੀਂ ਆਪਣੀ ਪਰਫੈਕਸ਼ਨ ਦਿਖਾਈਏ ਔਰ ਉਦੋਂ ਵੀ ਪ੍ਰੋਗਰਾਮ ਵਧੀਆ ਜਾਂਦੇ ਰਹੇ ਲੇਕਿਨ ਉਸ ਤੋਂ ਬਾਅਦ ਫੇਰ ਆਇਆ ਵੀਡੀਓ ਰਿਕਾਰਡਿੰਗ ਦਾ ਆ ਗਿਆ ਔਰ ਫਿਰ ਅਸੀਂ ਇਕਡੇ ਤੇ ਜਣਾ ਆਡੀਓ ਵੀਡੀਓ ਦੋਨੋ ਕਠੀ ਰਿਕਾਰਡ ਹੁੰਦੇ ਸੀ ਸਾਰੀ ਉਸ ਸਮੇਂ ਸਟੇਡੀ ਆ ਉਹ ਖਤਮ ਹੋਈ ਪਰ ਬਹੁਤੀ ਪ੍ਰੋਗਰਾਮ ਮੇਰੇ ਖਾਲ ਰਿਕਾਰਡਡ ਪ੍ਰੋਗਰਾਮ ਹੁੰਦੇ ਸੀ ਲਾਈਵ ਤਾਂ ਸਿਰਫ ਨਿਊਜ਼ ਹੁੰਦੀਆਂ ਸੀ ਨਹੀਂ ਅਸੀਂ ਬੇਸਿਕਲੀ ਜਿਹੜੇ ਸਪੋਰਟਸ ਪ੍ਰੋਗਰਾਮ ਹੁੰਦੇ ਸੀ ਉਹ ਜ਼ਿਆਦਾ ਲਾਈਵ ਹੁੰਦੇ ਸੀ ਠੀਕ ਹੈ ਅੱਛਾ ਔਰ ਉਦੋਂ ਲਾਈਵ ਇੱਕ ਬਹੁਤ ਵੱਡੀ ਜੌਬ ਹੁੰਦੀ ਟਾਸਕ ਹੁੰਦਾ ਸੀਗਾ ਇਹ ਅਰੇਂਜ ਕਰਨਾ ਉਦੋਂ ਅਸੀਂ ਟੈਕਨੀਕਲ ਸਟਾਫ ਵਾਸਤੇ ਬਹੁਤ ਮਿਹਨਤ ਕਰਦੇ ਸੀ ਸਾਡੇ ਨਾਲ 66 ਬੰਦੇ ਹੁੰਦੇ ਸੀਗੇ ਜਦੋਂ ਅਸੀਂ ਕਵਰੇਜ ਤੇ ਸਪੋਰਟਸ ਹੀ ਕਵਰੇਜ ਤੇ ਜਾਂਦੇ ਸੀਗੇ ਅੱਛਾ ਔਰ ਕਿਉਂਕਿ ਉਹਨਾਂ ਨੇ ਮਾਈਕ੍ਰੋਵੇਵ ਲਿੰਕ ਜਿਹੜਾ ਉਹ ਲੈਣਾ ਪਹਿਲੇ ਪੀਐਨਟੀ ਡਿਪਾਰਟਮੈਂਟ ਨੂੰ ਲਿਖਣਾ ਲਿੰਕ ਲੈਣਾ ਫਿਰ ਅਸੀਂ ਰਸਤੇ ਹੀ ਦੇਖਣਾ ਕਿ ਜਿੱਦਾਤੋਂ ਉਹ ਈਵੈਂਟ ਆ ਰਸਤੇ ਦੇ ਵਿੱਚ ਕਲੀਅਰ ਹੈ ਔਰ ਉਹਨਾਂ ਨੂੰ ਟਾਵਰ ਜਿਹੜੇ ਮਾਈਕ੍ਰੋਵੇਵ ਟਾਵਰ ਜਿਹੜੇ ਆ ਉਹਨਾਂ ਨੂੰ ਲਿੰਕ ਕਰਨਾ ਉਹ ਤੋਂ ਲਿੰਕ ਕਰਕੇ ਫਿਰ ਸਿਗਨਲ ਜਿਹੜੇ ਪਹੁੰਚ ਜਾਂਦੇ ਸੀ ਉਹਦੇ ਇਸ ਤਰ੍ਹਾਂ ਬਹੁਤ ਦੇਰ ਪਹਿਲਾਂ ਮਹੀਨਾ ਮਹੀਨਾ ਪਹਿਲਾਂ ਸਾਨੂੰ ਤਿਆਰੀ ਕਰਨੀ ਪੈਂਦੀ ਸੀ ਸਾਨੂੰ ਸਰਵੇ ਕਰਨਾ ਪੈਂਦਾ ਸੀਗਾ ਫੀਜ਼ਿਬਿਲਿਟੀ ਦੇਖਣੀ ਪੈਂਦੀ ਸੀ ਤੇ ਹੁਣ ਤੇ ਬਹੁਤ ਸੌਖਾ ਹੋ ਗਿਆ ਬਟ ਈਜ਼ੀ ਗੋਇੰਗ ਹੋ ਗਿਆ ਔਰ ਉਦੋਂ ਜਦੋਂ ਅਸੀਂ ਕੋਈ ਕਵਰੇਜ ਕਰਕੇ ਆਉਂਦੇ ਸੀ ਨਿਊਜ਼ ਵਾਸਤੇ ਤੁਸੀਂ ਵੀ ਜਦੋਂ ਮਲੇਰ ਕੋਟ ਲੱਗੇ ਸੀਗਾ ਉਦੋਂ ਅਸੀਂ ਰਿਕਾਰਡ ਕਰਕੇ ਤੇ ਟ੍ਰੈਵਲ ਕਰਕੇ ਕੈਸਟ ਜਿਹੜੀ ਆ ਉਹ ਲੇਨ ਦੇ ਸੀ ਹਾਂਜੀ ਹਾਂਜੀ ਠੀਕ ਹੈ ਉਹ ਦਾ ट्रैवलिंग ਟਾਈਮ ਜਿਹੜਾ ਉਹ ਵਿੱਚ ਹੁੰਦਾ ਸੀਗਾ 2 ਘੰਟੇ 3 ਘੰਟੇ ਜਿੰਨਾ ਵੀ ਡਿਸਟੈਂਸ ਹੈਗਾ ਓਨਾ ਟਾਈਮ ਲੱਗਣਾ ਹੈ ਲੱਗਣਾ ਆ ਕੇ ਐਡਿਟ ਕਰਨਾ ਆ ਕੇ ਐਡਿਟ ਕਰਨਾ ਫੇਰ ਕਰਨਾ ਹੁਣ ਉਹ ਜ਼ਮਾਨਾ ਨਹੀਂ ਹੁਣ ਤਾਂ ਜਿੱਥੇ ਬੈਠੇ ਹੋ ਉਹ ਤਾਂ ਸਿੱਧਾ ਟੈਲੀਕਾਸਟ ਕਰ ਦੋ ਹਰ ਬੰਦਾ ਹੁਣ ਤੇ ਮੋਬਾਈਲ ਤੇ ਵਟਸਐਪ ਦੇ ਥਰੂ ਹਰ ਬੰਦਾ ਲਿੰਕ ਹੈਗਾ ਹਾਂ ਉਹ ਹੁਣ ਦਾ ਉਸ ਸਮਾਂ ਦਾ ਬਹੁਤ ਜ਼ਿਆਦਾ ਅੱਛਾ ਮੈਂ ਹੁਣੇ ਗੱਲ ਕਰਕੇ ਜੀ ਸੀ ਕਿ ਵੀ ਹੁਣ ਉਦੋਂ ਪ੍ਰੋਗਰਾਮ ਤੁਹਾਡੇ ਬਹੁਤ ਸਾਰੇ ਰਿਕਾਰਡਡ ਹੁੰਦੇ ਸੀ ਜਿਹੜੇ ਤਾਂ ਚਲੋ ਫੀਲਡ ਤੋਂ ਕੋਈ ਪ੍ਰੋਗਰਾਮ ਹੋ ਰਿਹਾ ਜਿੱਦਾਂ ਸਪੋਰਟਸ ਦਾ ਜਾਂ ਮੈਚ ਹੋ ਰਿਹਾ ਉਹ ਤਾਂ ਲਾਈਵ ਹੋਣੇ ਹੀ ਹੋਣੇ ਹੁੰਦੇ ਆ ਡੀਡੀ ਪੰਜਾਬੀ ਜਦੋਂ ਸ਼ੁਰੂ ਹੋਇਆ ਉਦੋਂ ਸਬੀਰ ਦੇ ਜਿਹੜੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਖਾਸ ਕਰਕੇ ਉਹਨਾਂ ਦੇ ਵਿੱਚ ਮਾਰਨਿੰਗ ਪ੍ਰੋਗਰਾਮ ਮੈਂ ਖਾਲ ਤੁਸੀਂ ਉਹ ਵੀ ਉਹਦੇ ਵੀ ਤੁਸੀਂ ਪ੍ਰੋਡਿਊਸਰ ਰਹੇ ਹੋ ਉਹ ਮੈਨੂੰ ਜ਼ਿਆਦਾ ਦੇਰ ਮਤਲਬ ਕਿ ਆਪਣੇ ਜਿਹੜੇ ਲਾਸਟ ਸਰਵਿਸ ਹੈ ਉਹਦੇ ਚ ਪੰਸਰ ਸਾਲ ਤੋਂ ਜ਼ਿਆਦਾ ਮੈਨੂੰ ਇਹ ਸਰਜਰੀ ਸਵੇਰ ਦੇਖਣ ਦਾ ਮੌਕਾ ਮਿਲਿਆ ਅੱਛਾ ਔਰ ਸਰਜਰੀ ਸਵੇਰ ਜਿਹੜਾ ਸਾਡਾ ਹਜੇ ਵੀ ਮਾਰਨਿੰਗ ਸ਼ੋਅ ਸਾਡਾ ਦੂਰਦਰਸ਼ਨ ਜਿਹੜੀ ਪੰਜਾਬੀ ਦਾ ਬੈਸਟ ਸ਼ੋਅ ਹੈ ਔਰ ਲੋਕ ਹਜੇ ਵੀ ਉਸ ਸ਼ੋਅ ਨਾਲ ਜੁੜੇ ਹੋਏ ਕਿਉਂਕਿ ਉਸ ਟਾਈਮ ਦੇ ਉਤੇ ਜਿਨੇ ਵੀ ਬਾਕੀ ਚੈਨਲਸ ਨੇ ਉਹਦੇ ਤੇ ਐਨੀ ਵੈਰਾਈਟੀ ਆਫ ਪ੍ਰੋਗਰਾਮ ਨਹੀਂ ਹੁੰਦੇ ਸਾਡੇ ਕੋਲ ਨਿਊਜ਼ ਵੀ ਹੈ ਹਮ ਹਮ ਸਾਡੇ ਕੋਲ ਪਹਿਲਾਂ ਵੀ ਸਟਾਰਟ ਵਿਦ ਅ ਅੱਜ ਦਾ ਵਿਚਾਰ ਜੀ ਉਸ ਤੋਂ ਬਾਅਦ ਫਿਰ ਨਿਊਜ਼ ਦੇਰੋਂ ਨਾਲ ਕਰੰਟ ਅਫੇਅਰ ਉਸ ਤੋਂ ਬਾਅਦ ਗੱਲਾਂ ਤੇ ਗੀਤ ਸਾਡਾ ਬਹੁਤ ਪਪੂਲਰ ਪ੍ਰੋਗਰਾਮ ਆ ਅੱਛਾ ਸਾਰੇ ਲੋਕ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ ਉਹ ਵੀ ਲਾਈਵ ਹੁੰਦਾ ਉਹ ਵੀ ਲਾਈਵ ਹੁੰਦਾ ਅੱਛਾ ਉਸ ਤੋਂ ਬਾਅਦ ਹੋਰ ਵੀ ਕੋਈ ਨਵੀਂ ਉਡਾਰੀ ਹੋਰ ਜਿਹੜੇ ਪ੍ਰੋਗਰਾਮ ਕਾਨੂੰਨੀ ਨੁਕਤੇ ਇਦਾਂ ਦੇ ਕਈ ਪ੍ਰੋਗਰਾਮ ਨੇ ਉਹ 2 ਘੰਟੇ ਦਾ ਸੀ ਇੱਕ ਬੜਾ ਵਧੀਆ ਗੁਲਦਸਤਾ ਰੈਡਨਲ ਪ੍ਰੋਗਰਾਮ ਦਾ ਉਹਦੇ ਚ ਸੀ ਉਹ ਕਰਦੇ ਆ ਉਹਦੇ ਚ ਕਈ ਪ੍ਰੋਡਿਊਸਰਸ ਇਨਵੋਲਵ ਹੁੰਦੇ ਆ ਲੇਕਿਨ ਇੱਕ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹਨੇ ਪੂਰਾ ਸ਼ੋਅ ਨੂੰ ਲੁੱਕ ਆਫਟਰ ਕਰਨਾ ਉਹ ਵੀ ਕੀ ਕੀਪ ਆਨ ਚੇਂਜਿੰਗ ਦਾ ਡਿਊਟੀਆਂ ਔਰ ਉਹ ਸ਼ੋਅੜਾ ਸਾਡਾ ਜਿਹੜੀ ਪੰਜਾਬੀ ਦਾ ਹਜੇ ਵੀ ਕਾਫੀ ਪਪੂਲਰ ਸ਼ੋਅੜਾ ਅੱਛਾ ਇੱਕ ਬਹੁਤ ਇੰਪੋਰਟੈਂਟ ਮੈਂ ਚੀਜ਼ ਤੁਹਾਨੂੰ ਪੁੱਛਣਾ ਚਾਹਨੀ ਹੈ ਹੁਣ ਇਹਨੇ ਤੁਸੀਂ ਵੱਡੇ ਵੱਡੇ ਪ੍ਰੋਗਰਾਮਸ ਕੀਤੇ ਹੋਏ ਆ ਬਾਕੀ ਜਿਹੜੇ ਪ੍ਰੋਡਿਊਸਰਸ ਆ ਉਹ ਵੀ ਕਰਦੇ ਹੋਣਗੇ ਬੜੇ ਐਕਸਕਲੂਸਿਵ ਪ੍ਰੋਗਰਾਮ ਹੋਣਗੇ ਜਿਹੜੇ ਦੂਰਦਰਸ਼ਨ ਦੇ ਲਈ ਪ੍ਰੋਡਿਊਸ ਕੀਤੇ ਗਏ ਤੇ ਉਹ ਸਿਰਫ ਤੇ ਸਿਰਫ ਦੂਰਦਰਸ਼ਨ ਦੀ ਪ੍ਰਾਪਰਟੀ ਆ ਦੂਰਦਰਸ਼ਨ ਦੇ ਆਰਕਾਈਵਸ ਦੇ ਵਿੱਚ ਜਾਂ ਲਾਇਬ੍ਰੇਰੀਜ਼ ਦੇ ਵਿੱਚ ਪ੍ਰੋਗਰਾਮ ਪਏ ਹੋਣਗੇ ਕਿਤੇ ਉਹ ਪ੍ਰੋਗਰਾਮਸ ਹੁਣ ਇਸ ਵੇਲੇ ਪਬਲਿਕ ਦੀ viewing ਦੇ ਲਈ ਅਵੇਲੇਬਲ ਹੈਗੇ ਨਹੀਂ 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 ਅੱਜ ਕੱਲ ਦੇ ਜਿਹੜੇ ਪ੍ਰੋਗਰਾਮ ਹੋ ਰਿਹਾ ਨਹੀਂ ਨਹੀਂ ਜਿਹੜੇ ਹੋਣ ਵਾਲੇ ਆ ਜਿਹੜੇ ਪੁਰਾਣੇ ਪ੍ਰੋਗਰਾਮ ਆ ਉਹ ਵੀ ਕਈ ਹੈਗੇ ਆ ਸਾਰੇ ਨਹੀਂ ਹੈਗੇ ਕਾਫੀ ਹੈਗੇ ਆ ਕਾਫੀ ਆਵੇਲੇਬਲ ਹੈਗੇ ਜਿਸ ਤਰ੍ਹਾਂ ਤੁਸੀਂ ਸ੍ਰਿੰਦਰ ਕੌਰ ਉਹਨਾਂ ਦੀ ਡਾਕੂਮੈਂਟਰੀ ਦੀ ਗੱਲ ਕੀਤੀ ਹੈ ਇਹੋ ਜਿਹੇ ਪ੍ਰੋਗਰਾਮ ਸਾਡੇ ਆਰਕਾਈਵ ਦੇ ਵਿੱਚ ਨੇ ਉਹ ਦੂਰਦਰਸ਼ਨ ਜਦੋਂ ਚਾਹਦਾ ਹੋਦੋਂ ਦਿਖਾ ਦਿੰਦਾ ਆਦਰਵਾਇਜ਼ ਪਬਲਿਕ ਪਲੇਟਫਾਰਮ ਤੇ ਕਿਤੇ ਨਹੀਂ ਪਏ ਕਈ ਆਗੇ ਨੇ ਕਈ ਨਹੀਂ ਹੈਗੇ ਉਹਦੇ ਚੋਂ ਅਲੱਗ-ਅਲੱਗ ਕੈਟਾਗਰੀ ਨੇ ਕਿਉਂਕਿ ਇਹ ਜਿਹੜਾ ਕੰਮ ਇਹ ਦੂਰਦਰਸ਼ਨ ਦੀ ਆਰਕਾਈਵ ਲਾਇਬ੍ਰੇਰੀ ਦੀ ਵੀ ਹੈ ਤੇ ਜਲੰਧਰ ਵੀ ਸਾਡੇ ਹੈਗੇ ਆ ਲੇਕਿਨ ਉਹ ਅਸੀਂ ਪ੍ਰਾਇੋਰਟੀ ਦੇਖ ਲੈਣਾ ਕਿ ਕਿਹੜੇ ਹੋ ਜਿਹੇ ਪ੍ਰੋਗਰਾਮ ਜਿਹੜੇ ਆ ਉਹ ਆਨਲਾਈਨ ਕਰਨੇ ਆ ਕਈ ਤਾਂ ਸਾਡੇ ਆਨਲਾਈਨ ਹੀ ਹੁੰਦੇ ਆ ਸਭ ਫੇਸਬੁਕ ਟਵਿੱਟਰ ਸਭ ਕੁਝ ਹੈਗਾ ਸਾਡਾ ਔਰ ਕਈ ਜਿਹੜੇ ਪ੍ਰੋਗਰਾਮ ਸੀ ਉਹ ਪਰ ਤੁਹਾਡੇ ਮਨ ਦੇ ਵਿੱਚ ਕਦੇ ਇਸ ਚੀਜ਼ ਦੀ ਖਾਹਿਸ਼ ਨਹੀਂ ਹੁੰਦੀ ਕਿ ਵੀ ਜਿਹੜੇ ਇੰਨੇ ਵਧੀਆ ਪ੍ਰੋਗਰਾਮ ਆ ਉਹ ਆਰਕਾਈਵ ਦੇ ਵਿੱਚ ਪਏ ਆ ਪਰ ਉਹ ਵੀ ਇਸ ਤਰ੍ਹਾਂ ਪਬਲਿਕ ਪਲੇਟਫਾਰਮ ਤੇ ਅਵੇਲੇਬਲ ਹੋਣੇ ਚਾਹੀਦੇ ਆ ਕਿਉਂਕਿ ਬੜੀ ਮਿਹਨਤ ਸੀ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਉਹ ਵੀ ਬੜੀ ਐਕਸਕਲੂਸਿਵ ਟਾਈਪ ਸੀ ਨਹੀਂ ਉਹ ਵੀ ਹੋ ਜਾਣਗੇ ਮਤਲਬ ਕਾਫੀ ਹੋ ਰਿਹਾ ਹੌਲੀ ਹੌਲੀ ਅਪਲੋਡ ਕਰ ਕਰ ਦੇਣਗੇ ਹੌਲੀ ਹੌਲੀ ਕਰਕੇ ਇਸ ਗੱਲ ਦੀ ਆਸ ਹੈਗੀ ਆ ਹਾਂ ਜੀ ਹਾਂ ਜਿੱਥੇ ਆਪਾਂ ਗੱਲ ਕਰ ਰਹੇ ਸੀ ਕਿ ਅੱਜਕੱਲ ਜਿਹੜੇ ਮੀਡੀਆ ਦੇ ਟ੍ਰੈਂਡਸ ਆ ਮੈਂ ਥੋੜਾ ਜਿਆਦਾ ਲੈਂਗੁਏਜ ਬਾਰੇ ਗੱਲ ਕਰਨਾ ਚਾਹੁੰਨੀ ਆ ਓਵਰ ਆਲ ਪੰਜਾਬੀ ਮੀਡੀਆ ਨੇ ਬਹੁਤ ਤਰੱਕੀ ਕੀਤੀ ਐ ਅਸੀਂ ਵੀ ਪੰਜਾਬੀ ਮੀਡੀਆ ਦਾ ਹਿੱਸਾ ਹੀ ਹੈਗੇ ਆ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ ਉਹ ਸਾਡੇ ਲਈ ਇੱਕ ਅਨੀਸੀ ਉਹ ਜਿੱਥੇ ਸਾਡੀ ਜਿਹੜੀ ਟ੍ਰੇਨਿੰਗ ਦਿੱਤੀ ਗਈ ਸੀ ਸਾਨੂੰ ਉਸ ਵੇਲੇ ਕਿ ਇਸ ਤਰ੍ਹਾਂ ਦੀ ਭਾਸ਼ਾ ਬੋਲਣੀ ਆ ਇਸ ਤਰ੍ਹਾਂ ਦੀ ਟੋਨ ਹੋਣੀ ਚਾਹੀਦੀ ਆ ਇਸ ਤਰ੍ਹਾਂ ਦੀ ਟੋਨ ਦੇ ਵਿੱਚ ਸਵਾਲ ਪੁੱਛੇ ਜਾਣੇ ਚਾਹੀਦੇ ਆ ਇਸ ਤਰ੍ਹਾਂ ਸੰਬੋਧਨ ਕੀਤਾ ਜਾਣਾ ਚਾਹੀਦਾ ਇਹ ਉਹ ਟ੍ਰੇਨਿੰਗ ਬੜੀ ਵਧੀਆ ਟ੍ਰੇਨਿੰਗ ਸੀ ਪਰ ਹੁਣ ਜਿਹੜਾ ਹੈ ਉਹ ਸਭ ਕੁਝ ਬਦਲ ਗਿਆ ਹੈ ਕਈ ਵਾਰ ਸਾਡੇ ਵਰਗੇ ਵੀ ਇਸ ਚੀਜ਼ ਦੀ ਲੋਡ ਮਹਿਸੂਸ ਕਰਦੇ ਆ ਕਿ ਨਹੀਂ ਇਹ ਭੀੜ ਦੇ ਵਿੱਚ ਸ਼ਾਮਿਲ ਤੁਹਾਨੂੰ ਹੋਣਾ ਪੈਣਾ ਅਦਰਵਾਈਜ਼ ਸਰਵਾਈਵਲ ਹੈ ਨਹੀਂ ਇਹ ਜਿਹੜੀਆਂ ਤਬਦੀਲੀਆਂ ਆ ਕਿ ਹਰ ਇੱਕ ਗੱਲ ਨੂੰ ਉੱਚੀ ਉੱਚੀ ਕਰਕੇ ਬੋਲਣਾ ਜਿਹੜਾ ਠਹਿਰਾ ਆ ਉਹ ਬਹੁਤ ਘਟਿਆ ਖਬਰਾਂ ਵੀ ਚੀਕ-ਚੀਕ ਕੇ ਸੁਣਾਈਆਂ ਜਾ ਰਹੀਆਂ ਬਹੁਤ ਸਾਰੇ ਚੈਨਲਸ ਦੇ ਉੱਤੇ ਤੁਹਾਡੀ ਇਹਦੇ ਬਾਰੇ ਕੀ ਟਿੱਪਣੀਆਂ ਦੇਖੋ ਮੇਰੇ ਹਿਸਾਬ ਨਾਲ ਤੇ ਜਿਹੜੀ ਗੱਲ ਤੁਸੀਂ ਆਰਾਮ ਨਾਲ ਹਾਂ ਠੰਡੇ ਔਰ ਵਧੀਆ ਜੀ ਅੱਛੀ ਸੌਫਟ ਲੈਂਗੁਏਜ ਦੇ ਵਿੱਚ ਜਿਹੜੀ ਤੁਸੀਂ ਕਨਵੇ ਕਰ ਸਕਦੇ ਉਹ ਚੀਜ਼ੀ ਬੋਲ ਕੇ ਨਹੀਂ ਹੋ ਸਕਦੀ ਹਮ ਹਮ ਤਾਂ ਇੱਕ ਲੀਸੈਂਸੀ ਜਿਹੜੀ ਇੱਕ ਲਹਿਜ਼ਾ ਜਿਹੜਾ ਤੁਹਾਡਾ ਉਹ ਵਧੀਆ ਹੋਣਾ ਚਾਹੀਦਾ ਔਰ ਤਾਂ ਕਿ ਦਰਸ਼ਕਾਂ ਤੱਕ ਅਸੀਂ ਪਹੁੰਚ ਸਕੀਏ ਹਮ ਹਮ ਅਸੀਂ ਜਿਹੜੀ ਪੰਜਾਬੀ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਲੈਂਗੁਏਜ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਅਸੀਂ ਸਟ्रेस ਦਿੱਤਾ ਕਿ ਲੈਂਗੁਏਜ ਜਿਹੜੀ ਹੈ ਉਹ ਸਹੀ ਹੋਣੀ ਚਾਹੀਦੀ ਹੈ ਔਰ ਸਹੀ ਉਚਾਰਨ ਹੋਣਾ ਚਾਹੀਦਾ ਅਸੀਂ ਐਂਕਰ ਸਿਲੈਕਟ ਕਰ ਲਿਆ ਹਮੇਸ਼ਾ ਇਹੀ ਦੇਖਦੇ ਰਹੇ ਹਾਂ ਜੋ ਨਾਲ ਦਾ ਜਿਹੜਾ ਸ਼ਬਦਾਂ ਦਾ ਉਚਾਰਨ ਆ ਉਹ ਬਿਲਕੁਲ ਸਹੀ ਹੋਵੇ। ਹਾਂ। ਔਰ ਉਹਨੂੰ ਦੀ ਵੋਕੈਬਲਰੀ ਵੀ ਐਂਕਰ ਦੀ ਹੋਣੀ ਚਾਹੀਦੀ ਆ। ਜਿਵੇਂ ਤੁਸੀਂ ਗੱਲ ਸਰਜਰੀ ਸਵੇਰ ਦੀ ਕੀਤੀ ਹੁਣ ਸਰਜਰੀ ਸਵੇਰ ਜਿਹੜਾ ਉਹ ਪੂਰਾ ਐਂਕਰਸ ਤੇ ਡਿਪੈਂਡੈਂਟ ਆ। ਹਾਂ। ਕਿਉਂਕਿ ਉਹਦੇ ਚ ਅਲੱਗ-ਅਲੱਗ ਐਂਕਰ ਕਰੰਟ ਅਫੇਅਰ ਦੇ ਅਲੱਗ ਹੁੰਦੇ ਆ ਮਾਰਨਿੰਗ ਸ਼ੋਅ ਦੇ ਅਲੱਗ ਐਂਕਰਸ ਨੇ। ਔਰ ਉਹਨਾਂ ਨੂੰ ਕਿਸੇ ਵੇਲੇ ਕੋਈ ਵੀ ਸਬਜੈਕਟ ਦਾ ਬੰਦਾ ਆ ਸਕਦਾ ਐ ਸੋ ਕਿ ਉਹਨਾਂ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ। ਹਰ ਚੀਜ਼ ਦੀ ਨੌਲੇਜ ਹੋਣੀ ਬਾਜ਼ੂਰੀਏ ਜੇਕਰ ਤੁਹਾਡੇ ਕੋਲ ਨੌਲੇਜ ਹੈ ਤਾਂ ਤੁਸੀਂ ਅਗਲੇ ਨੂੰ ਸਵਾਲ ਕਰ ਸਕਦੇ ਜੇ ਤੁਹਾਡੇ ਅੰਦਰੋਂ ਖਾਲੀ ਹੋ ਤੇ ਤੁਸੀਂ ਗੱਲ ਹੀ ਨਹੀਂ ਕਰ ਤੁਹਾਨੂੰ ਗੱਲ ਫੋਰੀ ਨਹੀਂ ਸਕਦੀ ਤੇ ਸਾਡਾ ਤੇ ਇਹੀ ਸਟ੍ਰੈਸ ਹੁੰਦਾ ਹੈ ਕਿ ਜਦੋਂ ਵੀ ਕਿਸੇ ਐਕਸਪਰਟ ਨੂੰ ਬੁਲਾਇਆ ਜਾਵੇ ਉਹਦੇ ਬਾਰੇ ਪੂਰੀ ਉਹਨੂੰ ਉਹਦੇ ਬਾਰੇ ਉਹਦੀ ਪਰਸਨੈਲਿਟੀ ਬਾਰੇ ਪਹਿਲੇ ਪੂਰਾ ਸਮਝੋ ਵੀ ਉਹਦਾ ਕੀ ਉਹਦੇ ਅਚੀਵਮੈਂਟਸ ਕੀ ਨੇ ਉਹਦੀ ਕੰਟ੍ਰਿਬਿਊਸ਼ਨ ਕੀ ਹੈ ਔਰ ਕਿਹੜੇ-ਕਿਹੜੇ ਉਹਨੇ ਕੰਮ ਕੀਤੇ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਜਦੋਂ ਮਾਰਨਿੰਗ ਸ਼ੋਅ ਸੈਟਿੰਗ ਵਿੱਚ ਹਮੇਸ਼ਾ ਇਹ ਹੀ ਹੁੰਦਾ ਕਿ ਐਂਕਰਸ ਮੇਰੇ ਤੋਂ ਥੋੜੇ ਪਰੇਸ਼ਾਨ ਵੀ ਹੋ ਜਾਂਦੇ ਸੀਗੇ ਕਿਉਂਕਿ ਮੈਂ ਕਲਾਸ ਥੋੜੀ ਜ਼ਿਆਦਾ ਲੈਂਦਾ ਹੁੰਦਾ ਸੀ ਮੈਨੂੰ ਵੀ ਹੁੰਦਾ ਸੀ ਕਿ ਜਿਹੜੇ ਬੰਦੇ ਨੂੰ ਇੰਟਰਵਿਊ ਕਰਨਾ ਹੈ ਹਾਂ ਉਹਨੂੰ ਉਹ ਜਦੋਂ ਇੰਟਰਵਿਊ ਦੇ ਕੇ ਜਾਏ ਤਾਂ ਉਹਦੀ ਪੂਰੀ ਤਸੱਲੀ ਹੋਣੀ ਚਾਹੀਦੀ ਕਿ ਜੋ ਉਹ ਕਨਵੇ ਕਰਨਾ ਚਾਹੁੰਦਾ ਉਹ ਚੀਜ਼ਾਂ ਹੋ ਜਾਣ ਹਮ ਅਸੀਂ ਕੋਸ਼ਿਸ਼ ਇਹ ਕਰਦੇ ਸੀ ਕਿ ਉਹ ਪਹਿਲੇ ਐਂਕਰ ਨੂੰ ਕਹਿੰਦੇ ਵੀ ਉਹਦੇ ਬਾਰੇ ਪੂਰਾ ਸਟੱਡੀ ਕਰੋ ਅੱਛਾ ਪੂਰੀ ਉਹਦੇ ਬਾਰੇ ਪੂਰੀ ਨੌਲੇਜ ਇਕੱਠੀ ਕਰੋ ਹਮ ਹਮ ਫਿਰ ਆਪ ਉਹਨਾਂ ਨੂੰ ਸੀ ਫੋਨ ਨੰਬਰ ਵੀ ਦੇ ਦੇ ਜੀ ਕਿ ਤੁਸੀਂ ਐਕਸਪਰਟ ਨਾਲ ਗੱਲ ਵੀ ਕਰ ਲਓ ਹੂੰ ਕੋਈ ਤੁਹਾਡੇ ਮਨ 'ਚ ਕੋਈ ਡਾਊਟ ਹੈ ਉਹ ਤੁਸੀਂ ਕਲੀਅਰ ਕਰ ਲਓ ਐਕਸਪਰਟ ਨੇ ਵੀ ਕਹਦਾ ਕਿ ਤੁਸੀਂ ਕੋਈ ਗੱਲ ਕਨਵੇ ਕਰਨਾ ਚਾਹੁੰਦੇ ਹੋ ਹੂੰ ਤੇ ਤੁਸੀਂ ਵੀ ਦੱਸ ਦੋ ਕਈ ਵਾਰੀ ਹੋ ਸਕਦਾ ਕਿ ਐਂਕਰ ਉਸ ਤੱਕ ਨਾ ਪਹੁੰਚ ਸਕੇ ਜਿਸ ਬਾਰੇ ਡਾ ਐਕਸਪਰਟ ਉਹਨੇ ਕਹਿਣਾ ਹੋਵੇ ਤੇ ਇਸ ਕਿ ਉਹਦਾ ਨਜ਼ਰੀਆ ਜਿਹੜਾ ਉਹ ਵੀ ਲੈਣਾ ਚਾਹੀਦਾ ਸੋ ਦੋਨਾਂ ਚੀਜ਼ਾਂ ਨੂੰ ਕੰਬਾਈਨ ਕਰਕੇ ਫਿਰ ਵੀ ਯੂਜ਼ ਟੂ ਸਿਟ ਪੂਰੇ ਅਸੀਂ ਉਸ ਪਰਸਨੈਲਿਟੀ ਬਾਰੇ ਕੁਐਸਚਨ ਜਿਹੜੇ ਆ ਬਣਾ ਲੈਂਦੇ ਸੀਗੇ ਔਰ ਫਿਰ ਕਿਉਂਕਿ ਮਾਰਨਿੰਗ ਸ਼ੋ ਉਦੋਂ ਦੋ ਐਂਕਰ ਹੁੰਦੇ ਸੀਗੇ ਔਰ ਇਹ ਵੀ ਬੜਾ ਸਿੰਗਲ ਐਂਕਰ ਦਾ ਹੋਣਾ ਅਲੱਗ ਜਿਹਾ ਦੋ ਐਂਕਰ ਦੇ ਨਾਲ ਦੋਨੋਂ ਐਂਕਰ ਦੀ ਆਪਸ ਕੋਆਰਡੀਨੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਹਾਂ ਉਹਦੇ ਵਿੱਚ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕਿ ਤੁਹਾਡੀ ਜਿਹੜੀ ਲੈਂਗੁਏਜ ਆ ਉਹ ਵੀ ਸੇਮ ਹੋਣੀ ਚਾਹੀਦੀ ਹੈ ਔਰ ਤੁਹਾਡੇ ਜਿਹੜੇ ਕੁਐਸਚਨ ਜਿਹੜੇ ਨੇ ਉਹ ਇਸ ਤਰੀਕੇ ਨਾਲ ਤੁਸੀਂ ਡਿਵਾਈਡ ਕਰੋ ਕਿ ਅਗਲੇ ਨੂੰ ਲੱਗੇ ਨਾ ਕਿ ਮੇਰੀ ਕੰਟੀਨਿਉਟੀ ਟੁੱਟ ਰਹੀ ਹੈ ਹੂੰ ਔਰ ਇਸ ਕਰਕੇ ਉਹ ਦੋਨਾਂ ਐਂਕਰਸ ਨੂੰ ਆਪਸ ਵਿੱਚ ਬਿਠਾ ਕੇ ਫਿਰ ਰੋਨਲਡ ਕੁਐਸਚਨ ਡਿਵਾਈਡ ਕਰਕੇ ਮੈਂ ਇੱਕ ਲਿਸਟ ਬਣਾ ਕੇ ਤਿਆਰ ਕਰਕੇ ਉਹਦੀ ਕਾਪੀ ਕਰਕੇ ਤਿੰਨ ਲਿਸਟਾਂ ਬਣਾ ਲੈਂਦਾ ਸੀ ਕਿ ਐਂਕਰਸ ਨੂੰ ਵੀ ਦੇ ਦੇਣੀ ਅੱਛਾ ਆਪਣੇ ਕੋਈ ਵੀ ਰੱਖਣੀ ਤੇ ਐਕਸਪਰਟ ਨੂੰ ਵੀ ਦੱਸ ਦੇਣਾ ਵੀ ਅਸੀਂ ਆਹ ਕੁਐਸਚਨ ਪੁੱਛਨੇ ਆ ਅੱਛਾ ਕੋਈ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਆਉਂਦੀਸ ਪਾਰਟ ਮੌਕੇ ਤੇ ਪੁੱਛਣਾ ਉਹ ਤੁਸੀਂ ਥੋੜਾ ਸਪੇਸ ਵਿੱਚ ਰੱਖ ਲੈਣੇ ਬਿਲਕੁਲ ਤੇ ਉਹਦੇ ਨਾਲ ਤੁਹਾਡਾ ਪ੍ਰੋਗਰਾਮ ਜਿਹੜਾ ਉਹ ਬੜਾ ਵਧੀਆ ਜਾਂਦਾ ਜੋ ਤੁਸੀਂ ਕਨਵੇ ਕਰਨਾ ਚਾਹੁੰਦੇ ਹੋ ਔਰ ਜੋ ਐਕਸਪਰਟ ਕਨਵੇ ਕਰਨਾ ਚਾਹੁੰਦਾ ਉਹ ਪ੍ਰੋਪਰਲੀ ਕਨਵੇ ਹੋ ਜਾਂਦਾ ਹੈ ਹੁਣ ਤੁਸੀਂ ਮੈਨੂੰ ਡਰਾ ਰਹੇ ਹੋ ਮੈਨੂੰ ਇਹ ਲੱਗ ਰਿਹਾ ਕਿ ਮੇਰਾ ਟੈਸਟ ਹੋ ਰਿਹਾ ਹੈ ਕਿ ਇਹ ਸਾਰਾ ਕੁਝ ਮੈਂ ਕੀਤਾ ਕਿ ਨਹੀਂ ਕੀਤਾ ਤੁਸੀਂ ਤਾਂ ਆਲਰੇਡੀ ਟ੍ਰੇਨਡ ਹੋ ਨਾ ਤੁਹਾਨੂੰ ਟ੍ਰੇਨਿੰਗ ਮਿਲ ਚੁੱਕੀ ਹੈ ਅੱਛਾ ਅੰਦਾਜ਼ਾ ਸਮਾਂ ਆਪਣੇ ਕੋਲ ਬਹੁਤ ਥੋੜਾ ਬਚਿਆ ਬਾਕੀ ਤੇ ਅੱਜ ਕੱਲ ਕੀ ਐਕਟੀਵਿਟੀਜ਼ ਚੱਲ ਰਹੀਆਂ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਐਕਸਟਰਾ ਵੀ 5 ਸਾਲ ਦੂਰਦਰਸ਼ਨ ਨੂੰ ਦੇ ਦਿੱਤੇ ਤੇ ਹੁਣ ਬਾਕੀ ਸਮਾਂ ਕਿਵੇਂ ਗੁਜ਼ਰਦਾ ਅਹ ਨਿਕੋਟੂ ਨਾ ਮੇਰੇ ਕੋ ਐਕਸਪੀਰੀਅੰਸ ਸੀਗਾ ਹਾਂ ਹਾਂ ਤੇ ਮੈਂ ਸੋਚਿਆ ਕਿ ਇਹ ਅਗਲੀ ਜਨਰੇਸ਼ਨ ਨੂੰ ਜ਼ਰੂਰ ਦੇ ਜਾਈਏ ਜੋ 7.5 ਹਜ਼ਾਰ ਪਾ ਹੈਗਾ ਜੀ ਮੈਂ ਆਪਣੀ ਸਰਵਿਸ ਦੌਰਾਨ ਇਹ ਅਬਜ਼ਰਵ ਕੀਤਾ ਕਿ ਅਸੀਂ ਅਲੱਗ-ਅਲੱਗ ਪ੍ਰੋਗਰਾਮ ਦੇ ਆਡੀਸ਼ਨ ਕਰਦੇ ਰਹੇ ਐਂਕਰਸਾਂ ਦੇ ਰਹੇ ਹਾਂ ਹਾਂ ਲੇਕਿਨ ਕੋਈ ਵੀ ਬੰਦਾ ਉਹਨਾਂ ਨੂੰ ਟ੍ਰੇਨ ਕਰਨ ਵਾਲਾ ਨਹੀਂ ਹੈਗਾ ਅਸੀਂ ਜ਼ਰੂਰ ਜਦੋਂ ਜੁਆਇਨ ਕਰ ਲੈਂਦੇ ਅਸੀਂ ਟ੍ਰੇਨਿੰਗ ਦੇਈ ਦੀ ਸੀ ਹਮ ਲੇਕਿਨ ਕੁਈ ਇਹ ਹੋਦੀ ਸੀ ਜਿਹੜੂ ਕੋਈ ਇਹ ਤਾਂ ਕਿ ਅਸੀਂ ਉਹਨਾਂ ਨੂੰ ਟ੍ਰੇਨ ਕਰ ਸਕੀਏ ਹੂੰ ਹੂੰ ਤਾਂ ਮੈਂ ਇੱਕ ਜਰੰਦਰ ਸਿੰਘ ਲੋਰਲ মিডিਆ ਦੇ ਨਾਂ ਤੇ ਇੱਕ ਆਪਣਾ ਇੱਕ ਆਰਗੇਨਾਈਜੇਸ਼ਨ ਬਣਾਈ ਹੈ ਉਹ ਜਰਸੀ ਦੋ ਵਿੰਗ ਨੇ ਵਨ ਇਜ਼ ਦ ਟ੍ਰੇਨਿੰਗ ਵਿੰਗ ਐਂਡ ਅਦਰ ਇਜ਼ ਦ ਪ੍ਰੋਡਕਸ਼ਨ ਵਿੰਗ OK ਲੋਰਲ মিডিਆ ਦੇ ਵਿੱਚ ਅਸੀਂ ਸਾਡਾ ਇੱਕ ਬੈਚ ਜਿਹੜਾ ਉਹ ਪਾਸਵਰਡ ਹੋ ਚੁੱਕਾ ਹੂੰ ਹੂੰ ਉਹ ਜਿ ਬਕਾਇਦਾ ਸੀ ਉਹਨਾਂ ਨੂੰ ਥਿਉਰੈਟਿਕਲ ਪ੍ਰੈਕਟੀਕਲ ਟ੍ਰੇਨਿੰਗ ਦਿੰਨੇ ਆ ਪਲੱਸ ਅਸੀਂ ਕੁਝ ਪਰਸਨੈਲਿਟੀਆਂ ਨੂੰ ਬੁਲਾ ਕੇ ਹੂੰ ਉਹਨਾਂ ਨਾਲ ਉੱਥੇ ਅਸੀਂ ਇੰਟਰਵਿਊਜ਼ ਵੀ ਕਰਾਉਣੇ ਆ ਓ ਜਿਹੜਾ ਕੰਮ ਤੁਸੀਂ ਅੱਜ ਇੱਥੇ ਕਰ ਰਹੇ ਹੋ ਉਹ ਅਸੀਂ ਉਹਨਾਂ ਨੂੰ ਪ੍ਰੋਪਰਲੀ ਉਹਨਾਂ ਨੂੰ ਟ੍ਰੇਨ ਕਰੀਦਾ ਹੈ। ਤਾਂ ਕਿ ਉਹ ਜਿੱਥੇ ਵੀ ਜਾਣ ਜਿਸ ਚੈਨਲ ਤੇ ਵੀ ਉਹਨਾਂ ਦੀ ਇੰਟਰਵਿਊ ਹੋਏ ਜਾਣ ਤੇ ਲੋਨ ਲੱਗੇ ਵੀ ਇਹ ਬੰਦਾ ਤੇ ਆਲਰੇਡੀ ਟ੍ਰੇਨਡ ਹੈ। ਟ੍ਰੇਨਡ ਆ। ਤਾਂ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਹਾਂ ਹਾਂ। ਤਾਂ ਮੈਂ ਅਬਜ਼ਰਵ ਕੀਤਾ ਸੀ ਵੀ ਕੋਈ ਇਹੋ ਜਿਹੀ ਇੰਸਟੀਚਿਊਟ ਨਹੀਂ ਹੈਗੀ ਜਿਹੜੀ ਕਿ ਪੰਜਾਬ ਦੇ ਵਿੱਚ ਜਿਹੜੀ ਕਿ ਐਂਕਰਸ ਨੂੰ ਟ੍ਰੇਨਿੰਗ ਦਿੰਦੀ ਹੋਵੇ। ਤਾਂ ਮੈਂ ਕਿਹਾ ਕਿ ਜਿਹੜਾ ਸਾਡੇ ਕੋਲ ਐਕਸਪੀਰੀਅੰਸ ਹੈ ਸੀ ਉਹਨਾਂ ਨੂੰ ਦੇ ਜਾਵਾਂਗੇ। ਔਰ ਉਹਦੇ ਵਿੱਚ ਅਸੀਂ ਜਿੰਨੇ ਵੀ ਸਾਡੇ মিডিਆ ਨਾਲ ਐਸੋਸੀਏਟਿਡ ਪ੍ਰੋਡਿਊਸਰਸ ਰਹੇ ਆ ਡਾਇਰੈਕਟਰ ਆਇਆ ਉਹਨਾਂ ਨਾਲ ਅਸੀਂ ਉਹਨਾਂ ਨੂੰ ਇੰਟਰੈਕਟ ਕਰਾਉਂਦੇ ਆ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਵੀ ਅਸੀਂ ਕਿਦਾਂ ਵਧੀਆ ਐਂਕਰ ਬਣ ਸਕਦੇ ਆ ਹਮਮ ਔਰ ਪਲੱਸ ਅਸੀਂ ਆਪਣੀ ਪ੍ਰੋਡਕਸ਼ਨ ਵੀ ਸ਼ੁਰੂ ਕੀਤੀ ਆ ਅਸੀਂ ਜਨਰਲ ਨੂੰ ਟ੍ਰੇਨਿੰਗ ਦਿੰਨੇ ਆ ਉਹਨਾਂ ਦੇ ਤੁਹਾਨੂੰ ਅੱਛਾ ਐਂਕਰ ਮਿਲ ਜਾਏ ਤੇ ਅਸੀਂ ਉਹਨਾਂ ਨੂੰ ਆਪਣੇ ਪ੍ਰੋਡਕਸ਼ਨ ਦੇ ਵਿੱਚ ਵੀ ਨਾਲ ਦੇ ਨਾਲ ਹੈਂਡਸ-ਆਨ ਟ੍ਰੇਨਿੰਗ ਵੀ ਨਾਲ ਹੀ ਹੋ ਜਾਂਦੀ ਆ ਆ ਹਾਂ 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 ਤੋਂ ਅਸੀਂ ਕੁਝ ਸ਼ਾਰਟ ਡਾਕੂਮੈਂਟਰੀਜ਼ ਜੜੀਆਂ ਬਣਾਉਣੇ ਸ਼ੁਰੂ ਕੀਤੀ ਆ ਔਰ ਜੇ ਅਸੀਂ ਸਭ ਤੋਂ ਪਹਿਲਾ ਆ ਸਾਡੇ ਜਿਹੜੇ ਤੁਸੀਂ ਜਾਣਦੇ ਹੋ ਹਰਜੀਤ ਸਿੰਘ ਜੀ ਬੜੇ ਸੀਨੀਅਰ ਪ੍ਰੋਡਿਊਸਰ ਦੂਰਦਰਸ਼ਨ ਦੇ ਬਿਲਕੁਲ ਹਾਂਜੀ ਉਹਨਾਂ ਦੀ ਗਾਈਡੈਂਸ ਨਾਲ ਹੀ ਅਸੀਂ ਇਹ ਚਲਾ ਰਹੇ ਹਾਂ ਮੈਡਮ ਤਰਜਿੰਦਰ ਕੌਰ ਜੀ ਨੇ ਉਹ ਲੈਂਗੁਏਜ ਐਕਸਪਰਟ ਨੇ ਹਰਜੀਤ ਸਿੰਘ ਜੀ ਪ੍ਰੋਡਿਊਸਰ ਡਾਇਰੈਕਟਰ ਰਹੇ ਹਨ ਉਹਨਾਂ ਦਾ ਆਪਣਾ ਐਕਸਪੀਰੀਅੰਸ ਹੈ ਤੁਸੀਂ ਇਹ ਮਿਲ ਕੇ ਇਹ ਜਿਹੜੀ ਟ੍ਰੇਨਿੰਗ ਉਹਨਾਂ ਨੂੰ ਦੇ ਰਹੇ ਹਾਂ ਔਰ ਇਸ ਦੇ ਵਿੱਚ ਅਸੀਂ ਪਹਿਲੀ ਜਿਹੜੀ ਪ੍ਰੋਡਕਸ਼ਨ ਹੈ ਅਸੀਂ ਅਨੀਤਾ ਲਿਆਕੇ ਦਾ ਜਿਹੜਾ ਸਿਮਰਨ ਇਹ ਅਸੀਂ ਹਰਜੀਤ ਜੀ ਨੇ ਇਹਦੀ ਵੀਡੀਓਗ੍ਰਾਫੀ ਕੀਤੀ ਅੱਛਾ ਮੋਹਿਤ ਕਸ਼ਬ ਉਹਨੇ ਇਹਦਾ 뮤직 ਤਿਆਰ ਕੀਤਾ ਹਮਮਮ ਔਰ ਇਹ ਸਿਮਰਨ ਪਹਿਲੇ ਅਸੀਂ ਰੀ ਪ੍ਰੋਡਕਸ਼ਨ ਕੀਤੀ ਅਸੀਂ ਬੜੀ ਖੁਸ਼ੀ ਆ ਕਿ ਇਹਨੂੰ ਗਲੋਬਲ 뮤직 ਅਵਾਰਡ ਜੜਾ ਉਹਨੇ ਅਮਰੀਕਾ ਚ ਮਿਲਿਆ ਬਹੁਤ ਕੋਈ ਇਹ ਇਹ ਇੱਕ ਜੋ ਸਾਡੇ ਕੋਲ चीज ਹੈਗੀ ਹੈ ਅਸੀਂ ਉਹਦੇ ਨਾਲ ਅਸੀਂ ਐਂਕਰਸ ਨੂੰ ਵੀ ਟ੍ਰੇਨਿੰਗ ਦੇਣਾ ਤਾਂ ਹੋ ਸਕਦਾ ਅਸੀਂ ਅੱਗੇ ਤੋਂ ਪ੍ਰੋਡਕਸ਼ਨ ਵਾਸਤੇ ਵੀ ਨਾਲ ਦੀ ਨਾਲ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਈਏ ਹਮਮਮ ਹਾਂ ਹੁਣ ਸਾਡੀ ਮਤਲਬ ਦੀ ਇੱਕ ਇੰਪੋਰਟੈਂਟ ਗੱਲ ਹੋਰ ਪੁੱਛ ਲਈਏ ਸੀ ਜਿਹੜੇ ਇੱਥੇ ਕੈਨੇਡੀਅਨ ਪੰਜਾਬੀ মিডিਆ ਵਾਲੇ ਆ ਕੈਨੇਡੀਅਨ ਪੰਜਾਬੀ মিডিਆ ਦੇਖਣ ਸੁਣਨ ਪੜਨ ਦਾ ਕਿੰਨਾ ਕੁ ਮੌਕਾ ਮਿਲਿਆ ਤੁਹਾਨੂੰ ਦੇਖੋ ਜਿੰਨਾ ਕ ਮੌਕੇ ਮਿਲਿਆ ਵਧੀਆ ਚੱਲ ਰਿਹਾ ਹੈ ਬਹੁਤ ਅੱਛਾ ਤੁਸੀਂ ਪੰਜਾਬ ਨੂੰ ਕੈਨੇਡਾ ਦੇ ਵਿੱਚ ਕਿਉਂਕਿ ਹੁਣ ਦੇਖੋ ਇੱਥੇ ਸਾਨੂੰ ਪੰਜਾਬੀ ਜ਼ਿਆਦਾ ਨਜ਼ਰ ਆਉਂਦੇ ਆ ਔਰ ਤੁਸੀਂ ਉਹਨਾਂ ਨੂੰ ਜੋੜਿਆ ਹੋਇਆ ਔਰ ਤੁਹਾਡੇ ਰੇਡੀਓ ਦੇ ਨਾਲ ਲੋਕੀ ਜ਼ਿਆਦਾ ਜੁੜੇ ਹੋਏ ਇੱਥੇ ਇਹ ਐਮ ਐਮ ਬਹੁਤ ਸ਼ੁਕਰੀਆ ਹੂੰ ਔਰ ਕਿਉਂਕਿ ਕਾਰ ਦੇ ਵਿੱਚ ਟ੍ਰੈਵਲ ਕਰਦੇ ਆ ਹਰ ਵੇਲੇ ਕੋਈ ਨਾ ਕੋਈ ਚੈਨਲ ਲੱਗਿਆ ਹੀ ਹੁੰਦਾ ਔਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਵੀ ਨਾਲ ਜੋੜ ਕੇ ਰੱਖਿਆ ਬਹੁਤ ਵਧੀਆ ਕੰਮ ਕਰ ਰਹੇ ਹੋ ਔਰ ਵਾਈ ਗੁਰੂ ਤੁਸੀਂ ਇਦਾਂ ਹੀ ਤਰੱਕੀਆਂ ਕਰੋ ਔਰ ਇਦਾਂ ਹੀ ਆਪਣੇ ਪੰਜਾਬੀਆਂ ਨੂੰ ਨਾਲ ਆਪਣੇ ਜੋੜ ਕੇ ਰੱਖੋ ਅਖੀਰ ਚ ਕੋਈ ਇਹੋ ਜੀ ਗੱਲਬਾਤ ਜਿਹੜੀ ਮੈਂ ਤੁਹਾਨੂੰ ਨਾ ਪੁੱਛ ਸਕੀ ਹੁਆ ਤੁਸੀਂ ਸਾਡੇ ਸੁਣਨ ਵਾਲਿਆਂ ਨਾਲ ਕਰਨੀ ਚਾਹੁੰਦੇ ਹੋ ਨਹੀਂ ਮੈਨੂੰ ਤੇ ਇਹੀ ਲੱਗ ਰਿਹਾ ਕਿ ਦੇਖੋ ਮੀਡੀਆ ਦਾ ਕੰਮ ਹੈ ਕਿ ਅੱਛੀ ਸਿਹੜੀ ਲੋਕਾਂ ਨੂੰ ਦਿਦੀਦਾ ਹਮ ਸਮਾਜ ਨੂੰ ਚੰਗੇ ਪਾਸੇ ਲੈ ਜਾ ਆਪਾਂ ਪੋਜ਼ਿਟਿਵ ਨਿਊਜ਼ ਘੜ ਦਿੰਨੇ ਆ ਨੈਗੇਟਿਵ ਨਿਊਜ਼ ਜਿਹੜਾ ਅੱਜ ਕੱਲ ਦੇ ਚੈਨਲ ਨੇ ਉਹ ਥੋੜੀ ਜਿਆਦਾ ਦਿੰਦੇ ਆ ਹਮ ਹਮ ਜਦ ਕਿ ਬਹੁਤ ਕੁਝ ਚੰਗਾ ਵੀ ਹੋ ਰਿਹਾ ਜੀ ਜਿਹੜੀਆਂ ਚੰਗੀਆਂ ਚੀਜ਼ਾਂ ਹੋ ਰਹੀਆਂ ਨੇ ਆਪਾਂ ਉਹ ਲੋਕਾਂ ਨੂੰ ਦਿਖਾਈਏ ਹਮ ਸਾਨੂੰ ਵੀ ਖੁਸ਼ੀ ਮਿਲੇਗੀ ਔਰ ਲੋਕਾਂ ਨੂੰ ਵੀ ਖੁਸ਼ੀ ਮਿਲੇਗੀ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਉਹਨੂੰ ਜ਼ਿਆਦਾ ਹਾਈਲਾਈਟ ਕਰੋ ਜੋ ਸਾਡੀ ਡਿਵੈਲਪਮੈਂਟ ਹੋ ਰਹੀ ਹੈ ਜੋ ਤਰੱਕੀ ਹੋ ਰਹੀ ਹੈ ਜੋ ਅਸੇ-ਪਾਸੇ ਵਧੀਆ ਚੀਜ਼ਾਂ ਹੋ ਰਹੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਤੇ ਮੈਨੂੰ ਲੱਗਦਾ ਕਿ ਅਸੀਂ ਜ਼ਿਆਦਾ ਵਧੀਆ ਮੀਡੀਆ ਦੇ ਵਿੱਚ ਆਪਣਾ ਰੋਲ ਜਿਹੜਾ ਦਿਖਾ ਸਕਦੇ ਹਾਂ ਰੰਧਾਵਾ ਸਵਾਜ ਸਟੂਡੀਓ 'ਚ ਤੁਸੀਂ ਆਏ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਉਮੀਦ ਕਰਦੀ ਹਾਂ ਕਿ ਸਾਡੇ ਸੁਣਨ ਵਾਲਿਆਂ ਨੇ ਜਿਨ੍ਹਾਂ ਨੇ ਤੁਹਾਡੀਆਂ ਗੱਲਾਂ ਬਾਤਾਂ ਸੁਣੀਆਂ ਆ ਪੂਰਾ ਆਨੰਦ ਮਾਣਿਆ ਹੋਵੇਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਵਜੋਤ ਜੀ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਔਰ ਸਭ ਤੋਂ ਜ਼ਿਆਦਾ ਇਹ ਖੁਸ਼ੀ ਮਹਿਸੂਸ ਹੋਈ ਹੈ ਕਿ ਤੁਸੀਂ ਬਹੁਤ ਵਧੀਆ ਕੰਮ ਇੱਥੇ ਕਰ ਰਹੇ ਹੋ ਔਰ ਕਾ ਲੋਕਾਂ ਨੇ ਵੀ ਆਪਣੇ ਨਾਲ ਜੋੜਿਆ ਹੋਇਆ ਔਰ ਵਾਹਿਗੁਰੂਗੇਹੀ ਅਦਸਰਾਂ ਦੀ ਚੜ੍ਹਦੀਆਂ ਕਲਾਂ ਚਲੋ ਔਰ ਅੱਗੇ ਤੋਂ ਅੱਗੇ ਤਰੱਕੀਆਂ ਕਰੋ ਤੇ ਆਪਣਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਥੈਂਕ ਯੂ